ਕੀਤੀ ਜਾਂਦੀ ਹੈ ਤਾਂ ਇਹੀ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੀ ਪੁਲਿਸ ਹੈ ਉਹ ਵੀ ਤਸਕਰਾਂ ਦੇ ਨਾਲ ਮਿਲੀ ਹੋਈ ਹੈ ਤੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਨਸ਼ੇ ਤੇ ਤੁਸੀਂ ਸ਼ਿਕੰਜਾ ਕਸੋ ਉਸ ਤੇ ਕਾਰਵਾਈ ਕਰੋ, ਪਰ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ ਪੁਲਿਸ ਜਿਹੜੀ ਹੈ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਨਾਲ ਮਿਲੀ ਹੋਈ ਹੈ ਤੇ ਨਾਲ ਹੀ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇ ਕੋਈ ਤਸਕਰ ਫੜਿਆ ਵੀ ਜਾਂਦਾ ਹੈ ਤਾਂ ਪੈਸੇ ਲੈ ਕੇ ਉਸ ਨੂੰ ਛੱਡ ਦਿੱਤਾ ਜਾਂਦਾ ਤੇ ਜਿਸ ਦੇ ਚੱਲਦੇ ਪਿੰਡ ਵਾਲੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ। ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਰੋਡ ਦੀਆਂ, ਇੱਥੇ ਆਮ ਤੌਰ ਤੇ ਸਰਿੰਜਾਂ ਮਿਲਦੀਆਂ ਨੇ ਜੋ ਕਿ ਵਿਦਿਆਰਥੀਆਂ ਨੇ ਨਸ਼ੇ ਲਈ ਵਰਤੀਆਂ ਹੁੰਦੀਆਂ ਤੇ ਸਰਿੰਜਾਂ ਦੱਸਿਆ ਜਾ ਰਿਹਾ ਕਿ ਹਸਪਤਾਲ ਵਾਲੇ ਸਿੱਟ ਜਾਂਦੇ ਨੇ ਜੋ ਕਿ ਵਰਤੀਆਂ ਹੁੰਦੀਆਂ ਉਹਨਾਂ ਨੇ ਤੇ ਉਹੀ ਸਰਿੰਜ ਦੀ ਵਰਤੋਂ ਕਰਦੇ ਨੇ ਜਿਸ ਕਾਰਨ ਏਡਸ ਫੈਲ ਰਿਹਾ। ਵੀ ਇਹ ਚਿੱਟੇ ਦੇ ਆਦੀ ਹੋ ਗਈ, ਸਾਨੂੰ ਛੇ ਕੁ ਮਹੀਨਾ ਦਾ ਪਤਾ ਲੱਗਿਆ ਵੀ ਇਹ ਨਸ਼ਾ ਕਰਨ ਲੱਗ ਗਿਆ ਜੀ। ਇਹ ਜਿਹੜਾ ਬਡਰੁੱਖਾਂ ਵਾਲਾ ਪੈਟਰੋਲ ਪੰਪ ਆ ਜੀ, ਇਹਦੇ ਨਾਲ ਸਰਿੰਜਾਂ ਸਿੱਟੇ ਪਏ ਨੇ ਜੀ, ਇੱਥੋਂ ਚੱਕ ਕੇ ਲਾਉਂਦੇ ਨੇ ਜੀ ਇਹ ਸਰਿੰਜਾਂ। ਇਹ ਹੋਸਪਿਟਲ ਵਾਲੇ ਉਰੇ ਸਿੱਟ ਜਾਂਦੇ ਨੇ ਜੀ, ਉਰੋਂ ਬਾਅਦ ਚੱਕ ਕੇ ਲਾ ਲੈਂਦੇ ਨੇ ਜੀ। ਅਤੇ ਹੋਰ ਇਹਦੇ ਕਿੰਨੀ ਕੁ ਉਮਰ ਹੈ, ਕਿਹੜੀ ਕਲਾਸ 'ਚ ਪੜ੍ਹਦਾ? ਇਹ ਪਲੱਸ ਵਨ 'ਚ ਪੜ੍ਹਦਾ ਸੀਗਾ ਜੀ, ਉਮਰ ਹੈਗੀ ਇਹਦੀ 19 ਸਾਲ ਦੀ। ਅਤੇ ਕਿਵੇਂ ਲੱਗਿਆ, ਹੋਰ ਕਿੰਨੇ ਕੁ ਸਾਥੀ ਨੇ ਨਾਲ? ਨਾਲ ਹੈਗੇ ਨੇ ਜੀ 17-18 ਜਣੇ ਹੈਗੇ ਨੇ ਜੀ ਨਾਲ। ਅੱਛਾ ਹਾਂਜੀ। ਉਹਨਾਂ ਦਾ 6 ਮਹੀਨੇ ਤੋਂ ਪਤਾ ਲੱਗਿਆ ਜੀ ਵੀ ਮੇਰਾ ਬੇਟਾ ਵੀ ਨਸ਼ੇ ਦਾ ਆਦੀ ਹੋ ਗਿਆ। ਓਕੇ, ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ? ਅਸੀਂ ਸਮਝਾਉਣ ਦੀ ਕੋਸ਼ਿਸ਼ ਬਹੁਤ ਕੀਤੀ ਜੀ, ਪਰ ਇਹਨਾਂ ਨੇ ਕੋਈ ਸਮਝਿਆ ਨਹੀਂ। ਕਾਹਦਾ ਨਸ਼ਾ ਕਰਦੇ ਸੀ? ਪਹਿਲਾਂ ਤਾਂ ਸਾਨੂੰ ਐਂ ਦੀ ਵੀ ਸੁੱਖਾ ਸਾਖਾ ਪੀਂਦੇ ਨੇ ਜੀ, ਤੇ ਬਾਅਦ 'ਚ ਪਤਾ ਲੱਗਿਆ ਵੀ ਇਹ ਨਸ਼ਿਆਂ ਦੇ ਟੀਕੇ ਲਾਉਂਦੇ ਨੇ। ਅੱਛਾ, ਕਿੱਥੋਂ ਟੀਕੇ ਮਿਲਦੇ ਸੀ, ਕਿਵੇਂ? ਇਹ ਟੀਕਾ ਬਸਤੀਆਂ 'ਚ ਵਾਧੂ ਵਿਕ ਰਿਹਾ ਜੀ। ਅੱਛਾ ਹਾਂਜੀ, ਕੋਈ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਜੀ। ਅੱਛਾ, ਅਤੇ ਇਹ ਸਰਿੰਜਾਂ ਜਿਹੜੀਆਂ ਹੈਗੀਆਂ, ਇਹ ਸਰਿੰਜਾਂ ਆਪਣੇ ਆਪ ਬਰਾ ਰੋਡ ਦੇ ਫਾਟਕਾਂ ਆਪਣੇ ਪੈਟਰੋਲ ਪੰਪ ਦੇ ਨਾਲ ਹੀ ਜੀ, ਇੱਥੇ ਸਰਿਆਮ ਸਿੱਟੀਆਂ ਪਈਆਂ ਨੇ, ਪਤਾ ਨਹੀਂ ਕੌਣ ਸਿੱਟਦਾ ਕੌਣ। ਤਾਂ ਦਿਨ ਪਹਿਲਾਂ ਮੇਰੇ ਇੱਕ ਜਾਣਕਾਰ ਨੇ, ਉਹਨਾਂ ਦਾ ਇੱਕ ਭਤੀਜਾ ਸੀਗਾ ਜਿਹਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਉਹ ਨਸ਼ੇ ਦਾ ਆਦੀ ਹੋ ਚੁੱਕਿਆ। ਪਹਿਲਾਂ ਅਸੀਂ ਇੱਕ ਦੋ ਵਾਰੀ ਪੁਲਿਸ 'ਚ ਵੀ ਉਹਨੂੰ ਕੋਸ਼ਿਸ਼ ਕੀਤੀ ਕਿ ਸੁਧਾਰਿਆ ਜਾਵੇ, ਨਸ਼ਾ ਛੁਡਾਊ ਕੇਂਦਰ 'ਚ ਵੀ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਜਦੋਂ ਸਾਨੂੰ ਪਤਾ ਲੱਗਾ ਕਿਰਾਇਆ ਤਾਂ ਉਹ HIV ਪੋਜ਼ੀਟਿਵ ਆਇਆ। ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਨਾਲ ਬੱਚੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਸਾਰਾ ਦੱਸਿਆ ਕਿ ਉਹ ਉਰੋਂ ਬਰਨਾਲਾ ਰੋਡ 'ਤੇ ਸੜਕ ਦੇ ਕਿਨਾਰਿਓਂ ਸਰਿੰਜਾਂ ਚੱਕ ਚੱਕ ਕੇ ਉਹ ਚਿੱਟੇ ਦਾ ਨਸ਼ਾ ਕਰਦੇ ਨੇ। ਉਸ ਦੇ ਨਾਲ ਦੇ 10-15 ਬੱਚੇ ਉਹਨੇ ਦੱਸਿਆ ਵੀ ਮੇਰੇ ਨਾਲ ਹੋਰ ਵੀ ਮੁੰਡੇ ਇਹ ਨਸ਼ੇ ਦੇ ਆਦੀ ਹੋ ਚੁੱਕੇ ਨੇ। ਮੇਰਾ ਮੁੰਡਾ 17 ਸਾਲ ਦਾ ਜੀ, 6 ਮਹੀਨੇ ਹੋ ਗਏ ਉਹਨੂੰ ਚਿੱਟੇ ਦਾ ਨਸ਼ਾ ਕਰਦੇ ਨੇ ਜੀ। ਉਹਨੂੰ ਦਾਖਲ ਵੀ ਕਰਾਇਆ ਜੀ, ਪੁਲਿਸ ਨੂੰ ਫੜਾਇਆ ਵੀ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹਨਾਂ 'ਤੇ, ਉਹ ਕੀਤਾ ਜੀ ਸਾਰਾ ਕੁਛ ਕੀਤਾ। ਬਿਲਕੁਲ, ਹਾਲਤ ਪਰਿਵਾਰ ਵਾਲਿਆਂ ਦੀ ਵੀ ਤਰਸਯੋਗ ਬਣੀ ਹੋਈ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ 6 ਮਹੀਨੇ ਉਹਨਾਂ ਨੇ ਛੜਾਓ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਵੀ ਛੱਡਿਆ ਤੇ ਕਈ ਵਾਰ ਪੁਲਿਸ ਕੋਲ ਵੀ ਛੱਡਿਆ, ਪਰ ਕੋਈ ਵੀ ਫਾਇਦਾ ਨਹੀਂ ਹੋ ਰਿਹਾ। ਸਿੱਧੇ ਚੱਲਦੇ ਆ, ਸਾਡੇ ਪੱਤਰਕਾਰ ਰਾਜੇਸ਼ ਜੁੜੇ ਹੋਏ ਨੇ ਸਾਡੇ ਨਾਲ ਬਰਨਾਲਾ ਤੋਂ। ਰਾਜੇਸ਼, ਤੁਹਾਡੇ ਕੋਲ ਆਉਣਾ ਚਾਹਾਂਗੇ ਤੇ ਹਾਲਾਤ ਜਿਹੜੇ ਨੇ ਉਹ ਜਾਣਨਾ ਚਾਹਾਂਗੇ ਕੀ ਕੁਝ ਜਾਣਕਾਰੀ ਹੈ, ਕਿਉਂਕਿ ਵਿਦਿਆਰਥੀ ਜਿਹੜੇ ਨੇ ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਆਪਣੀ ਪੜ੍ਹਾਈ ਛੱਡ ਕੇ ਨਸ਼ੇ ਦੇ ਵੱਲ ਮੂੰਹ ਕਰੀ ਬੈਠੇ। ਜੀ ਬਿਲਕੁਲ ਗੁਰਜੋਤ, ਇਹ ਛੋਟੀ ਛੋਟੀ ਉਮਰ ਦੇ ਬੱਚੇ ਹੈਗੇ ਆ ਜੋ 8ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀ ਹੈਗੇ ਆ, ਔਰ ਇਹ ਪਿੰਡ ਬਡਰੁੱਖਾਂ ਦੇ ਕੋਲ ਹੈਗਾ, ਇੱਕ ਸੁਨਸਾਨ ਪਲਾਟ ਹੈਗਾ ਜਿੱਥੇ ਬੈਠ ਕੇ ਇਹ ਬੱਚੇ ਯੂਜ਼ ਦੇ ਜੋ ਸਰਿੰਜਾਂ ਇੱਥੇ ਡਿਸਪੋਜ਼ ਆਫ ਕੀਤੀਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਯੂਜ਼ ਕਰਕੇ ਜੋ ਨਸ਼ਾ ਲੈਂਦੇ ਸੀਗੇ,
ਜਿਸ ਕਾਰਨ ਇੱਕ ਬੱਚੇ ਨੂੰ ਕਾਲਾ ਪੀ ਲਿਆ ਔਰ ਇੱਕ ਬੱਚੇ ਨੂੰ ਏਡਸ ਕਨਫਰਮ ਹੋ ਚੁੱਕਿਆ ਔਰ ਬਾਕੀ ਬੱਚੇ ਵੀ ਬਿਮਾਰ ਹੋ ਰਹੇ ਹੈ। ਜੀ ਗੁਰਜੋਤ, ਇਹਨਾਂ ਦੇ ਪਰਿਵਾਰ ਵਾਲਿਆਂ ਦਾ ਵੈਸੇ ਤਾਂ ਦਰਸ਼ਕਾਂ ਨੇ ਵੀ ਸੁਣਿਆ, ਅਸੀਂ ਵੀ ਸੁਣਿਆ, ਬਹੁਤ ਪਰੇਸ਼ਾਨ ਨੇ ਉਹ, ਕੀ ਕਹਿ ਰਹੇ ਨੇ ਕਿ ਹੋਰ ਵੀ ਕਈ ਜਿਹੜੇ ਬੱਚੇ ਨੇ ਇਹਦੇ ਵਿੱਚ ਲੱਗ ਚੁੱਕੇ ਨੇ ਕਿਉਂਕਿ ਸਕੂਲ ਜਾਣ ਦੀ ਬਜਾਏ ਉਹ ਇੱਥੇ ਨਸ਼ਾ ਕਰਦੇ ਨੇ, ਕਿਸੇ ਦਾ ਕੋਈ ਧਿਆਨ ਨਹੀਂ ਹੈ ਇਸ ਪਾਸੇ। ਹਾਲਾਂਕਿ ਸੁਨਸਾਨ ਪਲਾਟ ਹੈ ਤੁਸੀਂ ਦੱਸ ਰਹੇ ਹੋ, ਪਰ ਫਿਰ ਵੀ ਜਿਹੜੇ ਆਉਂਦੇ ਜਾਂਦੇ ਲੋਕ ਨੇ ਜਾਂ ਫਿਰ ਪੁਲਿਸ ਵੀ ਉੱਥੇ ਹੋਣੀ ਆ, ਕੋਈ ਆਲੇ ਦੁਆਲੇ ਗਸ਼ਤ ਕਰਦੇ ਆ ਹਮੇਸ਼ਾ ਤੋਂ ਪੁਲਿਸ ਮੁਲਾਜ਼ਮ, ਕਿਸੇ ਦੀ ਕੋਈ ਨਜ਼ਰ ਨਹੀਂ ਪਈ? ਜੀ ਬਿਲਕੁਲ ਗੁਰਜੋਤ, ਇਸ ਮਾਮਲੇ ਦੇ ਵਿੱਚ ਜੋ ਪੰਜਾਬ ਪੁਲਿਸ ਦੀ ਨਲੈਕੀ ਹੈ ਬਿਲਕੁਲ ਸਾਹਮਣੇ ਆ ਰਹੀ ਹੈ, ਕਿਉਂਕਿ ਜੋ ਇਹ ਪਲਾਟ ਹੈਗਾ ਇਸ ਦੇ ਇੱਕ ਤਰਫ ਬਡਰੁੱਖਾਂ ਪੁਲਿਸ ਚੌਂਕੀ ਹੈਗੀ ਹੈ, ਦੂਸਰੀ ਸਾਈਡ ਜੋ ਪੁਲਿਸ ਲਾਈਨ ਹੈਗੀ ਸੰਗਰੂਰ ਦੀ, ਜਿੱਥੇ ਹਜ਼ਾਰਾਂ ਕਰਮੀ ਹਰ ਵਕਤ ਰਹਿੰਦੇ ਹੈਗੇ ਹੈ, ਔਰ ਮੇਨ ਰੋਡ ਹੈ ਇਹ ਜੋ ਬਰਨਾਲਾ ਨੂੰ ਜਾਂਦੀ ਹੈ, ਔਰ ਇਹ ਨਹੀਂ ਹੋ ਸਕਦਾ ਕਿ ਪੁਲਿਸ ਨੂੰ ਇਸ ਬਾਰੇ ਨਾ ਪਤਾ ਹੋਵੇ। ਇਹ ਪੁਲਿਸ ਦੀ ਬਹੁਤ ਵੱਡੀ ਨੈਗਲੀਜੈਂਸੀ ਹੈ, ਪੁਲਿਸ ਦੀ ਬਹੁਤ ਵੱਡੀ ਨਲੈਕੀ ਹੈ ਜੋ ਪੁਲਿਸ ਇਸ ਨਸ਼ੇ ਨੂੰ ਨਹੀਂ ਰੋਕ ਰਹੀ। ਹੁਣ ਖਬਰ ਵੀ ਆ ਚੁੱਕੀ ਹੈ, ਤੁਸੀਂ ਉੱਥੇ ਗੱਲਬਾਤ ਵੀ ਕਰ ਰਹੇ ਹੋ ਖੜੇ, ਹੁਣ ਕੀ ਕਹਿ ਰਹੀ ਹੈ ਪੁਲਿਸ? ਹੁਣ ਉਹਨਾਂ ਦੀਆਂ ਅੱਖਾਂ ਅਜੇ ਖੁੱਲੀਆਂ ਜਾਂ ਫਿਰ ਨਹੀਂ? ਅਜੇ ਹੋਰ ਉਡੀਕ ਕਰ ਰਹੇ ਨੇ ਕਿ ਸਾਰੇ ਜਿਹੜੇ ਨੌਜਵਾਨ ਨੇ ਉਹ ਏਡਸ ਜਾਂ ਫਿਰ ਨਸ਼ੇ ਦੇ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਣ। ਬਿਲਕੁਲ ਗੁਰਜੋਤ, ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੋ ਇੱਥੇ ਢੇਰ ਲੱਗਿਆ ਹੋਇਆ ਸੀਗਾ ਸਰਿੰਜਾਂ ਦਾ ਜਾਂ ਜੋ ਵੇਸਟ ਮਟੀਰੀਅਲ ਦਾ, ਪੁਲਿਸ ਨੇ ਉਸ ਨੂੰ ਅੱਗ ਲਗਾ ਕੇ ਸਿਰਫ ਜੋ ਆਪਣਾ ਬੂਤਾ ਸਾਰ ਦਿੱਤਾ, ਇਸ ਤੋਂ ਜ਼ਿਆਦਾ ਪੁਲਿਸ ਨੇ ਕੁਛ ਨਹੀਂ ਕੀਤਾ। ਜੀ ਗੁਰਜੋਤ, ਯਾਨੀ ਕਿ ਸਬੂਤ ਸਾਰ ਦਿੱਤੇ ਗਏ ਨੇ ਪਰ ਜਿਹੜੀਆਂ ਤਸਵੀਰਾਂ ਨੇ ਉਹ ਅਜੇ ਵੀ ਸਾਡੇ ਕੋਲ ਕੈਦ ਹੈ, ਅਜੇ ਵੀ ਜਿਹੜੀਆਂ ਤਸਵੀਰਾਂ ਸਾਫ਼ ਤੌਰ ਤੇ ਜ਼ਾਹਿਰ ਹੋ ਰਹੀਆਂ ਨੇ ਕਿ ਕਿਸ ਤਰ੍ਹਾਂ ਦੀ ਨਲਾਇਕੀ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਆ ਰਹੀ ਹੈ। ਤੇ ਰਾਜੇਸ਼ ਤੌਰ ਤੋਂ ਜਾਣਨਾ ਚਾਹਾਂਗੇ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਕੀ ਕਹਿ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਏਡਸ ਜਿਹੜੀ ਹੈ ਇੱਕ ਵਿਦਿਆਰਥੀ ਨੂੰ ਕਨਫਰਮ ਹੋ ਚੁੱਕੀ ਹੈ, ਬਾਕੀ ਵਿਦਿਆਰਥੀ ਕਿੱਥੇ ਨੇ, ਕੀ ਕੁਛ ਕੀਤਾ ਜਾ ਰਿਹਾ। 17 ਤੋਂ 18 ਵਿਦਿਆਰਥੀ ਦੱਸੇ ਜਾ ਰਹੇ ਨੇ ਜਿਹੜੇ ਕਿ ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਨੇ, ਉਹਨਾਂ ਨੂੰ ਬਚਾਉਣ ਦਾ ਕੋਈ ਰਸਤਾ ਲੱਭਿਆ ਜਾ ਰਿਹਾ ਜਾਂ ਫਿਰ ਨਹੀਂ ਸਿੱਧੇ ਤੌਰ ਤੇ? ਗੁਰਜੋਤ, ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੀ ਸੰਜੀਦਾ ਨਹੀਂ ਹੈਗਾ, ਕਿਉਂਕਿ ਜਿਹੜੇ ਬੱਚੇ ਦੋ, ਇੱਕ ਨੂੰ ਕਾਲਾ ਪੀ ਲਿਆ ਔਰ ਇੱਕ ਨੂੰ ਏਡਸ ਕਨਫਰਮ ਹੋਇਆ, ਜਿਹੜੇ ਬਾਕੀ ਬੱਚੇ ਹੈ ਉਹਨਾਂ ਦੀ ਨਾ ਤਾਂ ਕੋਈ ਕਾਉਂਸਲਿੰਗ ਕਰਵਾਈ ਜਾ ਰਹੀ ਹੈ, ਨਾ ਹੀ ਕੋਈ ਉਹਨਾਂ ਦਾ ਕੋਈ ਇਲਾਜ ਕਰਵਾਇਆ ਜਾ ਰਿਹਾ, ਜੋ ਵੀ ਇਲਾਜ ਜਾਂ ਹੋਰ ਹੈਗਾ ਉਹ ਜ਼ਿਆਦਾਤਰ ਪਰਿਵਾਰ ਆਪਣੇ ਖਰਚੇ 'ਤੇ ਕਰਵਾ ਰਹੇ ਨੇ। ਜੀ ਗੁਰਜੋਤ, ਪਰ ਹਾਲਾਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਖਰਾਬ ਹੈ, ਕਿਉਂਕਿ ਇਸ ਵੇਲੇ ਜਿਹੜੇ ਤਾਦਾਦ ਹੈ ਤੁਸੀਂ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਵੀ ਦੱਸ ਰਿਹਾ ਕਿ 6 ਮਹੀਨੇ ਤੋਂ ਉਹ ਦੇਖ ਰਹੇ ਨੇ, ਉਹਨਾਂ ਨੇ ਕਾਉਂਸਲਿੰਗ ਵੀ ਕਰਵਾਈ, ਸਭ ਕੁਝ ਕਰਵਾਇਆ ਪਰ ਆਪਣੇ ਖਰਚੇ ਦੇ, ਪਰ ਸਰਕਾਰ ਦੀ ਅੱਖਾਂ ਨਹੀਂ ਖੁੱਲੀਆਂ। ਠੀਕ ਹੈ ਰਾਜੇਸ਼, ਤੁਸੀਂ ਫਿਲਹਾਲ ਜਿਹੜੀ ਹੈ ਇਜਾਜ਼ਤ ਦਿਓ, ਅਸੀਂ ਤੁਹਾਡੇ ਕੋਲ ਦੁਬਾਰਾ ਕੋਸ਼ਿਸ਼ ਕਰਾਂਗੇ ਆਉਣ ਦੀ, ਪਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਹਾਲਾਤ ਨੇ ਉਹ ਕਾਫੀ ਵੱਧ ਤੋਂ ਬਦਤਰ ਫੈਲੇ ਹੋਏ ਨੇ, ਨਸ਼ੇ ਦੇ ਕਾਰਨ ਏਡਸ ਜਿਹੜਾ ਉਹ ਹੋ ਰਿਹਾ ਵਿਦਿਆਰਥੀਆਂ ਨੂੰ, ਤੇ ਨੌਜਵਾਨਾਂ ਦੀ ਨਹੀਂ ਹੁਣ ਵਿਦਿਆਰਥੀਆਂ ਦੀ ਗੱਲ ਆ ਰਹੀ ਹੈ। ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਨੌਜਵਾਨ ਨੇ ਜਿਹੜੇ ਵਿਦਿਆਰਥੀ ਨੇ, ਪਲੱਸ ਵਨ, ਪਲੱਸ ਟੂ, 8ਵੀਂ ਕਲਾਸ 9ਵੀਂ ਕਲਾਸ, ਬਹੁਤ ਹੀ ਛੋਟੇ ਬੱਚੇ ਜਿਹੜੇ ਨੇ ਇਸ ਏਡਸ ਦਾ ਸ਼ਿਕਾਰ ਹੋ ਰਹੇ ਨੇ ਨਸ਼ੇ ਦੇ ਕਰਕੇ। ਤੇ ਹੁਣ ਸਵਾਲਾਂ ਦੀ ਗੱਲ ਕਰੀਏ ਤਾਂ ਸਵਾਲ ਤੁਹਾਡੇ ਸਾਹਮਣੇ ਨੇ, ਕੈਪਟਨ ਦੀ ਨਸ਼ਾ ਮੁਹਿੰਮ ਦਾ ਅਸਰ ਕਿਉਂ ਨਹੀਂ ਵਿਖ ਰਿਹਾ? ਸਵਾਲ ਜਿਹੜੇ ਨੇ ਉਹ ਤੁਹਾਡੇ ਲਈ ਹੈ ਤੇ ਤੁਸੀਂ ਇਹਨਾਂ ਦਾ ਜਵਾਬ ਫੋਨ ਦੇ ਜ਼ਰੀਏ ਦੇ ਸਕਦੇ ਹੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਕੇ। ਨਸ਼ੇ ਨਾਲ ਏਡਸ ਫੈਲੇ ਵਿਦਿਆਰਥੀਆਂ ਦੀ ਜਾਨ ਦਾ ਜ਼ਿੰਮੇਵਾਰ ਕੌਣ ਹੈ? ਕੈਪਟਨ ਦੀ ਨਸ਼ਾ ਮੁਹਿੰਮ ਦਾ ਕਿਉਂ ਨਹੀਂ ਦਿਖ ਰਿਹਾ ਕੋਈ ਅਸਰ? ਸਰਕਾਰ ਨਸ਼ੇ ਨੂੰ ਰੋਕਣ ਲਈ ਕਿੰਨੀ ਕੁ ਗੰਭੀਰ ਹੈ? ਕਿ ਕੈਪਟਨ ਦੀ ਨਸ਼ਾ ਮੁਹਿੰਮ ਕਰ ਰਹੀ ਹੈ ਕੰਮ? ਤੁਹਾਨੂੰ ਯਾਦ ਕਰਾ ਦਈਏ ਕਿ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਕਿ ਉਹ 4 ਹਫ਼ਤੇ ਦੇ ਵਿੱਚ ਇਸ ਨਸ਼ੇ ਨੂੰ ਖਤਮ ਕਰ ਦੇਣਗੇ ਪੰਜਾਬ ਦੇ ਵਿੱਚ। ਪਰ ਗੱਲ ਕਰੀਏ ਕਿ ਉਸ ਤੋਂ ਬਾਅਦ ਨਸ਼ਾ ਜਿਹੜਾ ਉਹ ਪੂਰਾ ਧੜੱਲੇ ਦੇ ਨਾਲ ਵੱਧ ਰਿਹਾ, ਵਿਕ ਰਿਹਾ, ਨੌਜਵਾਨ ਉਸ ਨੂੰ ਆਸਾਨੀ ਦੇ ਨਾਲ ਪ੍ਰਾਪਤ ਕਰ ਰਹੇ ਨੇ, ਤੇ ਫਿਰ ਖੁੱਲਾ ਨਸ਼ਾ ਜਿਹੜਾ
ਸਰੇਆਮ ਉਹ ਪੰਜਾਬ ਦੇ ਵਿੱਚ ਚੱਲ ਰਿਹਾ, ਫਿਰ ਭਾਵੇਂ ਕਿਸੇ ਵੀ ਇਲਾਕੇ ਦੀ ਗੱਲ ਕਰੀਏ, ਬਰਨਾਲਾ ਦੀ ਗੱਲ ਕਰੀਏ, ਮਾਨਸਾ ਦੀ, ਬਠਿੰਡਾ ਦੀ, ਤਰਨ ਤਾਰਨ ਦੀ, ਜਲਾਲਾਬਾਦ ਦੀ, ਲੁਧਿਆਣਾ ਦੀ, ਮੋਗਾ ਦੀ, ਹਰ ਪਾਸੇ ਨੌਜਵਾਨ ਜਿਹੜੇ ਨੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰਦੇ ਦਿਖਾਈ ਦੇ ਰਹੇ। ਸਾਫ ਤੌਰ ਤੇ ਹੁਣ ਤਾਂ ਜਿਹੜਾ ਬਰਾਮਦਗੀਆਂ ਵੀ ਆ ਉਹ ਵੀ ਹੁੰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਇੰਜੈਕਸ਼ਨ ਸਰਿੰਜਾਂ ਜਿਹੜੀਆਂ ਨੇ ਸਾਫ ਤੌਰ ਤੇ ਮਿਲ ਰਹੀਆਂ ਨੇ। ਤੇ ਸਾਡੇ ਨਾਲ ਪਹਿਲੇ ਦਰਸ਼ਕ ਜੁੜੇ ਨੇ ਲੁਧਿਆਣਾ ਤੋਂ, ਸਤਵਿੰਦਰ ਜੀ। ਸਤਵਿੰਦਰ, ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕੀ ਕਹਿਣਾ ਚਾਹੁੰਦੇ ਹੋ ਇਸ ਗੰਭੀਰ ਜਿਹੜੀ ਲਾਨਤ ਹੈ ਨਸ਼ੇ ਦੀ ਲੱਗ ਚੁੱਕੀ ਹੈ ਪੰਜਾਬ ਨੂੰ। ਮੈਮ, ਪੰਜਾਬ ਨੂੰ ਬਹੁਤ ਹੀ ਵੱਡੀ ਲਾਨਤ ਲੱਗ ਚੁੱਕੀ ਆ ਮੈਮ। ਜਿਹੜੇ ਤਾਂ ਛੋਟੇ ਸਮਗਲਰ ਨੇ ਨਾ, ਉਹਨਾਂ ਨੂੰ ਕੋਈ ਟੋਡੇ ਵੇਚਦਾ, ਕੋਈ ਸੇਮ ਵੇਚਦਾ ਨਾ। ਜਿਹੜੇ ਚਿੱਟੇ ਦੇ ਵੱਡੇ ਸਮਗਲਰ ਨੇ ਉਹਨਾਂ ਨੂੰ ਕਿਉਂ ਨੀ ਫੜਿਆ ਜਾ ਰਿਹਾ? ਬਿਲਕੁਲ ਜੀ, ਇਹੀ ਵੱਡਾ ਸਵਾਲ ਹੈ। ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਪਹਿਲੇ ਦਰਸ਼ਕ ਜੁੜੇ ਸਵਾਲ ਚਿੰਤਾ ਦੇ ਵਿੱਚ ਕਰਦੇ ਨਜ਼ਰ ਆਏ, ਕਿਉਂ ਨਹੀਂ ਫੜਾਇਆ ਜਾ ਰਿਹਾ ਨਸ਼ਾ ਤਸਕਰਾਂ ਨੂੰ? ਸਾਡਾ ਸਵਾਲ ਵੀ ਇਹੀ ਹੈ ਕਿ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਫੜਾਇਆ ਜਾ ਰਿਹਾ? ਕਿਉਂ ਜਿਹੜੀ ਸਰਕਾਰ ਹੈ ਸੁੱਤੀ ਪਈ ਹੈ, ਕਿਉਂ ਪ੍ਰਸ਼ਾਸਨ ਸੁੱਤਾ ਪਿਆ? ਹਲੇ ਵੀ ਸਾਡੇ ਪੱਤਰਕਾਰ ਦੱਸ ਰਹੇ ਸੀ ਕਿ ਖਬਰ ਆਉਣ ਦੇ ਬਾਬਤ ਵੀ ਸਿਰਫ ਆਪਣਾ ਪ੍ਰੂਫ ਹੀ ਸਰਕਾਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹਨੇ ਮੁਕਾਇਆ, ਪਰ ਕੋਈ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ। ਤੇ ਹੁਣ ਸਵਾਲ ਤੁਹਾਡੇ ਲਈ, ਤੇ ਫਿਰੋਜ਼ਪੁਰ ਤੋਂ ਦਰਸ਼ਕ ਜੁੜੇ ਨੇ, ਗੱਲ ਕਰਾਂਗੇ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਫਿਰੋਜ਼ਪੁਰ ਤੋਂ ਦਰਸ਼ਕ ਜੁੜੇ, ਜੇਕਰ ਆਵਾਜ਼ ਸੁਣ ਪਾ ਰਹੇ ਨੇ ਤਾਂ ਗੱਲ ਕਰ ਸਕਦੇ ਨੇ। ਕੀ ਕਹਿਣਾ ਤੁਹਾਡਾ ਇਸ ਮੁਹਿੰਮ ਤੇ ਜਿਹੜੀ ਕੈਪਟਨ ਦੀ ਨਿਸ਼ਾਨ ਮੁਹਿੰਮ ਚਲਾਈ ਗਈ ਹੈ, ਕੀ ਕੰਮ ਕਰ ਰਹੀ ਹੈ ਜਾਂ ਫਿਰ ਨਹੀਂ? ਨਹੀਂ, ਇਹ ਕਹਿਣਾ ਚਾਹੁੰਦੇ ਜੀ ਵੀ ਜਦੋਂ, ਹੈਲੋ ਜੀ, ਆਵਾਜ਼ ਆ ਰਹੀ ਹੈ ਤੁਹਾਡੀ, ਤੁਸੀਂ ਗੱਲ ਰੱਖ ਸਕਦੇ ਹੋ ਆਪਣੀ। ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਸਰਹੱਦ ਤੋਂ ਸਮੈਕ ਜਾਂ ਚਿੱਟਾ ਫੜਿਆ ਜਾਂਦਾ ਹੈ ਉਹਨੂੰ ਉਸੇ ਤੋਂ ਵੀ ਨਸ਼ ਕੀਤਾ ਜਾਂਦਾ, ਉਹਦੀ ਕੌਮਾਂਤਰੀ ਕੀਮਤ ਕਿਉਂ ਦੱਸੀ ਜਾਂਦੀ? 1,000,000 ਬਾਜ਼ਾਰ ਵਿੱਚ ਕੀਮਤ ਆ ਜੀ। ਬਿਲਕੁਲ, ਕੀਮਤਾਂ ਦੱਸ ਕੇ ਹੀ ਵਿਗਾੜਿਆ ਜਾ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ। ਇਹ ਵੀ ਇੱਕ ਵੱਡਾ ਪੁਆਇੰਟ, ਕਿਉਂ ਕੀਮਤ ਦੱਸੀ ਜਾਂਦੀ ਹੈ? ਕਿਉਂਕਿ ਉਸੇ ਕੀਮਤ ਦੇ ਕਰਕੇ ਹੀ ਜਿਹੜੇ ਤਸਕਰ ਨੇ ਉਹ ਲਾਲਚ ਦੇ ਵਿੱਚ ਆ ਜਾਂਦੇ ਨੇ, ਇਸੇ ਕਰਕੇ ਉਹ ਨਸ਼ਾ ਤਸਕਰੀ ਕਰਦੇ ਨੇ, ਤੇ ਫਿਰ ਖੁੱਲਾ ਨਸ਼ਾ ਜਿਹੜਾ ਹੈ ਉਹ ਵੇਚਿਆ ਜਾਂਦਾ ਨੌਜਵਾਨਾਂ ਨੂੰ, ਛੋਟੇ ਛੋਟੇ ਵਿਦਿਆਰਥੀ। ਖਾਸ ਤੌਰ ਤੇ ਚਿੰਤਾ ਦੀ ਗੱਲ, ਦਿਲ ਜਿਹੜਾ ਉਹ ਪੂਰੀ ਤਰ੍ਹਾਂ ਝੰਜੋੜਿਆ ਜਾਂਦਾ। ਜਸਵੰਤ ਸਿੰਘ ਜੁੜੇ ਨੇ ਤਰਨ ਤਾਰਨ ਤੋਂ। ਜੀ ਜਸਵੰਤ, ਤੁਹਾਡਾ ਸਵਾਗਤ ਹੈ, ਕੀ ਕੁਛ ਕਹੋਗੇ? ਹੈਲੋ ਜੀ, ਆਵਾਜ਼ ਆ ਰਹੀ ਹੈ ਤੁਹਾਡੀ, ਗੱਲ ਰੱਖ ਸਕਦੇ ਹੋ ਆਪਣੀ? ਹਾਂਜੀ, ਜਿੰਨੀ ਪੁਲਿਸ ਸਾਰੀ ਨਸ਼ੇ ਵੇਚਣ ਨਾਲ ਹੀ ਰਲੀ ਆ ਜੀ। ਹਾਂ, ਨਸ਼ਾ ਵੇਚਣ ਵਾਲਿਆਂ ਨੂੰ ਪਨਾਹ ਦਿੱਤਾ ਜਾਂਦਾ, ਛੱਡ ਦਿੱਤਾ ਜਾਂਦਾ। ਠੀਕ ਹੈ ਜਸਵੰਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਲਈ। ਸਿੱਧੇ ਤੌਰ ਤੇ ਜਸਵੰਤ ਜੀ ਤਰਨ ਤਾਰਨ ਤੋਂ, ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਜਿਹੜੀ ਹੈ ਉਹ ਨਸ਼ਾ ਤਸਕਰਾਂ ਦੇ ਨਾਲ ਮਿਲੀ ਹੋਈ ਹੈ। ਬਠਿੰਡਾ ਤੋਂ ਜੁੜੇ ਨੇ ਜਗਜੀਤ ਸਿੰਘ ਜੀ, ਕੀ ਕੁਛ ਕਹੋਗੇ ਤੁਸੀਂ? ਜਿਹੜੀ ਨਸ਼ੇ ਦੀ ਮੁਹਿੰਮ ਚਲਾਈ ਗਈ, ਸੋਹਾਂ ਖਾਧੀਆਂ ਗਈਆਂ, ਉਸ ਤੇ ਕਿੰਨੀ ਕਾਰਗਰ ਸਾਬਤ ਹੈ ਸਾਡੀ ਸਰਕਾਰ? ਇਹਨਾਂ ਦੇ SHO ਜੀ, ਠੀਕ ਹੈ, ਧੰਨਵਾਦ ਤੁਹਾਡਾ। ਫਿਰੋਜ਼ਪੁਰ ਤੋਂ ਜੁੜੇ ਨੇ ਦਰਸ਼ਕ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੀ ਤੁਸੀਂ ਕੀ ਕਹੋਗੇ, ਤੁਹਾਡਾ ਕੀ ਕਹਿਣਾ ਇਸ ਮੁਹਿੰਮ ਤੇ? ਮੈਂ ਜੀ ਇੱਕ 14 ਸਾਲ ਦਾ ਬੱਚਾ ਹਾਂ, ਮੈਨੂੰ ਆਪ ਨੂੰ ਡਰ ਲੱਗਦਾ ਹੈ ਕਿਉਂਕਿ ਮੈਂ ਵੀ ਅੱਗੇ ਜਾ ਕੇ ਨੌਜਵਾਨ ਬਣਨਾ ਹਾਂ ਜੀ। ਬਿਲਕੁਲ, ਵਾਕਈ ਚਿੰਤਾਜਨਕ ਗੱਲ, ਤੁਹਾਡਾ ਧੰਨਵਾਦ ਜੁੜਨ ਦੇ ਲਈ। 14 ਸਾਲ ਦੇ ਮਾਸੂਮ ਬੱਚੇ ਦੀ
ਕਾਲ ਆਈ ਤੇ ਉਹ ਜੁੜੇ ਦਰਸ਼ਕ ਉਹਨਾਂ ਦਾ ਕਹਿਣਾ ਕਿ ਉਹਨੂੰ ਵੀ ਡਰ ਲੱਗ ਰਿਹਾ ਕਿ ਅੱਗੇ ਮੈਂ ਵੀ ਨੌਜਵਾਨ ਹੋਣਾ ਸੋ ਇਸ ਤੋਂ ਵੱਡੀ ਲਾਂਚ ਸਰਕਾਰ ਲਈ ਹੋਰ ਕੋਈ ਨਹੀਂ ਹੋ ਸਕਦੀ ਸ਼ਾਇਦ ਰਣਬੀਰ ਸਿੰਘ ਜੁੜੇ ਨੇ ਜਗਰਾਓਂ ਤੋਂ ਜੀ ਤੁਸੀਂ ਕੀ ਕਹੋਗੇ ਸਿੰਘ ਸਾਹਿਬ ਸਵਾਗਤ ਹੈ ਤੁਹਾਡਾ ਮੈਡਮ ਜੀ ਅੱਗੇ ਨਾ ਜਦੋਂ ਮਾਰੂ ਨਸ਼ਾ ਨਹੀਂ ਹੁੰਦਾ ਸੀ ਪੰਜਾਬ ਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਸੀ ਜੀ ਤੇ ਜੋ ਕੈਪਟਨ ਗਾਂਧੀ ਸਾਹਿਬ ਨੇ ਕਿਹਾ ਸੀ ਕਿ ਪੋਸਟ ਦੀ ਖੇਤੀ ਹੋ ਜਾਵੇ ਨੌਜਵਾਨ ਪੀੜ੍ਹੀ ਬਚ ਸਕਦੀ ਆ ਠੀਕ ਹੈ ਧੰਨਵਾਦ ਤੁਹਾਡਾ ਅਜੀਤ ਸਿੰਘ ਜੁੜੇ ਨੇ ਮੋਗਾ ਤੋਂ ਜੀ ਮਨਦੀਪ ਸਿੰਘ ਕੀ ਕਹੋਗੇ ਤੁਸੀਂ ਜਿਹੜੀ ਇੰਡਸਟਰੀ ਆਫਿਸ ਮਤਲਬ ਮੱਚ ਰਹੀ ਆ ਤੁਹਾਡੇ ਸੰਪਰਕ ਸਾਧਨ ਦੇ ਵਿੱਚ ਸਮੱਸਿਆ ਆ ਰਹੀ ਕਿਤੇ ਨਾ ਕਿਤੇ ਫਿਲਹਾਲ ਧੰਨਵਾਦ ਹੈ ਤੁਹਾਡਾ ਤੁਸੀਂ ਜੁੜੇ ਤੇ ਇੱਕ ਗੁਜ਼ਾਰਿਸ਼ ਹੈ ਦਰਸ਼ਕਾਂ ਨੂੰ ਅਪੀਲ ਹੈ ਕਿ ਜਦੋਂ ਵੀ ਕਾਲ ਕਰੋ ਤਾਂ ਤੁਸੀਂ ਟੀਵੀ ਦਾ ਵਾਲਿਊਮ ਬੰਦ ਰੱਖਿਆ ਕਰੋ ਨਹੀਂ ਤਾਂ ਸੰਪਰਕ ਸਾਧਨ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਦੱਸ ਦਈਏ ਕਿ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਬਰਨਾਲਾ ਦੀਆਂ ਨੇ ਜਿੱਥੇ ਸਰਿੰਜਾਂ ਮਿਲੀਆਂ ਨੇ ਯੂਜ਼ਡ ਸਰਿੰਜਾਂ ਨੂੰ ਵਰਤ ਕੇ ਜਿਹੜੇ ਵਿਦਿਆਰਥੀ ਨੇ ਉਹ ਨਸ਼ਾ ਕਰ ਰਹੇ ਨੇ ਜਗਜੀਤ ਸਿੰਘ ਜੁੜੇ ਨੇ ਫਰੀਦਕੋਟ ਤੋਂ ਜੀ ਜਗਜੀਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਡਮ ਪੁਲਿਸ ਦਾ ਕੁਝ ਕਰ ਨਹੀਂ ਰਹੀ ਜੀ ਪੁਲਿਸ ਕੋਈ ਕਰ ਨਹੀਂ ਰਹੀ ਸਾਡੇ ਰੋਜ਼ ਪਿੰਡ ਰੇਡ ਪੈ ਜਾਂਦੀ ਆ ਤੇ ਨਾ ਕੋਈ ਰੇਡ ਪੈਂਦੀ ਹੈ ਤੇ ਫੇਰ ਕੋਈ ਕਾਰਵਾਈ ਨਹੀਂ ਹੋ ਰਹੀ ਤਸਕਰ ਨਹੀਂ ਫੜੇ ਜਾ ਰਹੇ ਜਾਂਦੇ ਪੁਲਿਸ ਕੀ ਨਸ਼ਾ ਵਾਧੂ ਬਿਲਕੁਲ ਠੀਕ ਹੈ ਧੰਨਵਾਦ ਤੁਹਾਡਾ ਫਰੀਦਕੋਟ ਤੋਂ ਜੁੜਨ ਦੇ ਲਈ ਉਹਨਾਂ ਦਾ ਕਹਿਣਾ ਕਿ ਰੇਡ ਪੈ ਰਹੀ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਨਸ਼ਾ ਜਿਹੜਾ ਉਸੇ ਰਫਤਾਰ ਨਾਲ ਵਿਕ ਰਿਹਾ ਦੁਬਾਰਾ ਅਪੀਲ ਕਰਨਾ ਚਾਹਾਂਗੀ ਦਰਸ਼ਕਾਂ ਨੂੰ ਜਦੋਂ ਵੀ ਤੁਸੀਂ ਫੋਨ ਕਰੋ ਸੰਪਰਕ ਦੇ ਵਿੱਚ ਆਓ ਤਾਂ ਉਦੋਂ ਟੀਵੀ ਦਾ ਵਾਲਿਊਮ ਬੰਦ ਕਰ ਦਿਆ ਕਰੋ ਨਹੀਂ ਤਾਂ ਸੰਪਰਕ ਸਾਧਨ ਦੇ ਵਿੱਚ ਸਮੱਸਿਆ ਆ ਜਾਂਦੀ ਮਨਜਿੰਦਰ ਸਿੰਘ ਜੁੜੇ ਨੇ ਲੁਧਿਆਣਾ ਤੋਂ ਸਾਡੇ ਨਾਲ ਜੀ ਮਨਜਿੰਦਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਹੁੰ ਖਾਧੀ ਸੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪਰ ਇਹ ਤਸਵੀਰਾਂ ਵਾਕਈ ਦਿਲ ਦਹਿਲਾ ਜਾਂਦੀਆਂ ਨੇ ਹੈਲੋ ਜੀ ਮੈਡਮ ਇੱਦਾਂ ਨਾ ਜੀ ਹੁਣ ਤਾਂ ਪੰਜਾਬ ਚ ਰਹਿਣ ਲੱਗੇ ਸਾਨੂੰ ਡਰ ਲੱਗਣ ਲੱਗ ਗਿਆ ਜੀ ਤੇ ਇਹ ਚਾਹੀਦਾ ਵੀ ਜਿਹੜੀ ਪੰਜਾਬ ਪੁਲਿਸ ਆ ਨਾ ਉਹਨੂੰ ਇੱਕ ਸਾਲ ਲਈ ਕਿਤੇ ਦੂਜੇ ਪਾਸੇ ਉਹਨੂੰ ਭੇਜ ਦੇਣਾ ਚਾਹੀਦਾ ਤੇ ਉਧਰਲੀ ਕੋਈ ਪੁਲਿਸ ਕਰਵਾ ਦੋ ਤੇ ਆਪੇ ਨਸ਼ਾ ਬੰਦ ਹੋ ਜਾਊਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਵੰਤ ਸਿੰਘ ਜੁੜੇ ਨੇ ਸਰਹੰਦ ਤੋਂ ਜੀ ਸੁਖਵੰਤ ਜੀ ਤੁਸੀਂ ਕੀ ਕਹੋਗੇ ਹਾਂਜੀ ਮੈਡਮ ਜੀ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਯੂਪੀ ਦੇ ਵਿੱਚ ਮਤਲਬ ਜਿਹੜੇ ਪੁਲਿਸ ਕਰਮਚਾਰੀ ਨੇ ਅਣਗਹਿਲੀ ਕਰੀ ਹੈ ਉਹ 28 ਬੰਦੇ ਇਹਨਾਂ ਨੇ ਮਤਲਬ ਜਬਰੀ ਰਿਟਾਇਰ ਕਰਤੇ ਜੀ ਠੀਕ ਹੈ ਜੀ ਤੇ ਹੁਣ ਮਤਲਬ ਜਦੋਂ ਇਹ ਸਾਰੀ ਪ੍ਰਸ਼ਾਸਨ ਦੀ ਇਹ ਪੁਲਿਸ ਦੀ ਖਾਸ ਕਰਕੇ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਸਭ ਕੁਛ ਵੀਡੀਓ ਦੇ ਵਿੱਚ ਬਣ ਜਾਂਦਾ ਹੈ ਫਿਰ ਵੀ ਇਹ ਕਹਿ ਦਿੰਦੇ ਬਸ ਮਤਲਬ ਤਫਤੀਸ਼ ਕਰ ਰਹੇ ਹੈ ਕਾਰਵਾਈ ਕਰ ਰਹੇ ਹੈ ਠੀਕ ਹੈ ਨਾ ਉਹਦੇ ਕਰਕੇ ਮਤਲਬ ਹਾਂ ਉਹ ਕਾਰ ਵੀ ਜਦ ਇੱਕ ਵੀਡੀਓ ਦੇ ਵਿੱਚ ਸਭ ਕੁਛ ਦਿਖ ਰਿਹਾ ਤੇ ਕਾਰਵਾਈ ਦਾ ਕੀ ਮਤਲਬ ਰਹਿ ਗਿਆ ਇਹਨਾਂ ਨੂੰ ਜਿਹੜੇ ਅਣਗਹਿਲੀ ਕਰਦੇ ਆ ਬੰਦਿਆਂ ਨੂੰ ਜਬਰੀ ਰਿਟਾਇਰ ਨਹੀਂ ਖਾਣਾ ਜਾਂ ਸਸਪੈਂਡ ਮਤਲਬ ਘਰ ਤੋੜ ਦੇਣਾ ਚਾਹੀਦਾ ਬਿਲਕੁਲ ਜੀ ਗੁੱਸਾ ਵਾਜਿਬ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਤੇ ਪੰਜਾਬ ਦੇ ਲੋਕ ਨੇ ਜਿਹੜੇ ਗੁੱਸਾ ਕਰ ਰਹੇ ਨੇ ਤੇ ਉਹਨਾਂ ਦਾ ਗੁੱਸਾ ਵਾਜਿਬ ਆ ਅੰਮ੍ਰਿਤਪਾਲ ਜੁੜੇ ਨੇ ਸਾਡੇ ਨਾਲ ਦਰਸ਼ਕ ਜੀ ਤੁਸੀਂ ਕੀ ਕਹੋਗੇ ਮੈਡਮ ਸਾਡੇ ਤਾਂ ਨਸ਼ਾ ਬਾਲਾ ਚੱਲਦਾ ਜੀ ਇਹਦਾ ਵੀ ਕੋਈ ਜੇ ਹੁੰਦਾ ਮੀਡੀਆ ਤੇ ਕਹਿਣ ਦਿਓ ਧੂਰੀ ਆ ਕੇਆਰ ਵੀ ਐਲਫਾਈਟੀ ਦੇ ਨਾਲ ਬਹੁਤ ਜ਼ਿਆਦਾ ਨਸ਼ਾ ਚੱਲ ਰਿਹਾ ਜੀ ਇਹਨੂੰ ਜੇ ਫੜੇ ਜਾਣ ਇਹ ਅੰਦਰ ਦੇ ਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂ ਇਹਨਾਂ ਨੂੰ ਕੈਡੀ ਤੋਂ ਕੈਡੀ ਸਜ਼ਾ ਮੁੜ ਕੇ ਨਸ਼ੇ ਦਾ ਨਾਂ ਕਾਰੋਬਾਰ ਕਰਨ ਇਹ ਜੀ ਧੰਨਵਾਦ ਤੁਹਾਡਾ ਜੁੜਨ ਲਈ ਤੇ ਖਬਰ ਵੀ ਦੇ ਰਹੇ ਸੀ ਕਿ ਹਰ ਪਾਸੇ ਜਿਹੜਾ ਨਸ਼ਾ ਤੜਲੇ ਨਾਲ ਵਿਕ ਰਿਹਾ
ਅਗਲੇ ਦਰਸ਼ਕ ਜੁੜੇ ਨੇ ਸੰਦੀਪ ਕੁਮਾਰ ਸਾਡੇ ਨਾਲ। ਸੰਦੀਪ, ਤੁਸੀਂ ਕੀ ਕਹੋਗੇ? ਹੈਲੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮੈਡਮ, ਇਹ ਜਿਹੜਾ ਨਸ਼ਾ ਹੈਗਾ, ਛੋਟਾ ਬੰਦਾ ਤਾਂ ਕੋਈ ਲਿਆਂਦਾ ਹੀ ਨਹੀਂ ਜੀ। ਇਹ ਤਾਂ ਵੱਡੀਆਂ ਭੇਡਾਂ ਨੇ, ਇਹਨਾਂ ਨਾਲ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਨੇ, ਤੇ ਤਾਂ ਤਾਂ ਸਾਡੇ ਬੱਚੇ ਜਿਹੜੇ ਸਾਰੇ ਖਰਾਬ ਹੋ ਰਹੇ ਨੇ। ਗਰੀਬ ਬੰਦਾ ਤਾਂ ਕਰੋੜ ਕਰੋੜ ਰੁਪਏ ਦਾ ਨਸ਼ਾ ਕਿੱਥੋਂ ਲਊਗਾ? ਇਹ ਤਾਂ ਸਪਲਾਈ ਕਰਨ ਵਾਸਤੇ ਛੋਟੇ ਛੋਟੇ ਜਿਹੜੇ ਬੱਚਿਆਂ ਨੂੰ ਯੂਜ਼ ਕਰਦੇ ਨੇ। ਬਿਲਕੁਲ ਜੀ, ਵੱਡੀ ਸਮੱਸਿਆ ਉਹੀ ਹੈ ਕਿ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ, ਵਾਅਦੇ ਵੀ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਤਾਂ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ। ਮਨਦੀਪ ਕੌਰ ਜੁੜੇ ਨੇ ਅਨੰਦਪੁਰ ਸਾਹਿਬ ਤੋਂ। ਜੀ ਮਨਦੀਪ ਕੌਰ, ਤੁਸੀਂ ਕੀ ਕਹੋਗੇ? ਟੀਚਰਾਂ ਵਾਲੇ ਨੇ ਜ਼ਿਆਦਾ ਬਿਗਾੜ ਹੋਏ ਆ, ਨਸ਼ਿਆਂ ਨੂੰ ਜ਼ਿਆਦਾ ਬੜਾਵਾ ਦਿੰਦੇ ਪਏ ਆ ਟੀਚਰਾਂ ਵਾਲੇ। ਗੋਲੀਆਂ ਖਾਣੇ ਸਿਖਾਉਂਦੇ ਪਏ ਬੱਚਿਆਂ ਨੂੰ, ਗੋਲੀਆਂ ਚਲਾਉਣੇ ਸਿਖਾਉਂਦੇ ਪਏ ਬੱਚਿਆਂ ਨੂੰ। ਹਾਂਜੀ ਮੈਡਮ ਜੀ, ਧੰਨਵਾਦ ਤੁਹਾਡਾ ਜੁੜਨ ਦੇ ਲਈ, ਤੇ ਹਰ ਇੱਕ ਦਾ ਦੁੱਖ ਜਿਹੜਾ ਵਾਜਿਬ ਹੈ, ਹਰ ਇੱਕ ਜਿਹੜਾ ਚਿੰਤਾ ਦੇ ਵਿੱਚ ਹੈ ਪੰਜਾਬ ਨੂੰ ਲੈ ਕੇ। ਮੋਗਾ ਤੋਂ ਜੁੜੇ ਨੇ ਦਰਸ਼ਕ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਵਾਗਤ ਹੈ ਤੁਹਾਡਾ। ਮੈਡਮ ਜੀ, ਮੈਂ ਤਾਂ ਕਹਿਣਾ ਜੀ, ਇਹਦੇ ਨਾਲ ਸਖਤੀ ਦੇ ਨਾਲ ਰੋਕਿਆ ਜਾਣਾ ਚਾਹੀਦਾ ਇਹਨੂੰ, ਔਰ ਇਹ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਚਿੰਨੀਆਂ ਕਾਲੀਆਂ ਭੇਡਾਂ ਸਾਰੀਆਂ ਬਾਹਰ ਕੱਢੀਆਂ ਜਾਣ ਇਹਦੇ ਵਿੱਚ। ਬਿਲਕੁਲ ਜੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਉਹ ਕਰਦੀ ਕਿਤੇ ਨਜ਼ਰ ਨਹੀਂ ਆ ਰਹੀ। ਧੰਨਵਾਦ ਤੁਹਾਡਾ ਜੁੜਨ ਦੇ ਲਈ। ਵਾਕਈ ਇਹਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ, ਹਰ ਇੱਕ ਦੀ ਮੰਗ ਹੀ ਹੈ। ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਤੋਂ ਇਹ ਖ਼ਬਰ ਦਿਖਾਈ ਹੈ, ਉਸ ਤੋਂ ਬਾਅਦ ਵੀ ਜਿਹੜਾ ਇਹ ਸਾਰਾ ਸਰਿੰਜਾ ਇਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ, ਅੱਗ ਲਾਈ ਗਈ, ਪਰ ਕੋਈ ਕਾਰਵਾਈ ਨਹੀਂ ਕੀਤੀ। ਜਗਤਾਰ ਸਿੰਘ ਜੁੜੇ ਨੇ ਫਰੀਦਾਬਾਦ ਤੋਂ। ਜਸਪਾਲ ਸਿੰਘ ਜੀ, ਜਸਪਾਲ ਕੀ ਕਹੋਗੇ? ਹਾਂਜੀ ਹਾਂਜੀ ਮੈਮ ਜੀ, ਇਹ ਜੋ ਸਿਲਸਿਲਾ ਮੈਮ, ਇਹ ਪਤਾ ਲੰਬੀ ਚੌੜੀ ਲੰਬੀ, ਇਹ ਬਹੁਤ ਗਹਿਰਾਈ ਸੇ ਦੇਖਣੇ ਵਾਲੀ ਬਾਤ ਆ। ਜੋ ਜੋ ਇਹ ਗੱਲ ਆ ਮੈਮ ਜੀ, ਪੰਚਾਇਤਾਂ ਨੂੰ, ਜੋ ਪੰਚਾਇਤਾਂ ਵੀ ਇਹਦੇ ਵਿੱਚ ਕਸੂਰਵਾਰ ਆ, ਪੁਲਿਸ ਵੀ ਮਿਲੀ ਹੈ, ਜੋ ਪੰਚਾਇਤਾਂ ਮਿਲੀ ਭਗਤ, ਜੋ ਪੰਚਾਇਤਾਂ ਪਿੰਡਾਂ ਦੇ ਵਿੱਚ ਲੋਕ ਮਤਲਬ ਕਿ ਜੋ ਦੁਕਾਨਾਂ ਮੈਡੀਕਲ ਦੀਆਂ, ਜੋ ਲੋਕ ਮਤਲਬ ਕਿ ਵੀ ਗੁਪਤ ਨਸ਼ਾ ਵੇਚਦੇ ਆ, ਜੋ ਇਹ ਸਰਪੰਚ ਨੂੰ ਸਭ ਪਤਾ ਹੁੰਦਾ, ਮੈਂਬਰਾਂ ਨੂੰ ਸਭ ਪਤਾ ਹੁੰਦਾ, ਪੰਚਾਇਤ ਔਰ ਮੈਂਬਰ ਸਭ ਇਹਨਾਂ ਚੀਜ਼ਾਂ ਦੇ ਇਨਵੋਲ ਆ, ਉਹ ਜਾ ਕੇ ਕਿਉਂ ਨੀ ਰਿਪੋਰਟ ਕਰਦੇ ਵੀ ਮਤਲਬ ਕਿ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਮੁੰਡੇ ਦੇ ਵਿੱਚ ਇਹ ਕੰਮ ਹੋ ਰਿਹਾ, ਕਿਉਂ ਜੋ ਉਹਨਾਂ ਨੂੰ ਪੁਲਿਸ ਕਿਉਂ ਉਹਨਾਂ ਦੇ ਮਗਰ ਜਾਂਦੇ ਆ, ਕਿਉਂ ਉਹਨਾਂ ਦੀ ਮਦਦ ਕਰਦੇ ਆ, ਜਾਂ ਇਹ ਲੋਕ ਇਹਨਾਂ ਨੂੰ ਕਿਉਂ ਨੀ ਸਮਝਾਉਂਦੇ? ਜਦ ਸਭ ਤੋਂ ਪਹਿਲੇ ਪੰਚਾਇਤ ਦੀ ਜ਼ਿੰਮੇਵਾਰੀ ਹੈ। ਬਿਲਕੁਲ ਜੀ, ਪੰਚਾਇਤ ਜ਼ਿੰਮੇਵਾਰ ਹੈ, ਤੁਹਾਡਾ ਕਹਿਣਾ ਬਿਲਕੁਲ ਸਹੀ। ਬਹੁਤ ਬਹੁਤ ਧੰਨਵਾਦ ਜੁੜਨ ਲਈ। ਨੁੱਕੜ ਵਾਲੇ, ਦੁਕਾਨਾਂ ਵਾਲੇ, ਆਮ ਲੋਕਲ ਬੰਦੇ ਜਿਹੜੇ ਨੇ, ਸਭ ਰਲੇ ਮਿਲੇ ਹੁੰਦੇ ਨੇ। ਗੁਰਦਾਸਪੁਰ ਤੋਂ ਜੁੜੇ ਨੇ ਅੰਜੂ ਸ਼ਰਮਾ ਸਾਡੇ ਨਾਲ। ਜੀ ਅੰਜੂ, ਤੁਸੀਂ ਕੀ ਕਹੋਗੇ? ਮੈਡਮ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਤੁਹਾਡੇ ਮੀਡੀਆ ਰਾਹੀਂ ਕਿ ਸਰਕਾਰ ਦੇ ਕੰਨ ਖੋਲੋ, ਸਰਕਾਰ ਨੂੰ ਕਹੋ ਜਾਗੋ, ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ ਜੀ, ਸਾਡੀ ਯੁਵਾ ਪੀੜ੍ਹੀ ਨਸ਼ਿਆਂ ਦੇ ਨਾਲ ਬਰਬਾਦ ਹੋ ਰਹੀ ਹੈ। ਮੈਡਮ, ਇਹਨਾਂ ਨੂੰ ਕਹੋ ਕਿ ਰੁਜ਼ਗਾਰ ਦਿਓ, ਸਾਡੇ ਬੱਚੇ ਸਿੱਧੇ ਰਸਤੇ ਚੱਲਣ, ਨਸ਼ਿਆਂ ਦੀ ਦਲਦਲ ਚ ਫਸੀ ਜਾ ਰਹੇ ਆ ਜੀ। ਦੁੱਖ ਜਿਹੜਾ ਉਹ ਸਮਝ ਸਕਦੇ ਹਾਂ, ਕਿਉਂਕਿ ਵਾਕਈ ਤਸਵੀਰਾਂ ਜਿਹੜੀਆਂ ਨੇ ਦਿਲ ਦਹਿਲਾ ਦੇਣ ਵਾਲੀਆਂ ਨੇ, ਔਰ ਯਕੀਨ ਕਰਨਾ ਵੀ ਮੁਸ਼ਕਿਲ ਹੁੰਦਾ ਕਿ ਇਹ ਪੰਜਾਬ ਦੀਆਂ ਤਸਵੀਰਾਂ ਨੇ, ਪੰਜਾਬ ਦੀਆਂ ਤਸਵੀਰਾਂ, ਔਰ ਵਾਕਈ ਜਿਹੜੀਆਂ ਉਹ ਦਿਲ ਝੰਜੋੜ ਜਾਂਦੀਆਂ ਨੇ। ਅਗਲੇ ਦਰਸ਼ਕ ਜੁੜੇ ਨੇ ਸਾਡੇ ਨਾਲ, ਰਜਿੰਦਰ ਜੀ। ਰਜਿੰਦਰ, ਤੁਸੀਂ ਕੀ ਕਹੋਗੇ? ਯਮੁਨਾਨਗਰ ਤੋਂ ਹੈ ਜੀ, ਯਮੁਨਾਨਗਰ ਹਰਿਆਣੇ ਤੋਂ ਜੀ। ਮੈਡਮ, ਜਦ ਤੱਕ ਸਾਡੇ ਪ੍ਰਸ਼ਾਸਨ ਨਹੀਂ ਇਸ ਚੀਜ਼ ਦੇ ਖਿਲਾਫ ਹੁੰਦਾ, ਉਹਨਾਂ ਚਿਰ ਨਸ਼ਾ ਨਹੀਂ ਬੰਦ ਹੋ ਸਕਦਾ ਜੀ।
ਸਵਾਲ ਹੋਈ ਹੈ ਪ੍ਰਸ਼ਾਸਨ ਜਿਹੜਾ ਹੈ ਵਾਕਈ ਸੁੱਤਾ ਪਿਆ। ਧੰਨਵਾਦ ਤੁਹਾਡਾ ਜੁੜਨ ਦੇ ਲਈ। ਯਮੁਨਾਨਗਰ ਤੋਂ ਦਰਸ਼ਕ ਜੁੜੇ ਪ੍ਰਸ਼ਾਸਨ ਨੂੰ ਆਵਾਜ਼ਾਂ ਦੇ ਰਹੇ ਨੇ ਕਿ ਇਹਨਾਂ ਨੂੰ ਜਗਾਓ, ਪਰ ਕਿਤੇ ਵੀ ਨਜ਼ਰ ਨਹੀਂ ਆ ਰਹੇ। ਜਿਹੜੇ ਵਾਅਦੇ ਕੀਤੇ ਉਹ ਵੀ ਖੋਖਲੇ ਸਾਬਿਤ ਹੋ ਰਹੇ ਨੇ। ਨਿਰਵੈਰ ਸਿੰਘ ਜੁੜੇ ਨੇ ਮੁਕਤਸਰ ਸਾਹਿਬ ਤੋਂ। ਜੀ ਨਿਰਵੈਰ, ਤੁਸੀਂ ਕੀ ਕਹੋਗੇ? ਸਤਿ ਸ੍ਰੀ ਅਕਾਲ ਮੈਡਮ। ਸਤਿ ਸ੍ਰੀ ਅਕਾਲ ਜੀ। ਮੈਡਮ ਇੱਕ ਤਾਂ ਕਸੂਰ ਪਤਾ ਕਿੰਨਾ ਦਾ, ਇੱਕ ਤਾਂ ਪ੍ਰਸ਼ਾਸਨ ਦਾ ਹੀ ਕਸੂਰ ਆ ਤੇ ਕੁਛ ਜਿਹੜੇ ਇਹ ਲੀਡਰਾਂ ਵਾਲੀ ਸ਼ਹਿਰ ਦੇ ਨਸ਼ਾ ਵੇਖਦਾ, ਜਿਹਨੇ ਜਦ ਲੋਕ ਨੀ ਨਾ ਜਾਗਦੇ ਇਹਨਾਂ ਦੇ ਖਿਲਾਫ਼, ਆਵਾਜ਼ ਨੀ ਉਠਾਉਂਦੇ, ਸੜਕਾਂ ਤੇ ਨਹੀਂ ਆਉਂਦੇ, ਕੁਛ ਵੀ ਉਹਨੇ ਹੱਲ ਨੀ ਹੋਣਾ। ਬਿਲਕੁਲ ਜੀ, ਵੱਡਾ ਸਵਾਲ ਇਹ ਹੈ ਕਿ ਸਾਰੇ ਹੀ ਇੱਕ ਦੂਜੇ ਨਾਲ ਰਲੇ ਮਿਲੇ ਹੋਏ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਦਵਿੰਦਰ ਸਿੰਘ ਜੁੜੇ ਨੇ ਅਗਲੇ ਦਰਸ਼ਕ ਹੁਸ਼ਿਆਰਪੁਰ ਤੋਂ। ਦਵਿੰਦਰ, ਤੁਸੀਂ ਕੀ ਕਹੋਗੇ ਇਹਨਾਂ ਤਸਵੀਰਾਂ ਨੂੰ ਦੇਖ ਕੇ? ਮਤਲਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ। ਜਿਸ ਪਹਿਲਾਂ ਅਕਾਲੀ ਸਰਕਾਰ ਆਈ ਉਹਨਾਂ ਨੇ ਬੂਟਾ ਲਾਇਆ ਨਸ਼ੇ ਦਾ, ਉਹ ਤੋਂ ਬਾਅਦ ਇਹ ਹੁਣ ਕੈਪਟਨ ਸਰਕਾਰ ਆਈ ਹੈ, ਇਹਨੇ ਇਹਨੂੰ ਬਹੁਤ ਪਾਲ ਦਿੱਤਾ। ਜੇ ਇਹ ਹਾਲਾਤ ਅਗਲੇ 2 ਸਾਲ ਰਹੇ ਤਾਂ ਅੱਜ ਹਰੇਕ ਪਿੰਡ ਤੱਕ ਨਸ਼ਾ ਪਹੁੰਚ ਚੁੱਕਾ। ਜੇ ਅੱਜ ਇਹ ਹਾਲਾਤ ਰਹੇ 2 ਸਾਲਾਂ ਤੱਕ ਤੇ ਇਹਨਾਂ ਦੇ ਕਿਸੇ ਘਰ ਨੀ ਬਚੇਗਾ ਪੰਜਾਬ ਦਾ, ਨਸ਼ਾ ਨਹੀਂ ਪਹੁੰਚੇਗਾ। ਇਹ ਤਾਂ ਮੈਂ ਕਹਿੰਦਾ ਵੀ ਸੈਂਟਰ ਸਰਕਾਰ ਨੂੰ ਚਾਹੀਦੀ ਹੈ ਵੀ ਇਹਨਾਂ ਦਾ ਹਾਲਾਤ ਦੇਖ ਕੇ ਇਹਨੂੰ ਬੰਦ ਕਰਨ, ਰਾਸ਼ਟਰਪਤੀ ਰਾਜ ਕਰਕੇ ਤੇ ਇੱਥੇ ਕੋਈ CRP ਵਗੈਰਾ ਲਾ ਕੇ ਤੇ ਰੋਕ ਲਾਉਣ, ਨਹੀਂ ਤਾਂ ਜੇ ਆਹ ਹਾਲਾਤ ਰਹੇ ਤਾਂ ਪੰਜਾਬ 2 ਸਾਲਾਂ ਚ ਉੱਜੜ ਜਾਏ, ਜਿਹੜੇ ਹਾਲਾਤ ਅੱਜ ਪਿੰਡਾਂ ਦੇ ਬਣ ਚੁੱਕੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਦੁੱਖ ਜਿਹੜਾ ਵੱਡਾ, ਨਸ਼ਾ ਘਰ ਘਰ ਪਹੁੰਚ ਰਿਹਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ 5 ਵਜੇ Part 3 ਦਿਖਾਇਆ ਜਾਏਗਾ ਬਰਨਾਲਾ ਚ ਕਿਵੇਂ ਨਸ਼ਾ ਵਿਕ ਰਿਹਾ। ਪਹਿਲਾਂ 2 ਪਾਰਟ ਦਿਖਾਏ ਗਏ, ਉੱਡਦਾ ਪੰਜਾਬ ਜਿਸ ਦੇ ਵਿੱਚ ਸਾਫ਼ ਤੌਰ ਤੇ ਭਾਂਡਾ ਫੋੜਿਆ ਜਾਏਗਾ, ਨਸ਼ਾ ਤਸਕਰ ਕਿਵੇਂ ਨਸ਼ਾ ਵੇਚ ਰਹੇ, ਤੁਹਾਨੂੰ ਇਹ ਵੀ ਦੱਸ ਦਈਏ। ਅਗਲੇ ਦਰਸ਼ਕ ਜੁੜੇ ਨੇ ਮੋਗਾ ਤੋਂ ਸਾਡੇ ਨਾਲ। ਜੀ ਕੀ ਕਹੋਗੇ ਤੁਸੀਂ? ਹੈਲੋ ਜੀ, ਆਵਾਜ਼ ਪਹੁੰਚ ਰਹੀ ਹੈ ਤੁਹਾਡੀ, ਗੱਲਬਾਤ ਕਰ ਸਕਦੇ ਹੋ? ਇੱਕ ਅਪੀਲ ਹੈ ਜੀ ਦਰਸ਼ਕਾਂ ਨੂੰ, ਜਦੋਂ ਵੀ ਤੁਸੀਂ ਕਾਲ ਕਰੋ ਤਾਂ ਟੀਵੀ ਦਾ ਵਾਲਿਊਮ ਬੰਦ ਰੱਖਿਆ ਕਰੋ। ਸੰਪਰਕ ਸਾਧਨ ਦੇ ਵਿੱਚ ਸਮੱਸਿਆ ਆਉਂਦੀ ਹੈ, ਧੰਨਵਾਦ ਤੁਹਾਡਾ, ਤੁਸੀਂ ਕਾਲ ਕੀਤੀ, ਪਰ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਗੱਲਬਾਤ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੀ। ਦੱਸੀਏ ਕਿ ਨਸ਼ੇ ਦੇ ਮੁੱਦੇ ਤੇ ਗੱਲਬਾਤ ਹੋ ਰਹੀ ਹੈ, ਨੌਜਵਾਨ ਏਡਸ ਦਾ ਸ਼ਿਕਾਰ ਹੋ ਰਹੇ ਨੇ। ਰੋਪੜ ਤੋਂ ਜੁੜੇ ਨੇ ਸਾਡੇ ਨਾਲ ਦਰਸ਼ਕ ਜਗਨੰਦਨ ਸਿੰਘ। ਜੀ ਕੀ ਕੁਛ ਕਹੋਗੇ? ਮੈਂ ਕਹਿਣਾ ਚਾਹੁੰਦਾ ਜੀ ਵੀ ਜਦ ਤੱਕ ਇਹ ਪੰਚਾਇਤਾਂ ਨੂੰ ਜ਼ਿੰਮੇਵਾਰੀ ਨਹੀਂ ਦਿੰਦੀ ਸਰਕਾਰ, ਜਦ ਤੱਕ ਕੋਈ ਫਰਕ ਨਹੀਂ ਪੈਣਾ, ਕਿਉਂਕਿ ਸਰਵੇ ਹੋਣਾ ਚਾਹੀਦਾ ਕੱਲਾ ਕੱਲਾ, ਜਿੱਦਾਂ ਵੋਟਾਂ ਬਣਦੀਆਂ ਕੱਲਾ ਕੱਲਾ ਘਰ ਪ੍ਰਤੀ ਸਰਵੇ ਹੋਣਾ ਚਾਹੀਦਾ, ਜਿਹੜੇ ਹੌਸਪੀਟਲ ਦੇ ਬੰਦੇ ਹੈ ਉਹ ਨਾਲ ਹੋਣੇ ਚਾਹੀਦੇ, ਹਰ ਇੱਕ ਦਾ ਟੈਸਟ ਹੋਣਾ ਚਾਹੀਦਾ। ਜਦੋਂ ਤੱਕ ਸ਼ਹਿਰਾਂ ਚ ਮਿਊਨਸਪੈਲਿਟੀਆਂ ਨੂੰ ਦਿੱਤੀ ਐਮਸੀਆਂ ਨੂੰ ਦਿੱਤੀ ਜਾਵੇ ਜਿਹੜੀ ਦੀ ਜ਼ਿੰਮੇਵਾਰੀ ਹੈ, ਤੇ ਪਿੰਡਾਂ ਪੰਚਾਂ ਸਰਪੰਚਾਂ ਨੂੰ ਦਿੱਤੀ ਜਾਵੇ, ਇਹ ਜਦੋਂ ਤੱਕ ਜ਼ਮੀਨੀ ਪੱਧਰ ਤੇ ਕੰਮ ਨਹੀਂ ਹੁੰਦਾ ਇਹ ਕੋਈ ਨਸ਼ਾ ਰੁਕ ਨਹੀਂ ਸਕਦਾ, ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਵੀ ਨਸ਼ਾ ਕਿੱਥੇ ਚੱਲ ਰਿਹਾ। ਪੁਲਿਸ ਨੂੰ ਵੀ ਆਪਣਾ ਰੋਲ ਪੂਰਾ ਅਦਾ ਕਰਨਾ ਚਾਹੀਦਾ, ਸਾਨੂੰ ਜਿਹੜੀਆਂ ਪੁਲਿਸ ਸਟੈਂਡ ਦੇ ਵਿੱਚ ਪੁਲਿਸ ਬੈਠੀ ਹੈ ਉਹਨੂੰ 5-5 ਬੰਦੇ ਨੂੰ ਚੌਂਕੀ ਬਣਾ ਦਿੱਤੀ ਜਾਵੇ। ਬਿਲਕੁਲ ਜੀ, ਬਹੁਤ ਕੁਛ ਹੋ ਸਕਦਾ, ਪਰ ਗੱਲ ਉਹੀ ਹੈ ਕਿ ਕਿੱਥੇ ਕਾਰਵਾਈ ਹੋ ਰਹੀ ਹੈ। ਗੁਟਕਾ ਸਾਹਿਬ ਹੱਦੇ ਵਿੱਚ ਚੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਮੁੱਖ ਮੰਤਰੀ ਨੇ, ਪਰ ਉਹ ਕਾਰਵਾਈ ਕਿੱਥੇ ਹੋ ਰਹੀ ਹੈ? ਸਵਾਲ ਤਾਂ ਇਹ ਉੱਠਦਾ ਕਿ ਜਦੋਂ ਦਾਅਵੇ ਕੀਤੇ ਸੀ ਉਹ ਖੋਖਲੇ ਸਾਬਿਤ ਹੋ ਰਹੇ ਨੇ। ਅਗਲੇ ਦਰਸ਼ਕ ਜੁੜੇ ਨੇ ਸਾਡੇ ਨਾਲ, ਗੱਲਬਾਤ ਕਰਾਂਗੇ। ਜੀ ਕੀ ਕੁਛ ਕਹੋਗੇ? ਮੈਮ ਕੁਲਵਿੰਦਰ ਬੋਲ ਰਿਹਾ ਜੀ, ਮੰਡੀ ਗਿੱਦੜ ਜੀ। ਜੀ ਸਵਾਗਤ ਹੈ ਤੁਹਾਡਾ। ਮੈਮ ਮੈਨੂੰ 1 ਮਿੰਟ ਜ਼ਰੂਰ ਦੇ ਦਿਓ, ਤੁਸੀਂ ਮੇਰਾ ਫੋਨ ਨਾ ਕੱਟਿਓ ਜੀ। ਮੈਮ ਸਾਡੀ ਮੰਡੀ ਗਿੱਦੜਵਾ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਹੈ ਜੀ, ਦੇਖਿਆ ਜਾਵੇ ਇੱਥੇ ਕਿਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ, ਪੁਲਿਸ ਅਧਿਕਾਰੀ ਦਾ ਕੋਈ ਧਿਆਨ ਨਹੀਂ, ਇੱਥੋਂ ਤੱਕ ਕਿ ਸਾਡੇ ਗਿੱਦੜਵਾ ਦੇ ਜਿਹੜੇ MLA ਆ ਰਾਜਾ ਵੜਿੰਗ ਜੀ,
ਉਹ ਵਿਦੇਸ਼ ਦੇ ਟੂਰ ਤੇ ਗਏ ਹੋਏ ਆ, ਉਹਨਾਂ ਨੂੰ ਮੰਡੀ ਦਾ ਕੋਈ ਖਿਆਲ ਨਹੀਂ ਹੈਗਾ ਵੀ ਇੱਥੇ ਨਸ਼ੇ ਨਾਲ ਕਿਵੇਂ ਮੁੰਡੇ, ਇੱਕ ਦਸ ਦਸ ਸਾਲ ਦੇ, ਪੰਜ ਪੰਜ ਸਾਲ ਦੇ ਮੁੰਡੇ ਨਸ਼ੇ ਤੇ ਲੱਗੇ ਹੋਏ ਆ, ਇੱਥੇ ਘਰ ਘਰ ਚਿੱਟਾ ਵਿਕ ਰਿਹਾ ਜੀ। ਲੋਕ ਅੰਮ੍ਰਿਤਸਰ ਦੀ ਗੱਲ ਕਰ ਰਹੇ ਆ, ਮੁਕਤਸਰ ਦੀ ਗੱਲ ਕਰ ਰਹੇ, ਫਰੀਦਕੋਟ ਦੀ ਗੱਲ ਕਰ ਰਹੇ ਆ, ਪਰ ਕਿਸੇ ਦਾ ਧਿਆਨ ਮੰਡੀ ਦੇ ਵੱਲ ਨਹੀਂ, ਕਿਉਂਕਿ ਮੰਡੀ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਹੋ ਚੁੱਕਿਆ, ਛੋਟੇ ਛੋਟੇ ਬੱਚੇ ਵੀ ਨਸ਼ੇ ਤੇ ਲੱਗ ਚੁੱਕੇ, ਇੱਥੇ ਇੰਜੈਕਸ਼ਨ, ਗੋਲੀਆਂ, ਚਿੱਟਾ ਸਭ ਕੁਛ ਮਿਲਦਾ। ਬਸ ਸਰਕਾਰ ਦਾ ਇਹੀ ਮਕਸਦ ਹੈ ਵੀ 2022 ਤੱਕ ਕੁਛ ਬੱਚੇ ਇੱਥੋਂ ਵਿਦੇਸ਼ ਚਲੇ ਜਾਣ ਤੇ ਕੁਛ ਬੱਚੇ ਇੱਥੇ ਨਸ਼ੇ ਨਾ ਮਰ ਜਾਣ, ਵੀ ਸਾਡੇ ਤੋਂ ਕੋਈ ਨੌਕਰੀਆਂ ਨਾ ਮੰਗੇ। ਬਿਲਕੁਲ ਜੀ, ਵੱਡਾ ਸਵਾਲ ਇਹੀ ਹੈ ਤੇ ਵਾਕਈ ਦੁੱਖ ਹੁੰਦਾ ਜਦੋਂ ਨੌਜਵਾਨ ਹੀ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਇਸ ਤਰ੍ਹਾਂ ਧੜੱਲੇ ਦੇ ਨਾਲ ਨਸ਼ਾ ਵਿਕ ਰਿਹਾ, ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ। ਵੱਡਾ ਸਵਾਲ ਹੈ ਤੇ ਧੰਨਵਾਦ ਤੁਹਾਡਾ, ਤੁਸੀਂ ਜੁੜੇ ਤੇ ਗੱਲਬਾਤ ਕੀਤੀ। ਮੰਡੀ ਗੋਬਿੰਦਗੜ੍ਹ ਵੀ ਜਿਹੜੀ ਹੈ ਉਹ ਵੀ ਪੱਕਾ ਅੱਡਾ ਬਣ ਚੁੱਕਿਆ ਨਸ਼ਿਆਂ ਤਸਕਰਾਂ ਦਾ। 5 ਸਾਲ ਦੇ ਬੱਚੇ ਦਾ ਜ਼ਿਕਰ ਕੀਤਾ ਇਹਨਾਂ ਨੇ ਤੇ ਵਾਕਈ ਜਿਹੜੀ ਹੈ ਉਹ ਚਿੰਤਾ ਕਰਨੀ ਇੱਥੇ ਬਣਦੀ ਹੈ। ਵੱਡੇ ਸਵਾਲ ਖੜੇ ਹੋ ਰਹੇ ਨੇ, ਅਗਲੇ ਦਰਸ਼ਕ ਜੁੜੇ ਨੇ, ਗੱਲਬਾਤ ਕਰਾਂਗੇ ਜੀ। ਰਾਣੀ ਜੁੜੇ ਨੇ ਦੁਰਾਹਾ ਤੋਂ ਜੀ। ਰਾਣੀ ਤੁਸੀਂ ਕੀ ਕਹੋਗੇ? ਸੰਪਰਕ ਟੁੱਟ ਗਿਆ, ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਵੱਡੀ ਪਰੇਸ਼ਾਨੀ ਜਿਹੜੀ ਹੈ ਉਹ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਖਟਕਦੀ ਹੈ, ਕਿਉਂਕਿ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ। ਜਿਹੜੇ ਨੌਜਵਾਨ ਨੇ, ਨੌਜਵਾਨਾਂ ਦੀ ਗੱਲ ਨਾ ਕਰੀਏ, ਬੱਚੇ 5 ਸਾਲ, 10 ਸਾਲ, 8 ਸਾਲ, 12-15 ਸਾਲ, 18-19 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ ਪੂਰੀ ਤਰ੍ਹਾਂ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਚੁੱਕੇ ਨੇ। ਤੇ ਸਿਰਫ ਜਿਹੜੇ ਹੁਣੇ ਦਰਸ਼ਕ ਜੁੜੇ ਸੀ, ਕਹਿਣਾ ਉਹਨਾਂ ਦਾ ਕਿ ਸਿਰਫ ਇੱਕ ਇਲਾਕਾ ਨਹੀਂ ਹੈ, ਸਿਰਫ ਬਰਨਾਲਾ ਨਹੀਂ ਹੈ ਜਾਂ ਫਿਰ ਸਿਰਫ ਮਾਨਸਾ ਨਹੀਂ ਹੈ, ਬਲਕਿ ਪੰਜਾਬ ਦਾ ਹਰ ਇੱਕ ਕੋਨਾ ਜਿਹੜਾ ਉਹ ਇਸ ਨਸ਼ੇ ਦੇ ਨਾਲ ਪੂਰੀ ਤਰ੍ਹਾਂ ਗਲਕਾਨ ਹੋ ਚੁੱਕਿਆ ਤੇ ਦਿਲ ਦੁਖਦਾ, ਚਿੰਤਾ ਹੁੰਦੀ ਹੈ, ਪਰ ਪ੍ਰਸ਼ਾਸਨ ਜਿਹੜਾ ਉਹ ਪੂਰੀ ਤਰ੍ਹਾਂ ਸੁੱਤਾ ਪਿਆ। ਸੋ ਇਸ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਫਿਰ ਤੋਂ ਹਾਜ਼ਰ ਹੋਵਾਂਗੇ, ਬਣੇ ਰਹੋ ਲਿਵਿੰਗ ਇੰਡੀਆ ਦੇ ਨਾਲ। ਧੰਨਵਾਦ। ਤੰਗ ਆ ਕੇ ਇੱਕੋ ਪਰਿਵਾਰ ਦੇ 3 ਜੀਆਂ ਨੇ ਖੁਦਕੁਸ਼ੀ ਕੀਤੀ ਹੈ। ਵੱਡੀ ਖਬਰ ਤੁਹਾਨੂੰ ਬੁਕਾਰੇ ਬਰਨਾਲੇ ਤੋਂ। ਵੱਡੀ ਖਬਰ ਤੇ 3 ਪੀੜ੍ਹੀਆਂ ਪਰਿਵਾਰ ਡੁੱਬਿਆ ਸੀ ਤੇ ਪਰਿਵਾਰ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਬਰਨਾਲਾ ਦੇ ਪਿੰਡ ਪੋਤਨਾ ਦੀ ਪੂਰੀ ਘਟਨਾ ਇਹ ਤੁਹਾਨੂੰ ਵਿਖਾ ਰਹੇ ਹਾਂ ਤੇ 1990 ਤੋਂ ਖੁਦਕੁਸ਼ੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਦਰ ਦਰ ਦੀਆਂ ਠੋਕਰਾਂ ਇਸ ਪਰਿਵਾਰ ਨੂੰ ਖਾਣੀਆਂ ਪੈ ਰਹੀਆਂ ਸਨ ਤੇ ਫਿਲਹਾਲ 4 ਏਕੜ ਜ਼ਮੀਨ ਦਾ ਪਰਿਵਾਰ ਜਿਹੜਾ ਹੈ ਉਹ ਮਾਲਕ ਦੱਸਿਆ ਜਾ ਰਿਹਾ, ਪਰ ਕਰਜ਼ਾ ਜਿਹੜਾ ਹੈ ਉਹ ਖੁਦਕੁਸ਼ੀ ਦਾ ਕਾਰਨ ਬਣਿਆ। ਪੂਰੀ ਪੀੜ੍ਹੀ ਜਿਹੜੀ ਹੈ ਉਹ ਖਤਮ ਹੋ ਗਈ ਹੈ। ਘਰ ਦੇ ਹਾਲਾਤਾਂ ਨੂੰ ਵਿਖਾਉਂਦੇ ਹਾਂ ਅਸੀਂ, ਕਿਵੇਂ ਸਨਾਟਾ ਛਾਇਆ ਹੋਇਆ, ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਪਸ਼ੂ ਵੀ ਨਾ ਨੇ ਰੱਖੇ ਸੀ, ਦੂਜੇ ਪਾਸੇ 7 ਕਿੱਲੇ ਜ਼ਮੀਨ ਵੀ ਸੀ, ਪਰ ਦੂਜੇ ਪਾਸੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹਨਾਂ ਦੀ ਜ਼ਮੀਨ ਜਿਹਦੀ ਅਸੀਂ ਗੱਲ ਕਰ ਰਹੇ ਹਾਂ, 7 ਕਿੱਲੇ, ਅਤੇ ਝੋਨਾ ਵੀ ਹਾਲਾਂਕਿ ਇਹਨਾਂ ਨੇ ਬੀਜਿਆ ਸੀ, ਪਰ ਖੁਦਕੁਸ਼ੀ ਕੀਤੀ ਹੈ। ਦਰ ਦਰ ਦੀਆਂ ਠੋਕਰਾਂ ਖਾਣ ਨੂੰ ਇਹ ਪਰਿਵਾਰ ਮਜਬੂਰ ਸੀ। 7 ਏਕੜ ਜ਼ਮੀਨ ਦਾ ਮਾਲਕ ਇਹ ਪਰਿਵਾਰ, ਪਰ ਹਾਲ ਕੀ ਨੇ ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ। ਸਾਡੇ ਪੱਤਰਕਾਰ ਨੇ ਮੌਕੇ 'ਤੇ ਜਾ ਕੇ ਗਰਾਊਂਡ ਜ਼ੀਰੋ ਰਿਪੋਰਟ ਵੇਖੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਦਰਅਸਲ ਮਾਮਲਾ ਕੀ ਸੀ। ਪਰਿਵਾਰਕ ਮੈਂਬਰਾਂ ਨਾਲ ਖਾਸ ਗੱਲਬਾਤ ਕੀਤੀ ਹੈ ਰਾਜੇਸ਼ ਕੁਮਾਰ ਨੇ, ਵੇਖੋ। ਜੱਟ ਜਿਸ ਨੂੰ ਕਿ ਸਿੰਗਰ ਗਾਣਿਆਂ ਦੇ ਵਿੱਚ ਬਹੁਤ ਅਮੀਰ ਦੱਸਦੇ ਹੈਗੇ ਆ, ਜਿਸ ਨੂੰ ਕਿ ਚੰਗੇ ਗੱਡੀਆਂ ਦਾ ਸ਼ੌਂਕ ਹੈਗਾ, ਚੰਗੇ ਅਸਲੇ ਦਾ ਸ਼ੌਂਕ ਹੈਗਾ, ਪਰ ਇਸੇ ਇੱਕ ਜੋ ਜੱਟ ਦਾ ਇੱਕ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ, ਜ਼ਿਲ੍ਹੇ ਬਰਨਾਲੇ ਦਾ ਇੱਕ ਪਿੰਡ ਹੈਗਾ, ਇੱਥੇ ਸਾਡੇ ਨਾਲ ਹਰਪਾਲ ਕੌਰ ਜੀ ਨੇ, ਇਹਨਾਂ ਦੇ 3 ਪੀੜ੍ਹੀਆਂ ਤੋਂ ਲਗਾਤਾਰ ਜੋ ਆਦਮੀ ਹੈਗੇ ਆ ਜੋ ਕਿਸਾਨੀ ਕਰਦੇ ਸੀਗੇ, ਆਤਮ ਹੱਤਿਆ ਕਰਦੇ ਆ ਰਹੇ ਹੈਗੇ ਆ। ਇਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਦੇ ਖਾਨਦਾਨ ਦੇ ਵਿੱਚ ਪਿਛਲੇ 3 ਪੀੜ੍ਹੀਆਂ ਤੋਂ
ਕੋਈ ਵੀ ਜੋ ਕਿਸਾਨੀ ਨਾਲ ਸੰਬੰਧਿਤ ਆਦਮੀ ਸੀਗਾ 40 ਸਾਲ ਦੀ ਉਮਰ ਨਹੀਂ ਟੱਪਿਆ, ਬੁੜੀਆਂ ਨੇਗੀਆਂ ਹਲੇ ਤੱਕ ਜਿਉਂਦੀਆਂ ਨੇਗੀਆਂ। ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਦਾਦਾ ਸਹੁਰਾ ਜਦੋਂ ਇਹਨਾਂ ਦੇ ਪਹਿਲਾਂ ਜੋ ਆਤਮ ਹੱਤਿਆ ਕੀਤੀ ਇਹਨਾਂ ਦਾਦਾ ਸਹੁਰਾ ਨੇ ਉਦੋਂ 7 ਕਿੱਲੇ ਜ਼ਮੀਨ ਦੇ ਸੀਗੇ, ਜਿਹੜੀ ਕਿ ਅੱਜ ਘੱਟ ਕੇ 7 ਕਨਾਲ ਰਹਿ ਗਈ ਹੈਗੀ ਹੈ। ਸਾਡੇ ਨਾਲ ਨੇ ਹਰਪਾਲ ਕੌਰ ਜੀ, ਉਹ ਜਾਣਦੇ ਇਹਨਾਂ ਤੋਂ ਕਿਸ ਤਰ੍ਹਾਂ ਦਾ ਇਹ ਦੁੱਖ ਹੈ ਜਿਵੇਂ ਹੰਢਾ ਰਹੇ ਨੇ। ਕੀ ਨਾਮ ਹੈ ਜੀ ਤੁਹਾਡਾ? ਹਰਪਾਲ ਕੌਰ। ਹਰਪਾਲ ਕੌਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਇਹ ਦੁੱਖ ਸਮਝ ਸਕਦੇ ਹਾਂ ਵੀ ਤੁਹਾਡੇ ਸਿਰ ਦਾ ਸਾਈਂ ਗੈਸ ਜੋ ਕਰਜ਼ੇ ਦੇ ਖਾਲਿਆ, ਤੁਹਾਡਾ ਦਾਦਾ ਸਹੁਰਾ, ਤੁਹਾਡਾ ਜੋ ਪਤਿਓਰਾ ਇਸ ਜੋ ਕਰਜ਼ੇ ਦੇ ਦੈਂਤ ਨੇ ਖਾਲਿਆ। ਕਿੰਨਾ ਕਿੰਨਾ ਵਾਹਣ ਸੀਗਾ ਜਦੋਂ ਤੁਸੀਂ ਇੱਥੇ ਜਦੋਂ ਤੁਸੀਂ ਵਿਆਹ ਕੇ ਆਏ ਸੀਗੇ ਜੀ ਜਾਂ ਤੁਹਾਡੇ ਦਾਦੇ ਸਹੁਰੇ ਕੋਲ? ਉਦੋਂ ਵੀਰਾ ਸਾਡੇ 9 ਕਿੱਲੇ ਵਾਹਣਦੇ ਸੀ, 3-3 ਆਉਂਦੇ ਸੀ ਵੀਰਾ, ਜਿਸ ਟਾਈਮ ਵਿੱਚ ਅੱਜ ਵੀਰਾ 7 ਕਨਾਲਾਂ ਵਾਹਣ ਦੀਆਂ ਨੇ। ਕਿਨੇ ਕਿਨੇ ਤੁਹਾਡੇ ਘਰ 'ਚ ਮਾਤਾ ਜੀ ਅੱਜ ਤੱਕ ਜੋ ਆਤਮ ਹੱਤਿਆ ਕੀਤੀ ਹੈ ਕਰਜ਼ੇ ਦੇ ਕਾਰਨ ਜੀ? ਅੱਜ ਵੀਰੇ ਪਹਿਲਾਂ ਤਾਂ ਸਾਡਾ ਜਗਿੰਦਰ ਦਾਦਾ ਦਾ ਸਭ ਸੀ, ਉਦੋਂ ਬਾਅਦ ਉਹਦਾ ਪੁੱਤਰ ਛੋਟਾ ਭਗਵਾਨ ਸਿੰਘ, ਉਦੋਂ ਬਾਅਦ ਦਾਦੇ ਜੀ ਦੇ ਵੱਡੇ ਪੁੱਤ ਨੇ ਨਾਹਰ ਸਿੰਘ ਨੇ, ਉਹਨੇ ਸਪਰੇ ਪੀ ਕੇ ਕਰੀ, ਉਦੋਂ ਬਾਅਦ ਉਹਦਾ ਪੋਤੇ ਦੀ ਇੱਕ ਦਿੱਥ ਹੋਈ ਅਟੈਕ ਹੋ ਗਈ, ਹੁਣ ਉਦੋਂ ਬਾਅਦ ਇਹ ਕੁਲਵੰਤ ਸਿੰਘ ਨੇ ਵੀਰਾ। ਕੁਲਵੰਤ ਸਿੰਘ ਤੁਹਾਡੇ ਘਰ ਦੇ ਸੀਗੇ? ਹਾਂਜੀ, ਉਹ ਮੇਰੇ ਘਰ ਦੇ ਸੀਗੇ। ਕੀ ਕਾਰਨ ਕੀ ਸੀਗਾ ਜੀ ਕੁਲਵੰਤ ਸਿੰਘ ਜੀ ਨੇ ਕਿਉਂ ਫਾਹਾ ਲਿਆ? ਉਹ ਵੀਰ ਜੀ ਅਸੀਂ ਵਾਹਨ ਠੇਕੇ ਤੇ ਲਿਆ ਸੀ, ਉਦੋਂ ਗੜੇਮਾਰੀ ਪਈ ਗਈ। ਕਿੰਨੇ ਵਾਹਨ? ਕਿੰਨਾ ਸੀ? 16 ਕਿੱਲੇ ਵਾਹਨ ਦੇ ਸੀ ਵੀਰਾ, 16 ਕਿੱਲਿਆਂ ਚੋਂ ਜਾਂਦੀ 12 ਕਿੱਲੇ ਸਾਡੇ ਜਮ੍ਹਾਂ ਏ ਹੋ ਗਏ, ਉੱਥੇ ਬਰਫ ਬਾਹਲੀ ਡਿੱਗ ਪਈ, ਉਹਦਾ ਸਾਨੂੰ ਕੋਈ ਮਾਮਲਾ ਇਲਜ਼ਾਮ ਨਾ ਮਿਲਿਆ, ਸਾਰਾ ਵੀਰਾ 20,000 ਰੁਪਇਆ 25 ਦਿੱਤਾ ਉਹਦੇ ਨਾਲ ਵੀਰਾ, ਕਿੱਥੇ ਬਸ ਉਹਦਾ ਇੰਨਾ ਦਿਮਾਗ 'ਤੇ ਲੋਡ ਪੈ ਗਿਆ ਉਦੋਂ ਦਾ, ਬਸ ਉਹ ਸਿੱਟ ਹੀ ਨਹੀਂ ਹੋਇਆ ਵੀਰਾ ਉਹਦੇ ਐਂ ਕਾਰਨ ਬਾਕਸ ਵੀਰਾ ਸਾਡੇ ਗਾਈਆਂ ਆਉਣ ਲੱਗ ਗਈਆਂ 12, ਬਾਕੀ ਗਾਈਆਂ ਦੇ ਕਾਰਨ ਉਹ ਪਰੇਸ਼ਾਨੀ ਰਹਿੰਦਾ ਸੀ, ਖੇਤ ਰੱਖ ਹੀ ਰੱਖਦਾ ਹੁੰਦਾ। ਇੱਕ ਉਹਦੇ ਵੀਰਾ ਠੰਡ ਬਹੁਤ ਜ਼ਿਆਦਾ ਸੀ, ਬਸ ਉਹਨੇ ਪਤਾ ਨਹੀਂ ਮਤਲਬ ਉਹਦੇ ਮਨ 'ਚ ਕੀ ਆਇਆ, ਉਹ ਆ ਕੇ ਬਾਹਰ ਬਸ ਪੱਖੇ ਨਾਲ ਆ ਇਹ ਕੰਮ ਕਰ ਲਿਆ ਉਹਨੇ। ਅਸੀਂ ਤਾਂ ਵੀਰਾ ਸਵਾਰੇ ਤੜਕੇ ਹੀ ਦੇਖਿਆ ਬਈ, ਗਾਈਆਂ ਬਹੁਤ ਜ਼ਿਆਦਾ ਵੀਰਾ ਆਉਂਦੀਆਂ ਸੀ, ਉਹਨਾਂ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਜਾਂਦਾ, 40-40 ਵੜ ਜਾਂਦੀਆਂ। ਉਹਨੇ ਐਂ ਬਸ ਸੋਚਿਆ ਵੀ ਅੱਗੇ ਕਣਕ ਅਤੇ ਪੱਕੀ ਫਸਲ ਤਾਂ ਐਂ ਹੋ ਗਿਆ ਵੀ ਹੁਣ ਫੇਰ ਗਾਈਆਂ ਵੀ ਹੁਣ ਕੁਛ ਨਹੀਂ ਛੱਡਣਾ ਇਹਨਾਂ ਨੇ, ਜੇ ਵੀਰਾ ਕਿਸੇ ਦੇ ਪਾਸੇ ਆਸੇ ਕੱਢਦੇ ਸੀ ਤਾਂ ਲੋਕ ਲੜਦੇ ਸੀ। ਮਾਤਾ ਜੀ, ਤੁਹਾਡੇ ਖਾਨਦਾਨ ਦੇ ਵਿੱਚ ਤੁਸੀਂ ਦੱਸਿਆ ਕਿ 3 ਪੀੜ੍ਹੀਆਂ ਹੋ ਚੁੱਕੀਆਂ ਵੀ ਆਤਮ ਹੱਤਿਆ ਜਿਹੜੀ ਕਿਸਾਨੀ ਕਰਜ਼ੇ ਕਰਕੇ ਹੋ ਰਹੀ ਹੈਗੀ ਹੈ, ਔਰ ਜਿਹੜਾ ਤੁਹਾਡੇ 40 ਸਾਲ ਤੋਂ ਉਮਰ ਤੁਸੀਂ ਦੱਸ ਰਹੇ ਹੋ ਕਿ ਕਿਸੇ ਵੀ ਆਦਮੀ ਦੀ ਵੱਧ ਨਹੀਂ ਹੋਈ, ਕੀ ਇਹ ਪੂਰੀ ਕਹਾਣੀ ਕੀ ਹੈਗੀ ਹੈ ਜੀ? ਬਸ ਵੀਰਾ ਪਤਾ ਨਹੀਂ ਇਹ ਕੀ ਕਹਾਣੀ ਆ ਘਰ ਦੇ ਵਿੱਚ ਸਾਡੇ, ਵੀ ਮਤਲਬ ਕਰਜ਼ਾ ਬੰਦੇ ਸਾਡਾ ਕਰਜ਼ਾ ਚੜ੍ਹਾ ਜਾਂਦੇ ਆ, ਮਗਰ ਵੀਰਾ ਬੱਚੇ ਉੱਠਦੇ ਆ ਲਾ ਦਿੰਦੇ ਆ ਜਾਂਦੀ ਜਾਂ ਕੋਈ ਭੈਣ ਭਾਈ ਸਹਾਇਤਾ ਨਾ, ਬਸ ਵੀਰਾ ਇਸੇ ਕਾਰਨ ਬਈ ਨਹੀਂ ਫਿਰ ਆਪਾਂ ਜਿਹੜੇ ਜੱਟ ਪੈੜੀ ਆ ਵੀਰਾ ਜੱਟ ਕੋਲ ਕੋਈ ਅਗਲਾ ਪੈਸਾ ਦੇਣ ਲੈਣ ਲੈਂਦਾ, ਅਗਲਾ ਪੈੜੀ ਵੀਰਾ ਕਹਿੰਦਾ ਭਾਈ ਫਿਰ ਵੇਚ ਕੇ ਵੀਰਾ ਦੇਣੇ ਪੈਂਦੇ ਆ ਜਾਂਦੀ, ਆਹ ਕਹਾਣੀ ਆ ਵੀਰਾ ਸਾਡੇ ਘਰ ਦੀ। ਹੁਣ ਤਾਂ ਵੀਰਾ ਬੱਚੇ ਵੀ ਛੋਟੇ ਨੇ ਹਜੇ ਇੰਨੇ ਕੰਮ ਦੇ ਯੋਗ ਨਹੀਂ, ਉਹ ਆਪ ਨੂੰ ਹੀ ਵੀਰਾ ਕਰਨਾ ਪੈਂਦਾ, ਹੁਣ ਤਾਂ ਹਾਰ ਕੇ ਦੁੱਧ 'ਤੇ ਹੀ ਗੁਜ਼ਾਰਾ, ਕੋਈ ਸਾਡਾ ਕਰਜ਼ਾ ਕੁਰਜ਼ਾ ਨਹੀਂ ਮਾਫ਼ ਹੋਇਆ, ਨਾ ਕੋਈ ਲਿਫਟ ਮਾਫ਼ ਹੋਈ ਹੈ। ਨਹੀਂ, ਕੈਪਟਨ ਸਰਕਾਰ ਇੱਕ ਕਰਜ਼ਾ ਮਾਫ਼ੀ ਸਕੀਮ ਲੈ ਕੇ ਆਈ ਸੀ, 2-2.5 ਕਿੱਲਿਆਂ ਤੋਂ ਘੱਟ ਵਾਹਣ ਹੋਊਗਾ, 5 ਲੱਖ ਤੋਂ ਘੱਟ ਕਰਜ਼ਾ ਹੋਊਗਾ, ਕਰਜ਼ਾ ਮਾਫ਼ ਕੀਤਾ ਜਾਊਗਾ, ਤੁਹਾਡੇ ਕੋਲ ਤਾਂ ਸਿਰਫ 7 ਕਨਾਲਾਂ। ਹਾਂ ਵੀਰਾ, ਹੋਈ ਨਹੀਂ ਲਿਫਟ ਮਾਫ਼ ਸਕਣ ਦੀ, ਉਹਦਾ 2 ਵਾਰੀ ਵਿਆਜ ਭਰਤਾ ਵੀਰਾ ਮੈਂ 11,000 ਰੁਪਇਆ। ਅਤੇ ਤੁਹਾਡੇ ਘਰਦਿਆਂ ਦੀ ਜੋ ਉਹਨਾਂ ਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਕਿਸਾਨੀ ਕਰਜ਼ੇ ਦੇ ਕਾਰਨ, ਉਹਦੇ ਵਾਸਤੇ ਵੀ ਇੱਕ ਮੁਆਵਜ਼ਾ ਸਰਕਾਰ ਦਿੰਦੀ ਆ, ਤੁਹਾਨੂੰ ਉਹ ਮਿਲਿਆ ਕੋਈ? ਨਾ ਵੀਰਾ ਕੁਛ ਨਹੀਂ ਮਿਲਿਆ ਮੈਨੂੰ, ਇੱਕ ਪਿਲਸਣ ਆ ਜ਼ਰੂਰ ਵੀਰਾ ਮੇਰੀ 750 ਰੁਪਇਆ ਲੱਗੀ ਹੈ, ਉਹ ਤੁਹਾਡੀ ਵਿਧਵਾ ਪੈਨਸ਼ਨ? ਹਾਂ ਵਿਧਵਾ ਲੱਗੀ ਆ ਵੀਰਾ, ਹਾਂ ਹੋਰ ਕੁਛ ਨਹੀਂ ਵੀਰਾ,
ਦੋ ਬੱਚੇ ਨੇ, ਗੁੱਡੀ ਵਿਆਹੁਣ ਵਾਲੀ ਆ 22 ਸਾਲ ਦੀ ਹੈ ਵੀਰਾ। ਕਿੰਨੇ ਬੱਚੇ ਕਿੰਨੇ ਆ ਤੁਹਾਡੇ? ਦੋ ਬੱਚੇ ਆ ਵੀਰਾ, ਗੁੱਡੀ ਵੱਡੀ ਆ ਤੇ ਮੁੰਡਾ ਛੋਟਾ ਹੈ। ਤੇ ਮਾਤਾ ਜੀ ਹੁਣ ਘਰ ਦਾ ਗੁਜ਼ਾਰਾ ਜਿਹੜਾ ਕਿਵੇਂ ਹੁੰਦਾ ਤੇ ਕਿਵੇਂ ਤੁਸੀਂ ਜਿਹੜਾ ਕਰਜ਼ਾ ਹੈਗਾ ਉਹਦਾ ਕਿਵੇਂ ਤੁਸੀਂ ਵਿਆਜ ਵੱਟੂ ਭਰਦੇ ਹੈਗੇ? ਉਹਦਾ ਵੀਰਾ ਅਸੀਂ ਕੁਛ ਤਾਂ ਦੁੱਧ ਤੋਂ ਗੁਜ਼ਾਰਾ ਕਰਦੇ ਹਾਂ, ਬਾਕੀ ਵੀਰਾ ਮੁੰਡਾ ਜੇ ਕਿਸੇ ਦੇ ਮਾੜਾ ਮੋਟਾ ਟਰੈਕਟਰ ਚਲਾਉਣ ਲੱਗ ਜਾਂਦਾ ਜਾਂ ਕਿਸੇ ਦੇ ਕੰਮ ਤੇ ਵੀਰਾ ਨਾਲ ਲੱਗ ਜਾਂਦਾ, ਉਹਦੇ ਕਾਰਨ ਫਿਰ ਅਸੀਂ ਵਿਆਜ ਭਰਦੇ ਹਾਂ ਵੀਰਾ। ਤੁਸੀਂ ਮਾਤਾ ਜੀ ਦੱਸਿਆ ਵੀ ਤੁਹਾਡੇ ਹਿੱਸੇ 3 ਕਿੱਲੇ ਜ਼ਮੀਨ ਆਈ ਜਿਹੜੀ ਅੱਜ ਸਿਰਫ 7 ਕਨਾਲਾ ਰਹਿ ਗਈ, ਜਿਹੜੀ ਯਾਨੀ ਕਿ 1.5-2 ਕਿੱਲਿਆਂ ਦੇ ਕਰੀਬ ਜ਼ਮੀਨ ਹੈਗੀ ਆ ਤੁਹਾਡੀ, ਉਹ ਯਾਨੀ ਕਿ ਕਰਜ਼ੇ ਦੀ ਭੇਟੀ ਚੜ੍ਹ ਗਈ ਜੀ? ਹਾਂ ਵੀਰਾ, ਕਰਜ਼ ਸਾਰੀ ਪੈਲੀ ਕਰਜ਼ੇ ਦੇ ਭੇਟ ਹੀ ਗਈ ਵੀਰਾ। ਤੁਹਾਨੂੰ ਕੋਈ ਸਮੇਂ ਦੀਆਂ ਸਰਕਾਰਾਂ ਨੇ ਅਫਸਰਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੀਰਾ ਕਿਸੇ ਤਰ੍ਹਾਂ ਦੀ ਮਦਦ ਨਹੀਂ? ਜਿਵੇਂ ਹੁਣ ਆਹ ਕਹਿੰਦੇ ਕੋਈ ਲੀਲਾ ਕਾਟ ਬਣ ਗਿਆ, ਫਲਾਨਾ ਬਣ ਗਿਆ, ਸਾਡਾ ਕਿਸ ਤਰ੍ਹਾਂ ਦਾ ਕਾਟ ਨਹੀਂ ਕਿਸੇ ਦਾ, ਨਾ ਕੋਈ ਮਦਦ ਨਹੀਂ ਸਰਕਾਰ ਵਾਲਾ ਸਾਡੇ ਕੋਲ, ਕਿਸੇ ਨੇ ਕੋਈ ਮਦਦ ਨਹੀਂ? ਨਾ ਨਾ ਵੀਰਾ ਕੋਈ ਮਤਲਬ, ਅਗਲਾ ਕਹਿੰਦਾ ਵੀਰਾ ਇਹਨਾਂ ਦੇ ਘਰ ਬੰਦਾ ਹੈ ਨਹੀਂ, ਬੁੜੀਆਂ ਨੂੰ ਕੋਈ ਪੁੱਛਦੇ ਹੀ ਨਹੀਂ ਵੀਰਾ। ਫਿਰ ਤੁਸੀਂ ਹੁਣ ਜਿਹੜਾ ਦੁੱਧ ਪਾ ਕੇ ਗੁਜ਼ਾਰਾ ਕਰਦੇ ਹੋ, ਪਸ਼ੂਆਂ ਵਾਸਤੇ ਨੀਰਾ ਪੱਠਾ, ਇਹਦਾ ਫਿਰ ਕਿਵੇਂ ਇੰਤਜ਼ਾਮ ਕਰਦੇ ਹੋ? ਇਹਦੇ ਵੀਰਾ ਅਸੀਂ ਐਂ ਕਰਦੇ ਹਾਂ, ਮਤਲਬ ਜਿਵੇਂ ਆਪਾਂ ਕਿਸੇ ਦਾ ਨਾਲ ਵਾਹਣ ਸਸਤਾ ਮਿਲ ਜਾਂਦਾ ਵੀਰਾ, ਆਪਦੀ ਮੋਟਰ ਆ ਸਾਡੇ ਵਾਹਨ 'ਚ ਲੱਗੀ ਵੀਰਾ, ਉਹਦਾ ਪਾਣੀ ਪੈ ਜਾਂਦਾ, ਉਹਦੇ ਕਾਰਨ ਵੀਰਾ ਜਿੱਥੇ 60,000 ਨੂੰ ਅਗਲਾ ਸਾਨੂੰ 30,000 ਨੂੰ ਵਾਹਣ ਦੇ ਦਿੰਦਾ, ਉਹਦੇ ਨਾਲ ਤਾਂ ਵੀਰਾ ਸਾਨੂੰ ਦਾਣੇ ਬਚ ਜਾਂਦੇ ਆ, ਬਾਕੀ ਅਸੀਂ ਉਹਦੇ ਜਿਹੜੇ ਪੈਸੇ ਆਮਦਨ ਹੁੰਦੀ ਆ ਵਿੱਚ ਉਹਦਾ ਠੇਕਾ ਭਰ ਦਿੰਦੇ ਹਾਂ, ਚੱਲ ਸਾਨੂੰ ਵੀਰਾ ਨੀਰਾ ਮਿਲ ਬਚ ਜਾਂਦਾ, ਜਾਂਦੀ ਦੁੱਧ ਪਾਈ ਜਾਂਦੇ ਵੀਰਾ ਉਹਦਾ ਗੁਜ਼ਾਰਾ ਕਰ ਦਿੰਦੇ ਹਾਂ। ਮਾਤਾ ਜੀ ਤੁਹਾਡੇ 2 ਬੱਚੇ ਵੀ ਹੈ, ਘਰ ਦਾ ਖਰਚਾ ਵੀ ਹੈ, ਬੱਚਿਆਂ ਦੀ ਪੜ੍ਹਾਈ ਲਿਖਾਈ ਵੀ ਹੈ, ਤੇ 2 ਪਸ਼ੂਆਂ ਦੇ ਦੁੱਧ ਤੇ ਕਿਵੇਂ ਗੁਜ਼ਾਰਾ ਹੁੰਦਾ ਤੁਹਾਡੇ ਘਰ ਦਾ? ਫਿਰ ਵੀਰਾ ਅਸੀਂ ਐਂ ਕਰਦੇ, ਹੁਣ ਬੱਚਿਆਂ ਨੂੰ ਵੀ ਗਾਹਾਂ ਵੀ ਪੁੱਤ ਨਹੀਂ ਪੜ੍ਹਾ ਨਹੀਂ ਸਕਦੇ, ਬੱਚੇ ਕਹਿੰਦੇ ਸੀ ਗਾਹਾਂ ਅਸੀਂ ਲੱਗਣਾ, ਮੈਂ ਕਿਹਾ ਨਹੀਂ ਪੁੱਤ ਵੀ ਆਪਣੇ ਕੋਲੇ ਪੈਸਾ ਹੈ ਨਹੀਂ, ਆਪਾਂ ਕਿਤੇ ਨਹੀਂ ਲੱਗਣਾ, ਵੀ ਆਪਾਂ ਨੂੰ ਕਿਹੜਾ ਸਰਕਾਰ ਨੇ ਨੌਕਰੀਆਂ ਦੇਣੀਆਂ ਜਦੋਂ ਹੁਣ ਨਹੀਂ ਕੁਛ ਬਣਿਆ ਵੀਰਾ, ਪੜ੍ਹੇ ਦਾ ਵੀ ਫੇਰ ਫਾਇਦਾ ਜੇ ਕੋਈ ਸਰਕਾਰ ਬੱਚਿਆਂ ਨੂੰ ਨੌਕਰੀ ਦੇਵੇ। ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੋਈ ਹੈ, ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਤੁਹਾਡੇ ਕੋਲ ਕਿਸੇ ਜੋ ਪਾਰਟੀ ਦਾ ਲੀਡਰ ਕੋਈ ਤੁਹਾਡੇ ਘਰ ਕੋਈ ਅਫਸੋਸ ਕਰਨ ਆਇਆ ਸੀਗਾ? ਹਾਂ ਵੀਰੇ ਸਾਡੇ ਆਏ ਸੀਗੇ ਆਪਣੇ ਝਾੜੂ ਵਾਲਾ ਭਾਈ ਆਇਆ ਸੀ ਵੀਰਾ ਸਾਡੇ, ਹੋਰ ਨਹੀਂ ਕੋਈ ਵੀ ਆਇਆ। ਹਾਂ ਉਹ ਆਇਆ ਸੀ ਵਿਚਾਰਾ, ਹਾਂ ਹੋਰ ਨਹੀਂ ਵੀਰਾ ਕੋਈ ਵੀ ਆਈ। ਉਹ ਕੋਈ ਤੁਹਾਨੂੰ ਮਦਦ ਦੇ ਕੇ ਗਏ ਸੀਗੇ ਜੀ ਕਿਸੇ? ਨਾ ਵੀਰਾ ਕਿਸੇ ਤਰ੍ਹਾਂ ਦੀ ਨਹੀਂ, ਉਹ ਕਹਿੰਦੇ ਤੁਹਾਡੀ ਮਦਦ ਕਰ ਦਿਆਂਗੇ। ਕੋਈ ਕੀਤੀ ਮਦਦ ਉਹਨਾਂ ਨੇ? ਨਾ ਨਾ ਵੀਰਾ ਕਿਸੇ ਨੇ ਨਹੀਂ ਮਦਦ ਕਰੀ ਸਾਡੀ। ਕੋਈ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ, ਡੀਸੀ, ਐਸਡੀਐਮ, ਤਹਿਸੀਲਦਾਰ ਕਿਸੇ ਨੇ ਕੋਈ ਤੁਹਾਡੀ ਸੁਧ ਲਈ ਹੈ ਜੀ ਇਸ? ਨਾ ਨਾ ਵੀਰਾ ਕਿਸੇ ਨੇ ਨਹੀਂ ਕਿਸੇ ਗੱਲ 'ਚ ਵੀ, ਹੁਣ ਸਾਨੂੰ ਐਂ ਸੀ ਵੀ ਲੋਕਾਂ ਦੀਆਂ ਲਿਮਟਾਂ ਮਾਫ਼ ਹੋ ਜਾਂਦੀਆਂ, 2.5-2.5 ਕਿੱਲੇ ਵਾਲਿਆਂ ਦੀਆਂ, ਵੀ ਸਾਡੀ ਲਿਮਟ ਵੀ ਨਹੀਂ ਮਾਫ਼ ਹੁੰਦੀ। ਤੁਸੀਂ ਇਸ ਮਾਮਲੇ ਦੇ ਵਿੱਚ ਕਿਸੇ ਨਾਲ ਗੱਲ ਕੀਤੀ ਕਿ ਤੁਹਾਡੀ ਲਿਮਟ ਹੈ ਜਿਹੜੀ ਮਾਫ਼ ਨਹੀਂ ਹੋਈ? ਨਾ ਵੀਰਾ ਮੈਂ ਕਿਸੇ ਕੋਲੇ ਨਹੀਂ ਗਈ, ਬਸ ਮੈਂ ਪੁੱਛ ਲੈਂਦੀ ਹੁੰਦੀ ਹਾਂ ਇੱਥੇ ਆਪਣੇ ਚੌਂਕੀਦਾਰ ਤੋਂ ਵੀ, ਚਾਚਾ ਸਾਡੀ ਲਿਫਟ ਮਾਫ਼ ਆਈ ਆ, ਕਹਿੰਦਾ ਨਾ ਭਾਈ ਤੁਹਾਡੀ ਲਿਫਟ ਤਾਂ ਹਜੇ ਆਈ ਨਹੀਂ। ਮਾਤਾ ਜੀ ਜ਼ਿਮੀਂਦਾਰ ਹੈਗਾ, ਜੱਟ ਹੈਗਾ ਜਿਹੜਾ, ਉਹ ਸਾਰੀ ਜਨਤਾ ਦਾ, ਸਾਰੇ ਦੇਸ਼ ਦਾ ਢਿੱਡ ਭਰਦਾ, ਅੰਨਦਾਤਾ ਕਿਹਾ ਜਾਂਦਾ ਇਹਨੂੰ। ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਉਹ ਕਿਸਾਨ ਦੇ ਨਾਲ ਇਨਸਾਫ਼ ਨਹੀਂ ਕਰ ਰਹੀਆਂ ਹੈਗੀਆਂ, ਵੀ ਜੋ ਕਿਸਾਨ ਆ ਜਾਤ ਹੁਣ ਵੀਰਾ ਅਗਲਾ ਕਹਿੰਦਾ ਵੋਟ ਪਾਓ ਵੋਟ ਵੋਟ ਪਾ ਦਿੰਦੇ ਆ ਵੀਰਾ, ਕੋਈ ਕੁਛ ਨਹੀਂ ਬਣਾ ਕੇ ਦਿੰਦਾ, ਨਾ ਕੋਈ ਗੱਲ ਸੁਣਦਾ ਕਿਸੇ ਦੀ, ਜਾਂਦੀ ਅੱਜ ਕੱਲ੍ਹ ਮੂਹਰਲੇ ਬੰਦੇ ਵੀਰਾ ਜਿਹੜਾ ਉਹ ਆਪਦਾ ਉਹ ਕਰ ਲੈਂਦਾ, ਕੋਈ ਝਾਕਦੇ ਹੀ ਨਹੀਂ ਕੇਰਾਂ ਵੋਟ ਪਾ ਕੇ, ਅਗਲਾ ਉੱਥੋਂ ਉਹਦੀ ਸੜ ਦਿੰਦਾ ਹੈ, ਘਰੋਂ ਲਏ ਤਾਂ ਗੱਡੀ 'ਚ ਜਾਂਦਾ ਹੈ, ਉੱਥੋਂ ਅਗਲੇ ਨੇ ਸੜ ਦੇਣਾ ਵੀ ਜਾਓ, ਮੁੜ ਕੇ ਕੋਈ ਨਹੀਂ ਕਿਸੇ ਨੂੰ ਪੁੱਛਦਾ। ਹੁਣ ਅਸੀਂ ਐਂ ਕਹਿੰਦੇ ਵੀ ਸਰਕਾਰ ਕਹਿੰਦੀ ਵੀ ਐਂ ਹੋ ਜਾਂਦੀਆਂ ਲਿਫਟਾਂ ਮਾਫ਼, ਵੀ ਸਾਡਾ ਕੋਈ ਚੀਜ਼ ਵੀ ਮਾਫ਼ ਨਹੀਂ ਹੋਈ। ਆਪਣੇ ਲਈ ਤਾਂ ਕੁਛ ਨੀ,
ਵੀ ਆਪਾਂ ਵੋਟ ਵੀ ਕੀ ਕਰਨੀ ਆ ਪਾ ਕੇ, ਵੀ ਆਪਣੇ ਤਾਂ ਕਿਸੇ ਨੇ ਵੀ ਲਿਫਟ ਵੀ ਨਹੀਂ ਮਾਫ਼ ਕਰੀ। ਜਿਹੜਾ ਤੁਹਾਡੇ ਕੋਲ ਮਾਤਾ ਜੀ ਹੁਣ ਤੁਸੀਂ ਦੱਸਿਆ ਵੀ 7 ਕਲਾਣਾ ਤੁਹਾਡੇ ਕੋਲ ਜ਼ਮੀਨ ਬਚੀ ਹੈਗੀ ਹੈ, ਇਹ ਵੀ ਤੁਸੀਂ ਦੱਸ ਰਹੇ ਵੀ ਗਹਿਣੇ ਕੀਤੀ ਹੋਈ ਹੈ, ਕੀ ਕਾਰਨ ਹੈ ਜੀ, ਕਾਹਦੇ ਵਾਸਤੇ ਗਹਿਣੇ ਕੀਤੀ ਤੁਸੀਂ? ਇਹ ਵੀਰਾ ਉਦੋਂ ਸਾਡੇ ਫਿਰ ਜਦੋਂ ਆਪਾਂ ਠੇਕਾ ਮੰਗ ਰਹੇ ਸੀਗੇ, ਜਦੋਂ ਗੜੇ ਮਾਰੀ ਪੈ ਗਈ ਫਿਰ ਠੇਕਾ ਵੀਰਾ ਅਗਲੇ 2 ਲੱਖ ਰੁਪਈਆ ਸੀ, ਉਦੋਂ ਗਹਿਣੇ ਹੋ ਗਈ ਕਾਰਨ, ਅਤੇ ਇੱਕ ਆਪਾਂ ਬੋਰ ਕਰਿਆ ਵੀਰ ਜੀ, ਪਾਣੀ ਨਹੀਂ ਸੀ ਧਰਤੀ 'ਚੋਂ ਆਉਂਦਾ, ਹਾਂ ਉਹਦੇ ਕਾਰਨ ਆ ਵੀਰਾ, ਹਜੇ ਉਹਦਾ ਠੇਕਾ ਹੀ ਦਿੰਦੇ ਹਾਂ। ਇਹਦਾ ਮਤਲਬ ਤੁਹਾਡੇ ਕੋਲ 7 ਕਲਾਣਾ ਜ਼ਮੀਨ ਆ, ਉਹ ਵੀ ਗਹਿਣੇ ਪਈ ਆ? ਹਾਂਜੀ ਹਾਂਜੀ, ਹਾਂ ਬਸ ਵੀਰਾ ਆਪਦਾ ਗੁਜ਼ਾਰਾ ਕਰਦੇ ਹਾਂ, ਦੁੱਧ ਪਾਣੀ ਪਾਉਂਦੇ ਹਾਂ, ਪੈਸਾ ਠੁੱਕਰਨੇ ਆ, ਦਾਲ ਪਾਣੀ ਘਰ ਦਾ ਲਾਉਂਦੇ ਹਾਂ। ਬੱਚੇ ਫਿਰ ਪੜ੍ਹਾਉਣ ਹਟਾ ਲਏ ਜੀ? ਹਾਂਜੀ ਵੀਰ ਜੀ ਹਟਾ ਲਏ, ਪਲੱਸ 2 ਪਾਸ ਆ ਬੱਚੇ, ਐਤੀ ਪਾਸ ਕਰ ਗਏ ਦੋਨੇ ਬੱਚੇ ਵੀਰ ਜੀ, ਮੈਂ ਉਹਨਾਂ ਨੂੰ ਆਖਿਆ ਵੀ ਮੇਰੇ ਕੋਲ ਕੁਛ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਕੀ ਤੁਹਾਡੇ ਲਈ ਕੀ ਹੋਣਾ ਚਾਹੀਦਾ ਜੀ? ਮੈਂ ਕਹਿੰਦੀ ਵੀਰ ਜੀ ਹੋਰ ਨਾ ਤਾਂ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਮਿਲ ਜੇ, ਜਿਹਦੀ ਆਪਦਾ ਕਰਕੇ ਖਾ ਲੈਣਗੇ, ਕਿਉਂ ਪੈਲੀ ਤਾਂ ਥੋੜੂਗੀ ਹੈ ਵੀਰਾ, ਬਾਕੀ ਜਾਂ। ਤੁਸੀਂ ਸੁਣਿਆ ਘਰ ਦੇ ਜੀ ਕਿਵੇਂ ਆਪਣੀ ਦਲੀਲਾਂ ਦਿੰਦੇ ਨਜ਼ਰ ਆ ਰਹੇ ਨੇ, ਪਰੇਸ਼ਾਨ ਨੇ ਜਿਹੜੀ ਸਥਿਤੀ ਇਹਨਾਂ ਦੀ ਬਣੀ ਹੋਈ ਹੈ। ਬਰਨਾਲਾ ਦੇ ਉਸ ਖਾਸ ਪਿੰਡ ਦੀ ਗੱਲ ਕਰੀਏ ਤਾਂ ਤੁਹਾਨੂੰ ਸਿੱਧਾ ਲੈ ਚੱਲਦੇ ਨੇ, ਸਾਡੇ ਪੱਤਰਕਾਰ ਮੌਕੇ 'ਤੇ ਮੌਜੂਦ ਨੇ ਪਿੰਡ ਵਾਸੀਆਂ ਨਾਲ, ਪਰਿਵਾਰਕ ਮੈਂਬਰਾਂ ਨਾਲ। ਰਾਜੇਸ਼, ਕਿਵੇਂ ਦਾ ਮਾਹੌਲ ਵੇਖਣ ਉਹ ਮੇਰਾ? ਸਾਫ਼ ਤੌਰ 'ਤੇ ਅਸੀਂ ਵੇਖਿਆ ਸੁਣਿਆ ਇਹ ਮਾਤਾ ਜੀ ਸਾਫ਼ ਤੌਰ 'ਤੇ ਆਪਣਾ ਦੁੱਖੜਾ ਰੋਂਦੇ ਨਜ਼ਰ ਆ ਰਹੇ ਨੇ, ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਜਿੰਨੇ ਵੀ ਘਰ ਦੇ ਮਰਦ ਨੇ ਉਹ ਕਰਜ਼ਾ ਚੜਾ ਕੇ ਆਤਮ ਹੱਤਿਆ ਤਾਂ ਕਰ ਲੈਂਦੇ, ਪਰ ਜਿਹੜੀਆਂ ਮੁਸ਼ਕਿਲਾਂ ਹੋ ਰਹੀਆਂ ਨੇ ਉਹਨਾਂ ਨੂੰ ਝੇਲੀਆਂ ਪੈ ਰਹੀਆਂ ਨੇ, ਕੁੜੀਆਂ ਵੀ ਜਵਾਨ ਹੋ ਰਹੀਆਂ ਨੇ, ਵਿਆਹ ਵੀ ਕੱਲ੍ਹ ਨੂੰ ਕਰਨਾ ਹੈ, ਸਾਰੀਆਂ ਮੁਸ਼ਕਿਲਾਂ ਇੱਕੋ ਸਾਰ ਆਪਾਂ ਕਹਿ ਸਕਦੇ ਇਸ ਪਰਿਵਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਨੇ। ਰਾਜੇਸ਼ ਜੀ ਬਿਲਕੁਲ ਅਮਰ, ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਪਰਿਵਾਰ 'ਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ, ਕਿਉਂਕਿ ਇੱਕ ਪਰਿਵਾਰ ਦੇ ਵਿੱਚ 3 ਪੀੜ੍ਹੀਆਂ 4 ਜਾਣੇ ਕਿਸਾਨੀ ਕਰਜ਼ੇ ਦੀ ਜੋ ਕਰਜ਼ੀ ਬਲੀ ਚੜ੍ਹ ਜਾਣ, ਤਾਂ ਇਹ ਬਹੁਤ ਮੰਦਭਾਗੀ ਗੱਲ ਹੈ ਸਰਕਾਰਾਂ ਵਾਸਤੇ ਵੀ ਔਰ ਸਮਾਜ ਵਾਸਤੇ ਵੀ। ਔਰ ਜਿੱਥੇ ਤੱਕ ਰਹੀ ਇਹਨਾਂ ਦੇ ਜੋ ਗੁਜ਼ਾਰੇ ਦੀ ਗੱਲ, ਤਾਂ ਇਹ ਜੋ ਮਾਤਾ ਜੀ ਹੈਗੇ ਆ ਆਪਦੇ ਲੈਵਲ 'ਤੇ ਦੋ ਪਸ਼ੂਆਂ ਦਾ ਬਿਲਕੁਲ ਪਸ਼ੂਆਂ ਦੇ ਨਾਲ ਗੁਜ਼ਾਰਾ ਕਰ ਰਹੇ ਨੇ, ਜਿਵੇਂ ਕਿ ਤੁਸੀਂ ਤਸਵੀਰਾਂ ਵੀ ਵੇਖੀਆਂ, ਪਸ਼ੂਆਂ ਇਹਨਾਂ ਨੇ ਰੱਖੇ ਹੋਏ ਨੇ ਅਤੇ ਟਰੈਕਟਰ ਵੀ ਹੈ ਘਰ 'ਚ, ਪਰ ਘਰ ਦੀ ਜਿਹੜੀ ਸਥਿਤੀ ਹੈ ਤੁਸੀਂ ਵੇਖ ਸਕਦੇ ਹੋ। ਰਾਜੇਸ਼ ਜੀ ਆਪਣੀ ਗੱਲ ਕੰਪਲੀਟ ਕਰੋ ਜੀ। ਔਰ ਜੋ ਪਰਿਵਾਰ ਹੈਗਾ ਇਸਦੇ ਕੋਲ ਸਿਰਫ 7 ਕਨਾਲਾਂ ਜ਼ਮੀਨ ਬਚੀ ਹੈ ਇਸ ਟਾਈਮ, ਉਸਦੇ ਉੱਪਰ ਵੀ ਜੋ ਕਰਜ਼ਾ ਹੋਣ ਕਰਕੇ ਉਹ ਜਿਹੜੀ ਜ਼ਮੀਨ ਹੈ ਉਹ ਵੀ ਗਿਰਵੀ ਪਈ ਹੈਗੀ ਹੈ। ਹੁਣ ਇਸ ਟਾਈਮ ਜੋ ਪਰਿਵਾਰ ਹੈ ਕਾਫੀ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਜੀ ਅਮਰ। ਬਿਲਕੁਲ, ਪਰਿਵਾਰਕ ਮੈਂਬਰਾਂ ਦੇ ਨਾਲ ਤਾਂ ਤੁਸੀਂ ਰਾਬਤਾ ਕਾਇਮ ਕੀਤਾ, ਹੋਰ ਵੀ ਰਿਸ਼ਤੇਦਾਰ ਇਹਨਾਂ ਦੇ ਖੜ੍ਹੇ ਹੋਏ ਨੇ ਤੁਹਾਡੇ ਕੋਲ, ਅਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੀ ਆਤਮ ਹੱਤਿਆ ਹੋ ਰਹੀਆਂ ਨੇ ਲਗਾਤਾਰ, ਭਾਵੇਂ ਇੱਕ ਕਿਸਾਨ ਇੱਕ ਪਰਿਵਾਰ ਦੀ ਗੱਲ ਨਹੀਂ ਹੈ, ਕਿੰਨੇ ਹੀ ਪੀੜਤ ਇਹ ਪਰਿਵਾਰ ਅੱਜ ਵੀ ਆਪਣਾ ਦੁੱਖੜਾ ਰੋਂਦੇ ਨਜ਼ਰ ਆ ਰਹੇ ਨੇ। ਕਿਸਾਨੀ ਤੋਂ ਸੰਬੰਧਿਤ ਹੋਰ ਵੀ ਲੋਕ ਤੁਹਾਡੇ ਨਾਲ ਖੜ੍ਹੇ ਨੇ, ਕਿਸਾਨ ਸਾਡੇ ਖੜ੍ਹੇ ਨੇ, ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਇਹਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ। ਜੀ 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 ਜ਼ਰੂਰ। ਕੀ ਨਾਮ ਹੈ ਜੀ ਤੁਹਾਡਾ? ਬਿੰਦਰ ਸਿੰਘ ਜੀ। ਬਿੰਦਰ ਸਿੰਘ ਜੀ, ਤੁਹਾਨੂੰ ਪਤਾ ਵੀ ਇਸ ਪਰਿਵਾਰ ਦੀ 3 ਪੀੜ੍ਹੀਆਂ ਸੁਸਾਈਡ ਕਰ ਗਈਆਂ, ਇਹ ਇੱਕ ਪਰਿਵਾਰ ਦਾ ਨਹੀਂ ਸਾਰੇ ਪੰਜਾਬ ਦਾ ਹੀ ਮਸਲਾ ਹੈ, ਜੋ ਕਿਸਾਨ ਹੈ ਉਹ ਕਰਜ਼ੇ ਕਰਕੇ ਆਤਮ ਹੱਤਿਆ ਕਰ ਰਿਹਾ ਹੈ। ਕੈਪਟਨ ਸਰਕਾਰ ਜਦੋਂ ਹੋਣ ਚਾਹੀਦੀ ਸੀ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਮੁਕੰਮਲ ਤੌਰ 'ਤੇ ਕਰਜ਼ਾ ਮਾਫ਼ ਕਰਾਂਗੇ, ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰਾਂ ਦਾ ਫੇਲੀਅਰ ਹੈ ਵੀ ਜਿਹੜਾ ਕਿਸਾਨ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪੈ ਰਿਹਾ? ਹਾਂਜੀ, ਲਾਰੇ ਲੱਪੇ ਲਈ ਜਾਂਦੇ ਜੀ। ਤੇ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਸਰਕਾਰ ਨੂੰ ਕੀ ਕੁਛ ਕਰਨਾ ਚਾਹੀਦਾ ਵੀ ਕਿਸਾਨ ਜੋ ਆਤਮ ਹੱਤਿਆ ਕਰਨ ਲਈ ਮਜਬੂਰ ਨਾ ਹੋਵੇ? ਸਰਕਾਰ ਕਰ ਹੀ ਨਹੀਂ ਕੁਛ ਰਹੀ ਜੀ, ਕਹਿੰਦੇ ਹੋਰਾ ਕਰਦੇ ਹੋਰਾ। ਕੀ ਨਾਮ ਹੈ ਜੀ? ਸਰ ਜੀ ਮੇਰਾ ਨਾਮ ਹੈ ਬੰਟੀ। ਬੰਟੀ ਜੀ,
ਸਰਕਾਰਾਂ ਦੀ ਨਲੈਕੀ ਕਹਿ ਲਓ, ਸਰਕਾਰਾਂ ਦੀ ਗੈਰ ਜ਼ਿੰਮੇਵਾਰੀ ਹੈ ਵੀ ਜਿਹੜਾ ਕਿਸਾਨ ਹੈ ਰੋਜ਼ ਆਤਮ ਹੱਤਿਆ ਕਰ ਰਿਹਾ, ਜਿਹੜਾ ਕਿਸਾਨ ਸਾਰੇ ਮੁਲਕ ਦਾ ਢਿੱਡ ਭਰਦਾ, ਅੱਜ ਉਹ ਆਤਮ ਹੱਤਿਆ ਕਰ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਦੀ ਨਲੈਕੀ ਹੈ? ਸਰ ਜੀ ਨਲੈਕੀ ਹੈਗੀ ਆ, ਕਿਉਂਕਿ ਸਿਸਟਮ ਆਪਣਾ ਮਾੜਾ ਗਾ, ਫਸਲਾਂ ਦੇ ਭਾਅ ਮਿਲ ਨਹੀਂ ਰਹੇ, ਇਸ ਕਰਕੇ ਜੀ ਕਿਸਾਨ ਖੁਦਕੁਸ਼ੀ ਕਰ ਰਿਹਾ, ਅਤੇ ਬਾਕੀ ਜਾਣਕਾਰੀ ਤੁਹਾਨੂੰ ਵਿਚਾਰਨ ਸਿੰਘ ਮਾਸਟਰ ਦੇਣਗੇ। ਕੀ ਨਾਮ ਹੈ ਜੀ ਤੁਹਾਡਾ? ਗੁਰਚਰਨ ਸਿੰਘ ਆ ਜੀ। ਗੁਰਚਰਨ ਸਿੰਘ ਜੀ, ਅੱਜ ਜੋ ਲੋਕ ਕਿਸਾਨ ਹੈਗੇ ਆ ਆਤਮ ਹੱਤਿਆ ਕਰਨ ਲਈ ਮਜਬੂਰ ਹੋਏ ਪਏ ਆ, ਜਿਹੜਾ ਅੰਨਦਾਤਾ ਕਦੇ ਢਿੱਡ ਭਰਦਾ ਸੀ, ਅੰਨਦਾਤਾ ਜਿਹਨੂੰ ਕਿਹਾ ਜਾਂਦਾ ਸੀ, ਅੱਜ ਉਹ ਖਲ 'ਚ ਫਾਹੇ ਪਾ ਕੇ ਆਤਮ ਹੱਤਿਆ ਕਰ ਰਿਹਾ, ਤੁਹਾਨੂੰ ਲੱਗਦਾ ਵੀ ਕਿਤੇ ਨਾ ਸਰਕਾਰ ਦਾ ਫੇਲੀਅਰ ਹੈ ਬਹੁਤ ਵੱਡਾ? ਸਾਡੇ ਪਿੰਡ 'ਚ ਨੌਜਵਾਨ ਭਾਰਤ ਸਭਾ ਬਣੀ ਹੁੰਦੀ ਸੀ, ਉਹ ਜੋ ਸੱਥਾਂ ਦੇ ਵਿੱਚ ਗਲੀਆਂ 'ਚ ਨਾਅਰੇ ਲਾਉਂਦੇ, ਵੋਟਾਂ ਵੇਲੇ ਬਾਪੂ ਕਹਿੰਦੇ, ਮੁੜ ਕੇ ਸਾਡੀ ਸਾਰ ਨਹੀਂ ਲੈਂਦੇ, ਉਹ ਨਾਰਾ ਅੱਜ ਅਸੀਂ ਵੀ ਸੁਣਦੇ। ਜਦੋਂ ਕੈਪਟਨ ਸਰਕਾਰ ਆਈ, ਉਹਨੇ ਕਿਹਾ ਵੀ ਕਿਸਾਨੀ ਦੇ ਮੈਂ ਸਾਰੇ ਕਿਸਮ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕਰਾਂਗਾ, ਪਰ ਉਹਨਾਂ ਨੇ ਨਹੀਂ ਮਾਫ਼ ਕੀਤੇ। ਆਪਣੇ ਸਾਹਮਣੇ ਵੀ ਕੁਲਵੰਤ ਸਿੰਘ ਦਾ ਪਰਿਵਾਰ ਸਾਡੇ ਨਾਲ ਖੜ੍ਹਾ, ਸਾਡੀ ਸਾਰੇ ਨਗਰ ਦੀ ਪੁਰਜ਼ੋਰ ਅਪੀਲ ਆ ਤੁਹਾਡੇ ਚੈਨਲ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ। ਉਹਨਾਂ ਦਾ ਬੇਟਾ ਲਵਪ੍ਰੀਤ ਪਲੱਸ ਟੂ ਕਰ ਗਿਆ, ਉਹਦੀ ਯੋਗਤਾ ਮੁਤਾਬਕ ਉਹਨੂੰ ਨੌਕਰੀ ਦਿੱਤੀ ਜਾਵੇ। ਜੇ ਕਿਸਾਨੀ ਨੂੰ ਅਤੇ ਪੰਜਾਬ ਨੂੰ ਬਚਾਉਣਾ ਅਤੇ ਪਾਣੀ ਨੂੰ ਬਚਾਉਣਾ, ਤਾਂ ਜਿਹੜੀਆਂ ਸਾਡੀਆਂ ਸੋਨੇ ਦੀਆਂ ਦੂਜੀਆਂ ਫਸਲਾਂ ਨੇ ਉਹਨਾਂ ਦੇ ਪੱਕੇ ਭਾਅ ਹੋਣ। ਮੂੰਗੀ ਅਤੇ ਮੱਕੀ ਆ ਕਿਸਾਨ ਬੀਜਣ ਨੂੰ ਤਿਆਰ ਹੈ, ਪਰ ਉਹਦੇ ਮੰਡੀ ਤੋਂ ਜਾਂਦੀ ਹੈ ਭਾਅ ਨਹੀਂ ਮਿਲਦੇ। ਲਗਾਤਾਰ ਜਿਹੜਾ ਪਾਣੀ ਆ ਉਹ ਧਰਤੀ ਦਾ ਥੱਲੇ ਜਾ ਰਿਹਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਕਿਉਂਕਿ ਹੁਣ ਜਿਹੜਾ ਪਾਣੀ ਆ ਉਹ 3-4 ਫੁੱਟ ਤੋਂ ਥੱਲੇ ਜਾ ਵੜਿਆ। ਕਿੰਨੇ ਸਾਡੇ ਬਲਾਕ ਆ ਜਿਨ੍ਹਾਂ ਦੇ ਵਿੱਚ ਲੱਗਿਆ ਵੀ ਤੁਸੀਂ ਬੋਰ ਹੀ ਨਹੀਂ ਕਰ ਸਕਦੇ, ਕਿੰਨੇ ਬਲਾਕ ਆ ਜਿਨ੍ਹਾਂ ਦਾ ਪਾਣੀ ਖਾਰਾ ਹੋ ਚੁੱਕਿਆ। ਇਹਨੂੰ ਬਚਾਉਣ ਖਾਤਰ ਸਰਕਾਰ ਪਤਾ ਨਹੀਂ ਕਿਉਂ ਸੁੱਤੀ ਪਈ ਹੈ, ਕਿਉਂਕਿ ਉਹਨਾਂ ਦੇ ਆਪਦੇ ਜਵਾਕ ਤਾਂ ਬਾਹਰਲੇ ਦੇਸ਼ਾਂ 'ਚ ਚੰਗੇ ਦੇਸ਼ਾਂ 'ਚ ਪੜ੍ਹਦੇ ਨੇ, ਉਹਨਾਂ ਦਾ ਫਿਕਰ ਹੀ ਨਹੀਂ ਜਾਂਦਾ ਪੈਸਾ ਕਿਵੇਂ ਇਕੱਠਾ ਕਰਨਾ ਇਧਰਲੇ ਪਾਸੇ ਨੂੰ ਪਏ ਹੈ। ਅਸੀਂ ਨਗਰ ਨਿਵਾਸੀ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਲਾਹੇਵਾ ਭਾਅ ਬੰਨ੍ਹੇ ਜਾਣ, ਸਿਰਫ ਇਕੱਲੇ ਝੋਨੇ ਦਾ ਭਾਅ ਮਾਰ ਕੇ ਨਹੀਂ ਸਰਨਾ। ਦੁਬਾਰਾ ਫਿਰ ਤੁਹਾਡੇ ਚੈਨਲ ਬੇਨਤੀ ਕਰਦੇ ਹਾਂ, ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਉਹਨਾਂ ਦੇ ਬੇਟੇ ਦੀ ਯੋਗਤਾ ਨੂੰ ਰੱਖਦੇ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਹਨਾਂ ਜਿਹੜੇ ਸਾਰੇ ਕਰਜ਼ਾ ਚਾਹੇ ਸਹਿਕਾਰੀ ਬੈਂਕ ਦਾ ਜਾਂ ਕਿਸੇ ਹੋਰ ਬੈਂਕ ਦਾ, ਉਹ ਕਰਜ਼ਾ ਮਾਫ਼ ਕੀਤਾ ਜਾਵੇ। ਅਮਰ, ਸਾਡੇ ਨਾਲ ਕੁਛ ਹੋਰ ਕਿਸਾਨ ਵੀ ਹੈਗੇ ਆ, ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹੈਗੇ ਹਾਂ। ਸਾਡੇ ਨਾਲ ਪਿੰਡ ਦੇ ਸਰਪੰਚ ਵੀ ਹੈਗੇ ਆ। ਸਰਪੰਚ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ 'ਤੇ। ਸਰਪੰਚ ਸਾਹਿਬ, ਤੁਹਾਡੇ ਪਿੰਡ ਦੇ ਵਿੱਚ ਇੱਕ ਪਰਿਵਾਰ ਦੀਆਂ 3 ਪੀੜ੍ਹੀਆਂ ਖੁਦਕੁਸ਼ੀ ਕਰ ਗਈਆਂ ਹੈਗੀਆਂ, ਤੁਹਾਨੂੰ ਵੀ ਪਤਾ ਵੀ ਇਹਦੇ ਇਹਨਾਂ ਦੇ ਜੋ ਕਰਜ਼ਾ ਮਾਫ਼ੀ ਲਈ ਤੁਸੀਂ ਸਰਕਾਰ ਕੋਲ ਕੋਈ ਫਾਈਲ ਵਗੈਰਾ ਜਾਂ ਕੋਈ ਪ੍ਰਪੋਜ਼ਲ ਭੇਜੀ ਹੈ ਜੀ? ਹਾਂਜੀ, ਹੱਥੋਂ ਪੁੱਛਿਆ ਗਿਆ, ਆਪਣੇ ਯੂਨੀਵਰਸਿਟੀ ਆਪਣੇ ਲੁਧਿਆਣਾ ਤੋਂ ਇੱਥੋਂ ਪੁੱਛਿਆ ਗਿਆ, ਬਠਿੰਡੇ ਤੋਂ ਆਏ ਸੀਗੇ, ਉਹਨਾਂ ਨੂੰ ਦੱਸਿਆ ਵੀ ਇਹਨਾਂ ਦੇ ਕਾਫੀ ਚਿਹਰਾਂ 'ਤੇ ਮਾਰ ਪਈ ਆ, ਵੀ ਇਹਨਾਂ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਹਿੰਦੇ ਵੀ ਆਪਾਂ ਨੂੰ 2 ਲੱਖ ਰੁਪਈਆ ਹੈਗੀ ਆ ਸਕੀਮ ਕੋਈ, ਆਪਾਂ ਨੂੰ ਜੇ ਕਿਸਾਨ ਖੁਦਕੁਸ਼ੀ ਕਰਦਾ ਤਾਂ ਉਹ ਵੀ ਇਹਨਾਂ ਨੂੰ ਕੁਛ ਨਹੀਂ ਮਿਲਿਆ। ਅਸੀਂ ਇਸ ਤਰ੍ਹਾਂ ਹੀ ਕਹਿੰਦੇ ਹਾਂ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਰਕਾਰ ਵੱਲੋਂ। ਇਹਨਾਂ ਨੂੰ ਇੱਕ ਸਿਰਫ ਜੋ ਵਿਧਵਾ ਪੈਨਸ਼ਨ ਤੋਂ ਇਲਾਵਾ ਇਸ ਪਰਿਵਾਰ ਦੀ ਸਰਕਾਰ ਜਾਂ ਕਿਸੇ ਸਮਾਜ ਵੱਲੋਂ ਕੋਈ ਮਦਦ ਨਹੀਂ ਹੋਈ? ਨਹੀਂ ਜੀ, ਕੋਈ ਮਦਦ ਨਹੀਂ ਹੋਈ, ਨਾ ਸਰਕਾਰ ਵੱਲੋਂ ਅਤੇ ਨਾ ਹੀ ਕੋਈ ਪਿੰਡ ਵੱਲੋਂ। ਅਮਰ, ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਇੱਕ ਪਰਿਵਾਰ ਦੇ 3 ਪੀੜ੍ਹੀਆਂ ਕੋਲੋਂ ਮੇਰਾ ਵੀ ਇੱਕ ਸਵਾਲ ਹੈ, ਰਾਜੇਸ਼ ਸਰਪੰਚ ਕੋਲੋਂ ਮੇਰਾ ਵੀ ਇੱਕ ਸਵਾਲ ਹੈ, ਉਹਨਾਂ ਤੇ ਪੁੱਛੋ ਜਰਾ ਕਿੰਨੇ ਕੁ ਕਿਸਾਨ ਇਸੇ ਤਰ੍ਹਾਂ ਆਤਮ ਹੱਤਿਆ ਕਰ ਰਹੇ ਨੇ, ਉਹਨਾਂ ਨੇ ਕਿੰਨੇ ਹੀ ਮਾਮਲੇ ਵੇਖੇ ਹੋਣੇ, ਪਰ ਸਰਪੰਚ ਦੇ ਤੌਰ ਤੇ ਕਦੇ ਜ਼ਿੰਮੇਵਾਰੀ ਨਹੀਂ ਉਹਨਾਂ ਨੇ ਸੋਚੀ ਕਿ ਜਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ, ਉਹਨਾਂ ਦੀਆਂ ਜਿਹੜੀ ਸਮੱਸਿਆਵਾਂ ਨੇ ਉਹ ਸਰਕਾਰ ਤੱਕ ਪਹੁੰਚਾਈਆਂ ਜਾਣ, ਇਹ ਜਿਹੜਾ ਸਵਾਲ ਉਹਨਾਂ ਤੋਂ ਪੁੱਛੋ। ਤੇ ਆਤਮ ਹੱਤਿਆ ਹੀ ਕੀ ਇੱਕ ਆਪਸ਼ਨ ਹੈ, ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਸਕਦਾ ਹੈ ਜੀ? ਸਰਪੰਚ ਸਾਹਿਬ, ਜਿਵੇਂ ਤੁਸੀਂ ਸਰਪੰਚ ਹੋ ਪਿੰਡ ਦੇ, ਤੁਹਾਨੂੰ ਨਹੀਂ ਲੱਗਦਾ ਵੀ ਜੋ ਕਿਸਾਨ ਆਤਮ ਹੱਤਿਆ ਕਰ ਰਿਹਾ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਘਰ ਘਰ ਜਾ ਕੇ, ਵੀ ਆਤਮ ਹੱਤਿਆ ਦਾ ਕੋਈ ਹੱਲ ਨਹੀਂ ਹੈਗਾ,
ਵੀ ਇਸਦਾ ਹੋਰ ਬਹੁਤ ਹੱਲ ਹੈ ਸਰਕਾਰ ਤੋਂ, ਚਾਹੇ ਕਰਜ਼ਾ ਮਾਫ਼ੀ ਜਾਂ ਹੋਰ ਤਰ੍ਹਾਂ ਦੇ, ਇਸ ਤਰ੍ਹਾਂ ਕੋਈ ਤਾਂ ਅਸੀਂ ਉਪਰਾਲਾ ਕੀਤਾ ਜੀ ਆਪਦੇ ਵੱਲੋਂ? ਨਹੀਂ ਸਰ, ਇਸ ਤਰ੍ਹਾਂ ਤਾਂ ਕੋਈ ਉਹ ਨਹੀਂ, ਅਤੇ ਪਰ ਹੁੰਦੀ ਆ ਗੱਲ, ਆਪਣੇ ਕਿਸਾਨ ਯੂਨੀਅਨ ਦੀਆਂ ਮੀਟਿੰਗਾਂ ਹੁੰਦੀਆਂ, ਇਹਨਾਂ ਦੇ ਆਪਾਂ ਇਹ ਦੱਸਦੇ ਆ, ਬਹੁਤ ਸਮਝਾਉਂਦੇ ਆ, ਪਰ ਫਿਰ ਵੀ ਮਜਬੂਰੀ ਬਣ ਜਾਂਦੀ ਹੈ ਕਿਸਾਨਾਂ ਦੀ, ਕੀ ਕਰਨ? ਨਹੀਂ ਉਹਦੇ ਵਿੱਚ ਤੁਸੀਂ ਕਿਸਾਨ, ਜੋ ਕਿਸਾਨ ਹੈਗਾ ਉਹਨਾਂ ਨੂੰ ਤੁਸੀਂ ਜਾਗਰੂਕ ਵੀ ਕਰ ਸਕਦੇ ਹੋ ਵੀ ਇਹ ਤੁਹਾਨੂੰ ਜੋ ਲਾਭ ਮਿਲਣੇ ਹੈਗੇ ਆ ਸਰਕਾਰ ਵੱਲੋਂ, ਉਹ ਜਾਗਰੂਕਤਾ ਦੇ ਨਾਲ ਵੀ ਜੋ ਆਤਮ ਹੱਤਿਆ ਦਰ ਦੇ ਵਿੱਚ ਕਮੀ ਆਉਣ ਦੀ ਸੰਭਾਵਨਾ ਹੈਗੀ ਸਰਪੰਚ ਸਾਹਿਬ? ਹੈ ਤਾਂ ਹੈਗੀ, ਇਹ ਸਮਝਣ ਜੀ ਲੋਕ ਗਲਤਾ ਹੈਗੀ, ਜੇ ਸਰਕਾਰਾਂ ਥੋੜ੍ਹੀ ਸਹੂਲਤ ਦੇ ਦੇਣ ਤਾਂ ਆਪਣਾ ਜਲਸਾਂ ਦੇ ਰੇਟ ਵਧੀਆ ਦੇ ਦੇਣ ਤਾਂ ਇਹ ਮਾਰਾ ਨਾ ਪੈਣਾ। ਅਮਰ, ਕੁੱਲ ਮਿਲਾ ਕੇ ਗੱਲ ਉੱਥੇ ਹੀ ਖੜਦੀ ਹੈਗੀ ਹੈ ਕਿ ਜੋ ਜਿਨਸਾਂ ਦੇ ਭਾਅ ਹੈਗੇ ਸਰਕਾਰ ਨਹੀਂ ਦਿੰਦੀ, ਮੰਡੀਕਰਨ ਸਹੀ ਨਹੀਂ ਹੁੰਦਾ, ਜੋ ਸਰਕਾਰਾਂ ਨੇ ਉਹ ਝੋਨੇ ਅਤੇ ਕਣਕ ਤੋਂ ਬਾਹਰ ਜ਼ਿਮੀਂਦਾਰ ਨੂੰ ਨਿਕਲਣ ਨਹੀਂ ਦਿੰਦੇ ਰਹੀਆਂ। ਅਤੇ ਸਾਡੇ ਨਾਲ ਕੁਛ ਹੋਰ ਵੀ ਲੋਕ ਹੈਗੇ ਆ ਪਿੰਡ ਦੇ, ਆਓ ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਆ। ਕੀ ਨਾਮ? ਮੈਂ ਸੁਖਦੇਵ ਸਿੰਘ ਜੀ। ਸਰਕਾਰਾਂ ਜੀ ਝੋਨਾ ਹੁਣ ਤੁਹਾਨੂੰ ਪਤਾ ਵੀ ਕਾਫੀ ਪਾਣੀ ਲੈਂਦਾ, ਪਾਣੀ ਬਹੁਤ ਬਰਨਾਲੇ ਦੇ 3 ਡਾਰਕ ਜ਼ੋਨ ਚ ਚਲੇ ਗਏ ਜੀ। ਹਾਂਜੀ ਹਾਂਜੀ ਹਾਂਜੀ। ਔਰ ਸਰਕਾਰਾਂ ਝੋਨੇ ਦਾ ਬਦਲ ਨਹੀਂ ਦੇ ਰਹੀਆਂ, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਗੱਲ ਨੂੰ? ਅਸੀਂ ਮਤਲਬ ਜਿਹੜੀਆਂ ਸਰਕਾਰਾਂ ਬਾਰੇ ਲੈ ਰਹੇ ਹਾਂ ਜੀ ਝੋਨੇ ਬਾਰੇ, ਇਹ ਸਿਰਫ ਤੇ ਸਿਰਫ ਕਿਸਾਨ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਨੇ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਆਏ ਜੀ, ਮੈਂ ਬਲਾਕ ਪ੍ਰਧਾਨ ਹੋਣ ਦੇ ਨਾਤੇ ਸਹਿਣੇ ਦਾ, ਇਹਦੀ ਇੱਕ ਰਿੱਟ ਵੀ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਈ ਆ। ਉਹਦੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਤਲਬ ਕਰਿਆ ਵੀ ਕਿਸਾਨ ਨਹੀਂ ਜ਼ਿੰਮੇਵਾਰ, ਵੀ ਸਰਕਾਰ ਜ਼ਿੰਮੇਵਾਰ ਆ। ਉਹ ਸਰਕਾਰ ਨੂੰ ਤਲਬ ਵੀ ਕਰਿਆ ਵਾ ਇਸ ਗੱਲ ਵਿੱਚ, ਜਦਕਿ ਪਾਣੀ ਦੀ ਹਾਲਤ ਇਹ ਹੋ ਗਈ ਵੀ ਹੁਣ ਆਪਣੀ ਆਖਰੀ ਸਟੇਜ ਜਿਹੜੀ 300 ਤੋਂ 400 ਉੱਤੇ ਹੈਗੀ, ਉਹ ਸਤਾ ਜਿਹੜੀ ਥੱਲਿਓਂ ਪਾਣੀ ਨਿਕਲਣ ਵਾਲੀ ਆ ਉਹਦੇ ਇੰਡ ਤੱਕ ਆ ਗਈ, ਉਸ ਤੋਂ ਬਾਅਦ ਇਹ ਬਿਲਕੁਲ ਇਹ ਆਪਣਾ ਇੱਕ ਰਾਜਸਥਾਨ ਬਣ ਜਾਣਾ ਜੀ। ਜਦਕਿ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਆ, ਜੇ ਸਰਕਾਰਾਂ ਜ਼ਿੰਮੇਵਾਰੀ ਲੈਣ, ਜਿਹੜਾ ਝੋਨੇ ਦਾ ਅਤੇ ਕਣਕ ਦਾ ਬਦਲ ਆ ਉਹ ਅਸੀਂ ਜਿਹੜੀ ਜਥੇਬੰਦੀ ਆ, ਅਸੀਂ ਆਪ ਵੀ ਇਸ ਗੱਲ ਦੀ ਮੰਗ ਪੱਤਰ ਦਿੱਤਾ ਸੀ ਤੇਜ ਪ੍ਰਕਾਸ਼ ਜੀ ਨੂੰ ਪਹਿਲਾਂ 1 ਜੂਨ ਤੋਂ ਪਹਿਲਾਂ ਜੀ, ਅਸੀਂ ਭਰਾਤੀ ਦੀ 7-8 ਜਥੇਬੰਦੀਆਂ ਨੇ, ਅਸੀਂ ਉਹਨਾਂ ਨੂੰ ਇਹ ਸੁਝਾਅ ਦਿੱਤਾ ਸੀ ਵੀ ਸਾਨੂੰ ਜਿਹੜੀਆਂ ਵਿਭਿੰਨ ਫਸਲਾਂ ਨੇ ਸੌਣੀ ਦੀਆਂ ਉਹਨਾਂ ਦਾ ਸਰਕਾਰੀ ਰੇਟ 'ਤੇ ਮੰਡੀਕਰਨ ਕਰ ਦਿਓ ਅਤੇ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਰੇਟ ਦੇ ਦਿਓ, ਅਸੀਂ ਝੋਨਾ ਵੀ ਬੰਦ ਕਰ ਦਿੰਦੇ ਹਾਂ, ਅਸੀਂ ਕਣਕ ਵੀ ਬੰਦ ਕਰ ਦਿੰਦੇ ਹਾਂ। ਕੇਂਦਰ ਸਰਕਾਰ ਨੇ 65 ਰੁਪਏ ਦਾ ਇੱਕ ਵਾਅਦਾ ਕੀਤਾ ਹੈ ਜੋ ਝੋਨੇ ਦੀ MSP ਦੇ ਵਿੱਚ, ਤੁਹਾਨੂੰ ਨਹੀਂ ਲੱਗਦਾ ਵੀ ਇਹ ਰਕਮ ਨਗੂਣੀ? ਨਹੀਂ ਜੀ, ਉਹ ਜਿਹੜੇ ਵਾਅਦੇ ਇੱਕ ਨਗੂਣਾ ਵਾਅਦਾ ਕਰਿਆ ਉਹਨਾਂ ਨੇ, ਉਹ ਜਿਹੜੇ ਸਾਡੀ ਮੰਗ ਇਹ ਆ ਵੀ ਲਾਗਤ ਖਰਚੇ ਪਲੱਸ ਸਾਨੂੰ ਉਹ 50% ਉਹਦਾ ਪ੍ਰੋਫਿਟ ਦਿੱਤਾ ਜਾਵੇ, ਉਹ ਨਗੂਣਾ ਗਾ, ਜਦਕਿ ਉਹ ਲਾਗਤ ਖਰਚੇ ਜੋੜਦੇ ਨਹੀਂ, ਲਾਗਤ ਖਰਚਿਆਂ ਤੋਂ ਜ਼ਿਆਦਾ ਸਾਡਾ ਜਿਹੜਾ ਹੈਗਾ ਉਹ ਜਿਹੜੀ MSP ਪ੍ਰਾਈਸ ਆ ਉਹ ਤੋਂ ਦੁੱਗਣਾ ਸਾਡਾ ਖਰਚਾ ਹੋ ਜਾਂਦਾ ਜੀ। ਇਸ ਕਰਕੇ ਕਿਸਾਨ ਦੇ ਸਿਰ ਜਿਹੜਾ ਕਰਜ਼ਾ ਚੜ੍ਹਦਾ, ਇਸੇ ਕਰਕੇ ਉਹ ਆੜ੍ਹਤੀਆਂ 'ਤੇ ਡਿਪੈਂਡ ਕਰਦਾ, ਇਸੇ ਕਰਕੇ ਉਹਨੂੰ ਜਿਹੜੇ ਲੋਨ ਵਗੈਰਾ ਬੈਂਕਾਂ ਤੋਂ ਲੈਣੇ ਪੈਂਦੇ ਆ, ਉਹ ਲੋਕਾਂ ਦਾ ਜਾਣੀ ਅਸਲੀ ਹੱਲ ਨਹੀਂ ਹੈ। ਹੱਲ ਇਹੀ ਆ ਵੀ ਜਿੰਨਾ ਚਿਰ ਕਰਜ਼ਾ ਕਿਸਾਨ ਪੱਖੀ ਕਰਜ਼ਾ ਕਾਨੂੰਨ ਨਹੀਂ ਬਣਦਾ, ਜਿੰਨਾ ਚਿਰ ਸਰਕਾਰ ਸਾਡਾ ਸਹੀ ਮੰਡੀਕਰਨ ਨਹੀਂ ਕਰਦੀ, ਸਰਕਾਰੀ ਮੰਡੀਕਰਨ ਸਾਰੀਆਂ ਫਸਲਾਂ ਦੇ ਸਹੀ ਰੇਟ ਨਹੀਂ ਬਣਦੀ, ਅਤੇ ਜਿੰਨਾ ਚਿਰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਕਰਦੀ, ਇੰਨਾ ਚਿਰ ਕਿਸਾਨਾਂ ਦੀਆਂ ਇਦੋਂ ਵੀ ਵੱਧ ਖੁਦਕਸ਼ੀਆਂ ਹੁੰਦੀਆਂ ਰਹਿਣਗੀਆਂ ਅਤੇ ਇਦੋਂ ਵੀ ਜ਼ਿਆਦਾ ਲੋਕਾਂ ਦਾ ਘਾਣ ਹੁੰਦਾ ਰਹੂਗਾ। ਇਸ ਗੱਲ ਦੀ ਅਸੀਂ ਸਰਕਾਰਾਂ ਨੂੰ ਮੰਗ ਕਰਦੇ ਹਾਂ ਵੀ ਜੇ ਇਹਨਾਂ ਨੇ ਆਪਣੇ ਦੇਸ਼ ਦੇ ਅਦਾਰੇ ਨੂੰ ਬਚਾਉਣਾ ਤਾਂ ਜਾ ਕੇ ਇਹ ਦੇਸ਼ ਆ, ਵੀ ਨਹੀਂ ਜਿੰਨੇ ਕੰਟਰੀ ਨੇ, ਆਸਟ੍ਰੇਲੀਆ ਲੈ ਲਓ, ਅਮੈਰੀਕਾ ਲੈ ਲਓ, ਨਿਊਜ਼ੀਲੈਂਡ ਲੈ ਲਓ, ਜਾਂ ਹੋਰ ਜਰਮਨ ਲੈ ਲਓ, ਇੰਗਲੈਂਡ ਲੈ ਲਓ, ਵੀ ਜਿੱਥੇ ਇੱਕ ਕਿਸਾਨ
8 ਘੰਟੇ ਵੀ ਕੰਮ ਕਰਦਾ ਉੱਥੇ ਕਦੇ ਵੀ ਖੁਦਕੁਸ਼ੀ ਨਹੀਂ ਹੋਈ। ਅਤੇ ਜਿਹੜਾ ਭਾਰਤ ਦਾ ਕਿਸਾਨ ਆ ਉਹਦਾ ਇੱਕ ਰਿਕਾਰਡ ਆ ਵੀ 32 ਘੰਟੇ ਉਹਨੇ ਕੰਮ ਕਰਿਆ, ਇੱਕ ਵਿਸ਼ਵ ਦਾ ਟੌਪ 'ਤੇ ਆਪਣੇ ਪੰਜਾਬ ਦੇ ਕਿਸਾਨ ਨੇ ਕੰਮ ਕਰਿਆ, ਜਦਕਿ ਸਾਰਿਆਂ ਨੂੰ ਵੱਧ 3.5 ਲੱਖ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਏ। ਅਸੀਂ ਵੀ ਉਸ ਗੱਲ 'ਤੇ ਉੱਤੇ ਰਾਜ ਹੋਰ ਲਾਉਂਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ, ਸਮਝਾਉਂਦੇ ਹਾਂ ਵੀ ਖੁਦਕੁਸ਼ੀ ਮਸਲੇ ਦਾ ਹੱਲ ਨਹੀਂ, ਜੇ ਹੱਲ ਆ ਤਾਂ ਆਪਣਾ ਸੰਘਰਸ਼ ਦਾ ਹੱਲ ਆ। ਇਹ ਸਾਡੀ ਮੰਗ ਆ ਕਿ ਸਰਕਾਰ ਤੋਂ ਵੀ ਸਰਕਾਰ ਆਪਦੀ ਜਿਹੜੀ ਨੀਤੀ ਯੋਗ ਆ ਉਹ ਸਾਡੇ ਕਿਸਾਨ ਪੱਖੀ ਹੋਣਾ ਚਾਹੀਦਾ, ਅਤੇ ਉਹ ਸਰਕਾਰੀ ਸਾਰੀ ਖਰੀਦ ਹੋਣੀ ਚਾਹੀਦੀ ਆ, ਅਤੇ ਡਾਕਟਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਹੋਣੀ ਚਾਹੀਦੀ। ਕੀ ਨਾਮ ਆ ਜੀ ਤੁਹਾਡਾ? ਜੀਤ ਸਿੰਘ ਜੀ। ਜੀਤ ਸਿੰਘ ਜੀ, ਕਦੇ ਆਪਣਾ ਮਾਲਵਾ ਖੇਤਰ ਹੈਗਾ ਜਿਹੜਾ, ਇਹ ਅੰਨ ਦਾ ਭੰਡਾਰ ਕਿਹਾ ਜਾਂਦਾ ਸੀ ਇਹਨੂੰ, ਅੱਜ ਇਹ ਜੋ ਖੇਤਰ ਹੈ ਖਾਸ ਕਰ ਬਰਨਾਲਾ ਜ਼ਿਲ੍ਹਾ ਜਿਹੜਾ ਆਪਣਾ, ਇਹ ਕੈਂਸਰ ਅਤੇ ਕਿਸਾਨੀ ਆਤਮ ਹੱਤਿਆ ਕਰਕੇ ਜ਼ਿਆਦਾ ਮਸ਼ਹੂਰ ਹੋ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਦੀ ਨਲਾਇਕੀ ਹੈ? ਸਰਕਾਰ ਦੀ ਨਲਾਇਕੀ ਆ ਜੀ, ਇੱਕ ਤਾਂ ਆਪਣੇ ਧੌਲਾ ਮਿਲ ਟਰੇਡ ਐਂਡ ਫੈਕਟਰੀ ਉਹ ਨਲਾਇਕੀ ਆ, ਉਹਦੇ 'ਚ ਸਾਰਾ ਪਾਣੀ ਜਿੰਨਾ ਤੇਜ਼ਾਬ ਵਾਲਾ ਜਿੰਨਾ ਕੈਮੀਕਲ ਵਾਲਾ ਸਾਰਾ ਪਾਣੀ ਉਹ ਧਰਤੀ 'ਚ ਖਤਮ ਹੁੰਦਾ, ਉੱਥੇ ਧਰਤੀ 'ਚ ਖਤਮ ਹੁੰਦਾ, ਉਹ ਸਾਰੇ ਬਰਨਾਲੇ ਜ਼ਿਲ੍ਹੇ ਦਾ ਪਾਣੀ ਉਹਨੇ ਪ੍ਰਦੂਸ਼ਣ ਕਰਤਾ। ਕਾਫੀ ਸਮੱਸਿਆਵਾਂ ਨੇ ਰਾਜੇਸ਼। ਰਾਜੇਸ਼, ਮੇਰਾ ਸਵਾਲ ਤੁਹਾਡੇ ਤੋਂ ਹੈ ਹੁਣ, ਕੀ ਭਵਿੱਖ ਤੁਹਾਨੂੰ ਲੱਗਦਾ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ, ਜਿਹੜਾ ਕਿਤੇ ਨਾ ਕਿਤੇ ਖੇਤੀ ਦਾ ਕਿੱਤਾ ਜਿਹੜਾ ਹੈ ਉਹ ਕਰਨ ਤੋਂ ਭੱਜ ਰਹੇ ਨੇ, ਕਿਉਂਕਿ ਕਿਸਾਨ ਸੁਸਾਈਡ ਦੇ ਅਣਗਿਣਤ ਮਾਮਲੇ, ਉੱਪਰੋਂ ਜਿਹੜਾ ਕਿਸਾਨੀ ਦਾ ਮਸਲਾ ਹੈ ਉਹ ਲਾਹੇਬੰਦ ਨਹੀਂ ਹੈ, ਅਤੇ ਸੰਘਰਸ਼ ਅਲੱਗ ਤੋਂ ਸਾਡੇ ਕਿਸਾਨ ਕਰ ਰਹੇ ਨੇ। MSP ਜੇ ਵਧਾਉਂਦੀ ਹੈ ਸਰਕਾਰ, ਉਹ ਵੀ ਸਿਰਫ ਮਜ਼ਾਕ ਦੇ ਤੌਰ 'ਤੇ, ਅਤੇ ਦੂਜੇ ਪਾਸੇ ਸੈੱਸ ਵੀ ਵਧਾ ਦਿੰਦੀ ਹੈ 1 ਰੁਪਏ ਦਾ, ਯਾਨੀ ਪੈਟਰੋਲ ਡੀਜ਼ਲ ਜ਼ਿਆਦਾ ਹੋਵੇਗਾ, ਅਤੇ ਜਿਹੜੀ ਮਸ਼ੀਨਰੀ ਵੀ ਹੈ ਖੇਤੀ ਦੇ ਕਿੱਤੇ ਦੀ ਉਹ ਵੀ ਕਾਫੀ ਜ਼ਿਆਦਾ ਤੁਹਾਨੂੰ ਵੀ ਪਤਾ ਹੈ ਕਿ ਮਹਿੰਗੀ ਹੈ। ਕੀ ਸਮਝਿਆ ਜਾਵੇ ਪੰਜਾਬ ਦਾ ਭਵਿੱਖ ਕਿਸਾਨੀ ਦੇ ਖੇਤਰ 'ਚ ਕਿਵੇਂ ਦਾ ਨਜ਼ਰ ਆ ਰਿਹਾ? ਜੀ ਬਿਲਕੁਲ ਅਮਰ, ਜੋ ਪੰਜਾਬ ਦੇ ਵਿੱਚ ਕਿਸਾਨੀ ਦਾ ਖੇਤਰ ਹੈ, ਜੇ ਇਸ 'ਤੇ ਸਰਕਾਰ ਨੇ ਗੰਭੀਰਤਾ ਨਾਲ ਨਾ ਕੋਈ ਵਿਚਾਰ ਕੀਤਾ, ਨਾ ਕੋਈ ਕਿਸਾਨਾਂ ਨੂੰ ਰਾਹਤ ਦਿੱਤੀ, ਤਾਂ ਇਹ ਜੋ ਲੋਕ ਹੈਗੇ ਆ ਕਿਸਾਨ ਹੈਗੇ ਆ ਖੇਤੀ ਕਰਨੀ ਬੰਦ ਕਰ ਦੇਣਗੇ। ਇਸ ਟਾਈਮ ਵੀ ਜੋ ਪੰਜਾਬ ਦੇ ਜ਼ਿਆਦਾਤਰ ਜੋ ਯੁਵਾ ਹੈਗੇ ਆ, ਨੌਜਵਾਨ ਪੀੜ੍ਹੀ ਹੈ, ਉਹ ਸਾਰੀ ਵਿਦੇਸ਼ਾਂ ਵੱਲ ਮੂੰਹ ਕਰ ਚੁੱਕੀ ਹੈ, ਅਤੇ ਰੋਜ਼ ਜੋ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨੌਜਵਾਨ ਨੇ ਜਿਹੜੇ ਵਿਦੇਸ਼ੀ ਧਰਤੀ 'ਤੇ ਜਾ ਰਹੇ ਆ, ਕ੍ਰਿਸ਼ੀ ਨੂੰ ਖੇਤਰ ਨੂੰ ਆਪਣਾ ਜੋ ਛੱਡਦੇ ਜਾ ਰਹੇ ਹੈਗੇ ਆ, ਅਤੇ ਇਸ ਗੱਲ ਕਰਕੇ ਹੁਣ ਇਹ ਜਿਹੜਾ ਧੰਦਾ ਲਾਹੇਬੰਦ ਨਹੀਂ ਰਿਹਾ, ਕਿਉਂਕਿ ਜੋ ਕੀੜੇਮਾਰ ਦਵਾਈਆਂ ਨੇ, ਖਾਦ ਹੈ, ਉਸ ਦੇ ਰੇਟ, ਡੀਜ਼ਲ ਦੇ ਰੇਟ ਬੀਤੇ ਕੱਲ੍ਹ ਪਰਸੋਂ ਹੀ ਅਜੇ ਸਰਕਾਰ ਨੇ ਐਕਸਾਈਜ਼ ਔਰ ਸੈੱਸ ਵਧਾ ਕੇ ਹੋਰ ਕਿਸਾਨਾਂ ਦਾ ਲੱਕ ਤੋੜਿਆ, ਤਾਂ ਇਸ ਕਰਕੇ ਜੇ ਸਰਕਾਰ ਨੇ ਇਹਨਾਂ ਚੀਜ਼ਾਂ ਵੱਲ ਨਾ ਗੌਰ ਕੀਤੀ ਤਾਂ ਬਹੁਤ ਛੇਤੀ ਕਿਸਾਨ ਹੈ ਜਿਹੜਾ ਉਹ ਖੇਤੀ ਛੱਡ ਜਾਵੇਗਾ। ਜੀ ਅਮਰ, ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਫਿਲਹਾਲ ਰਾਜੇਸ਼ ਦੱਸ ਰਹੇ ਸੀ ਪੂਰਾ ਮਾਮਲਾ ਕੀ ਹੈ ਖਬਰਾਂ 'ਚ ਨਹੀਂ। ਸਤਿ ਸ਼੍ਰੀ ਅਕਾਲ ਜੀ, के साथ मैं हूं साक्षी शर्मा। पुलवामा के बाद भारत सरकार ने पाकिस्तान के खिलाफ एक बड़ा कदम उठाया था। हिंदुस्तान ने पाकिस्तान को दिए अपने मोस्ट फेवर्ड नेशन के दर्जे को छीन लिया था, जिसके बाद भारत सरकार ने पाकिस्तान से आने वाले हर एक सामान पर कस्टम ड्यूटी 200% बढ़ा दी थी। लेकिन सरकार ने पाकिस्तान के खिलाफ जो सख्त कदम उठाया उसकी आंच से अटारी वाघा बॉर्डर पर बसते हिंदुस्तान गांव के वो हजारों लोग भी नहीं बच सके। आलम यह हुआ कि अटारी पर ट्रेड के दौरान काम करने वाले मजदूर आज व्यापार नहीं होने से काफी परेशान हैं। उनके आर्थिक हालात बेहद खराब हो चुके हैं और अपने परिवार को वो दो वक्त की रोटी भी मजदूर खिला पाने में फेल हो रहे हैं। अटारी कस्बा ही सारा ही बेकार हो के बैठा जी।
ਆਪਣਾ ਅਟਾਰੀ ਕਸਬਾ ਜੀ ਸਾਰਾ ਹੀ ਬੇਕਾਰ ਹੋ ਕੇ ਬੈਠਾ ਜੀ। अटारी वाघा बॉर्डर, ये वो सरहद है जो भारत और पाकिस्तान दोनों देशों को एक दूसरे से अलग करती है। जमीन पर खींची गई ये वो लकीर है जिसके एक तरफ हिंदुस्तान है और दूसरी तरफ पाकिस्तान। दोनों देश के नागरिक बिना सरकारी अनुमति के इस सरहद को लांघ नहीं सकते, लेकिन दो देशों को अलग अलग करती इस वाघा बॉर्डर की एक ऐसी सच्चाई भी है जिससे शायद आज तक आप लोग कोसों दूर रहे हों। सच्चाई ये कि दो देशों के बीच दूरी को बनाती ये लकीर सरहद से सटे गांव के लोगों का पेट भी भरती है। यहां से होने वाला कारोबार हजारों लोगों के परिवारों को दो वक्त की रोटी देता है, लेकिन आज सरहद पर हालात खराब हो चुके हैं। पाकिस्तान की आतंक नीति ने कई निर्दोषों का खून ही नहीं बल्कि इन परिवारों की रोटी भी छीन ली है। अटारी वाघा सरहद पर इस वेले मैं मौजूद हाँ, और अटारी वाघा सरहद जिहड़ा जिथे कि व्यापार बहुत ज़्यादा हुंदा सी भारत पाकिस्तान दरम्यान, और ये पूरा इलाका गुलजार रहिंदा सी, कुलियां दी आवाज़ां हुंदियां सन, ट्रक जिहड़े वो बहुत वड्डी गिनती दे विच इत्थे खड़े हुंदे सन, लंबियां कतारां लगदियां सन, और हुण तुसीं देख सकदे हो कि बिल्कुल वीरानगी छाई हुई है। शाम वेले इत्थे रश हुंदा है थोड़ा बहुत, वो भी उस करके क्योंकि रिट्रीट सैरामनी वो लगातार चल रही है उस करके इत्थे रश हुंदा है। अदरवाइज जो व्यापार चलता ही वो बिल्कुल ठप पिया होया है, और ये कुली जिहड़े कि हुण बेरोज़गार हो चुके हैं, ये रोज़ इत्थे पहुँचते हैं। इन्हां नाल गलबात करते हाँ कि हुण जिवें कि व्यापार जिहड़ा बिल्कुल बंद पिया होया है, तो ये की कहना चाहुंदे ने इस बारे, और हुण तक इन्होंने की जद्दोजहद की है, जिंदगी इन्हां दी किवें चलदी है, इस बारे गलबात करांगे। की नाम जी तुहाडा? मेरा नाम बलविंदर सिंह है जी। ਬਲਵਿੰਦਰ ਸਿੰਘ ਜੀ, ਵਪਾਰ ਜਿਵੇਂ ਕਿ ਬਿਲਕੁਲ ਬੰਦ ਪਿਆ ਵਾ, 14 ਫਰਵਰੀ 'ਚ ਜਿਹੜਾ ਪੁਲਵਾਮਾ 'ਚ ਅਟੈਕ ਹੋਇਆ ਸੀ ਉਸ ਤੋਂ ਬਾਅਦ ਬੰਦ ਹੋ ਗਿਆ, ਅਤੇ ਹੁਣ ਇਸ ਵੇਲੇ ਕੀ ਮਾਹੌਲ ਹੈ? ਇਸ ਵੇਲੇ ਦਾ ਜਿਹੜਾ ਮਾਹੌਲ ਹੈ ਜੀ, ਸਾਡਾ ਮਾਹੌਲ ਤਾਂ ਉਦੋਂ ਤੋਂ ਖਰਾਬ ਹੋ ਗਿਆ ਜਦੋਂ ਕਿ 16 ਫਰਵਰੀ ਤੋਂ ਬਿਲਕੁਲ ਹੀ ਕੰਮਕਾਰ ਠੱਪ ਹੋ ਗਿਆ ਜੀ। ਉਸ ਤੋਂ ਬਾਅਦ ਜੀ ਜਦੋਂ ਵੀ 16 ਫਰਵਰੀ ਤੋਂ ਬਾਅਦ ਅਸੀਂ ਹਰੇਕ ਦਰਵਾਜ਼ਾ ਖੜਕਾਇਆ, ਹਰੇਕ ਜਗ੍ਹਾ 'ਤੇ ਪਹੁੰਚੇ ਜੀ, ਹਰੇਕ ਲੀਡਰ ਤੱਕ ਪਹੁੰਚੇ ਹਾਂ, ਸਾਨੂੰ ਇਹੀ ਵਿਸ਼ਵਾਸ ਦਵਾਇਆ ਗਿਆ ਕਿ ਇਲੈਕਸ਼ਨ ਤੋਂ ਬਾਅਦ ਜਿਹੜਾ ਵਾ ਇਸ ਮੁੱਦੇ 'ਤੇ ਗੱਲ ਕੀਤੀ ਜਾਏਗੀ। 14 फरवरी को पुलवामा आतंकी हमले के बाद भारत सरकार ने पाकिस्तान के खिलाफ एक बड़ा कदम उठाया। हिंदुस्तान ने पाकिस्तान से मोस्ट फेवर नेशन का दर्जा छीन लिया, जिसके बाद पाकिस्तान से आने वाले हर एक सामान पर कस्टम ड्यूटी को 200% बढ़ा दिया गया। हालात ये हुए कि जिस अटारी वाघा बॉर्डर पर रोजाना ट्रकों की लंबी लंबी लाइनें लगी रहती थी, आज वहाँ सब कुछ सूना सूना पड़ा हुआ है। इंटेग्रेटेड चेक पोस्ट यानी कि ICP अटारी बंद होने से इसके साथ जुड़े मजदूरों, कूलियों, ट्रक यूनियन और कस्टम एजेंटों के सामने अब भूख के साथ युद्ध लड़ने जैसे हालात बन गए हैं। ਇੰਨੀਆਂ ਬੜਾ ਵਧਾ ਕੇ ਡਿਊਟੀਆਂ ਦਾ ਕੰਮ ਬੰਦ ਕੀਤੇ ਗਏ ਨੇ। ਅਤੇ ਇਹ ਇੱਕ ਗੱਲ ਦੱਸੋ ਜੀ ਕਿ ਜਦੋਂ ਰੈਗੂਲਰ ਟ੍ਰੇਡ ਚੱਲਦਾ ਸੀਗਾ ਉਦੋਂ ਕਿੰਨੇ ਕੁ ਪੈਸੇ ਤੁਸੀਂ ਕਮਾ ਲੈਂਦੇ ਸੀ, ਅਤੇ ਹੁਣ ਕੀ ਹੈ? ਵਧੀਆ ਜੀ, ਖੁਸ਼ਹਾਲੀ ਜੀ, ਪਰਿਵਾਰਾਂ ਦੇ ਇੱਕ ਦਿਨ ਛੱਡ ਕੇ ਸਾਡੀ ਵਾਰੀ ਆਉਂਦੀ ਜੀ, ਰੁਪਈਆ 1,200 ਲੈ ਜਾਈਦਾ ਜੀ, ਇੱਕ ਦਿਨ ਛੱਡ ਕੇ ਵਾਰੀ ਆਉਂਦੀ ਸੀ, ਅਤੇ 15 ਦਿਨ ਕੰਮ ਕਰੀਦਾ ਜੀ ਇੱਥੇ। ਵਧੀਆ ਜੀ, ਖੁਸ਼ਹਾਲੀ ਜੀ ਪਰਿਵਾਰਾਂ ਦੇ ਵਿੱਚ, ਵਧੀਆ ਢੰਗ ਨਾਲ ਅਸੀਂ ਆਪਣੇ ਪਰਿਵਾਰ ਪਾਲਣਦੇ ਹਾਂ ਜੀ, ਜਿੰਨੇ ਕੁ ਮਤਲਬ ਕਿ ਸਾਡੇ ਲੈਵਲ ਦੇ ਹਿਸਾਬ ਨਾਲ ਸਾਨੂੰ ਉਹ ਵਧੀਆ ਉਹ 10-15 ਹਜ਼ਾਰ ਰੁਪਇਆ ਮਹੀਨਾ ਬਣਦਿਆ ਸੀ ਜੀ। ਬਹੁਤ ਵਧੀਆ ਆਪਣਾ ਬੱਚਿਆਂ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਦੇ ਹਾਂ ਜੀ। ਹੁਣ ਤਾਂ ਜੀ ਆ ਜਿੰਨਾ ਵੀ ਹੈ ਜੀ ਬਿਲਕੁਲ ਹੀ ਕੰਮ ਠਾਪਿਆ ਜੀ, ਕੋਈ 2-4 ਗੱਡੀਆਂ ਆਉਂਦੀਆਂ ਜੀ ਉੱਧਰੋਂ, ਅਤੇ 1433 ਕੁੱਲੀ ਆ ਉਹ ਦੋ ਚੋਂ ਗੱਡੀਆਂ ਦੇ ਉੱਤੇ, ਕਿੱਥੇ ਉਹ ਗੁਜ਼ਾਰਾ ਹੁੰਦਾ ਜੀ, 40-50 ਬੰਦੇ ਲੱਗਦੇ ਮਹਾਂ ਹੀ, ਉਹਨਾਂ ਨੂੰ ਵੀ ਕੰਮ ਨਹੀਂ ਪੂਰਾ ਮਿਲਦਾ, ਫਿਰ ਇੰਨੇ ਸਾਡੇ ਨਾਲ ਹੈਲਪਰ ਕੰਮ ਕਰਦੇ ਸੀ ਅੰਦਰ,
1433 ਤੇ 2800 ਬੰਦਾ ਇੱਥੇ ਬਣ ਜਾਂਦਾ ਜੀ ਅਤੇ ਉਹਨਾਂ ਦੇ ਪਰਿਵਾਰ ਵੇਖ ਲਓ ਜੀ ਮਗਰ ਕਿੰਨੇ ਬਣ ਜਾਂਦੇ ਆ ਫਿਰ ਜਿਹੜਾ ਸੀ ਐੱਚ ਏ ਘੱਟ ਤੋਂ ਘੱਟ ਲਗਭਗ 400-500 ਉਹ ਹੀ ਜੀ ਜਿੰਨੇ ਟਰਾਂਸਪੋਰਟਰ ਆ ਜੀ ਟਰੱਕ ਯੂਨੀਅਨ ਦੇ 400-500 ਟਰੱਕ ਹੀ ਜੀ ਅਤੇ ਉਹਨਾਂ ਦੀ ਵੀ ਤੁਸੀਂ ਇੰਟਰਵਿਊ ਲੈ ਕੇ ਆ ਜੋ ਬਿਲਕੁਲ ਜਿੰਨਾ ਵੀ ਹੈ ਜੀ ਸਾਰੇ ਇਸ ਟਾਈਮ ਸਾਡਾ ਪੂਰਾ ਜਿੰਨਾ ਅਟਾਰੀ ਕਸਬਾ ਜੀ ਸਾਰਾ ਹੀ ਬੇਕਾਰ ਹੋ ਜਿੰਨਾ ਅਟਾਰੀ ਕਸਬਾ ਜੀ ਸਾਰਾ ਅਟਾਰੀ ਬੋਰਡਰ ਪਰ ਟਰੱਕੋ ਮੇਂ ਸਮਾਨ ਲਾਦਨੇ ਵਾਲੇ वो कुली जो महीने में 10 से 15 हजार रुपए कमा कर अपना जीवन यापन करते थे आज वो अपने परिवार को रोटी भी नहीं खिला पा रहे लिहाजा अब इन सभी लोगों ने सरकार के आगे अपने पुनर्वास की एक बड़ी मांग रखी है जिसे पूरा करने के लिए अब भारत सरकार को कोई बड़ा कदम उठाना होगा लिविंग इंडिया न्यूज के लिए राजेश गिल की रिपोर्ट तो पाकिस्तान को उसकी आतंक नीति का जवाब देने के लिए भारत ने जो कड़ा फैसला लिया उससे दोनों देशों के बीच व्यापार प्रभावित हुआ है पाकिस्तान से आने वाली चीजें जब बेहिसाब महंगी हुई तो फिर सरहद पर व्यापार ठप हो गया दोनों देशों के बीच ट्रेड रुकने से अटारी में भुखमरी के हालात हो रखे जब हमारे संवाददाता राजेश गिल ने अटारी पर ट्रेड करने वाले एक ट्रेड यूनियन से बात की तो फिर उन्होंने जो कहानी बयां की वो हैरान और परेशान कर देने वाली किसी वक्त यहां पर 517 ट्रक चलते थे जो आज घटकर मात्र महज 245 रह गए और इन सभी खबर है जालंधर से जालंधर में खुदकुशी की लाइव तस्वीरें जहर खाने से पहले एक युवक ने वीडियो बनाया दरअसल एक युवक की तरफ से आज सुसाइड की गई लेकिन सुसाइड करने से पहले उसने एक वीडियो बनाया जिसमें परिवार और पुलिस को जिम्मेदार ठहराया गया वीडियो में पिता और जीजा का नाम लिया गया गुरबचन नगर का ये मृतक रहने वाला जिसकी तरफ से आज खुदकुशी की गई है पर एक शख्स की तरफ से आज खुदकुशी की गई लेकिन खुदकुशी करने से पहले एक वीडियो जो उसने बनाया हालांकि अब ये तस्वीरें सामने आने के बाद सवाल उठ रहा है कि आखिरकार इस शख्स की तरफ से किस दबाव में चलते खुदकुशी की गई है वीडियो में परिवार को जिम्मेदार ठहराया गया है शख्स की तरफ से गुरबचन नगर का रहने वाला था मृतक जिसकी तरफ से खुदकुशी की गई है लेकिन खुदकुशी करने से पहले इसने कहा क्या कुछ वो भी आपको सुनवाते हैं मेरी मौत दे जिम्मेवार हो मैं सुखविंदर सिंह सन ऑफ सवरन सिंह अपने पूरे होश हवाल के विच ये बयान दिना कि मेरे प्यो ने मेरे भरा ने मेरी भैन ने साडे जवाई ने मैनू बड़ा दुखी किया मेरी जनानी नू बड़ा दुखी किया किसी नू दस नहीं सकते साडे नाल मार कटाई करते आ मेरे यारां दोस्तां ते परचा दिता मेरे ते परचा दिता उत्तों पुलिस वाले धमकियां दिंदे आ कहिंदे तुहानू अंदर कर देना भाजो घरे प्रशासन ने साडी कोई मदद नहीं की चौंकी वाले एक नंबर थाने वाले ने कोई मदद नहीं की अज मैं दुखी होकर कदम चकन लगा अपने प्यो तो अपने भरा काले तो बिट्टू तो जोड़ा साडा जवाई है मेरी बड़ी भैन किंदू उस तो दुखी होकर मैं अज ये काम करना चाहता मेरी जनानी मेरा साथ दिंदी आ पर उन्हें भी माड़ा चंगा बोलते मेरे दोस्तों भी माड़ा चंगा बोलते प्रमोद न मिठू न मेरी मौत दे जिम्मेवार वो ਸਾਰਾ ਮੇਰਾ ਟੱਬਰ ਆ ਮੇਰੇ ਯਾਰਾਂ ਦੋਸਤਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਨਾ ਮੇਰੀ ਜਨਾਨੀ 'ਤੇ ਕੀਤੀ ਜਾਵੇ ਕੋਈ ਕਾਰਵਾਈ
ਮੇਰੀ ਮੌਤ ਦੇ ਜ਼ਿੰਮੇਵਾਰ ਮੇਰਾ ਪਿਓ, ਮੇਰਾ ਭਰਾ ਕਾਲਾ, ਬਿੱਟੂ, ਮੇਰੀ ਭੈਣ ਵੱਡੀ, ਇਹ ਜ਼ਿੰਮੇਵਾਰ ਹੋਣਗੇ। ਮੈਂ ਸੁਖਵਿੰਦਰ ਸਿੰਘ, ਸਨ ਆਫ ਸਵਰਨ ਸਿੰਘ, ਆਪਣੇ ਪੂਰੇ ਹੋਸ਼ ਹਵਾਲ ਦੇ ਵਿੱਚ ਇਹ ਬਿਆਨ ਦਿੰਦਾ ਕਿ ਮੇਰੇ ਪਿਓ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ, ਸਾਡੇ ਜਵਾਈ ਨੇ ਮੈਨੂੰ ਬੜਾ ਦੁਖੀ ਕੀਤਾ, ਮੇਰੀ ਜਨਾਨੀ ਨੂੰ ਬੜਾ ਦੁਖੀ ਕੀਤਾ, ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਸਾਡੇ ਨਾਲ ਮਾਰ ਕਟਾਈ ਕਰਦੇ ਆ, ਮੇਰੇ ਯਾਰਾਂ ਦੋਸਤਾਂ 'ਚ ਪਰਚਾ ਦਿੱਤਾ, ਮੇਰੇ 'ਤੇ ਪਰਚਾ ਦਿੱਤਾ। ਉੱਤੋਂ ਪੁਲਿਸ ਵਾਲੇ ਧਮਕੀਆਂ ਦਿੰਦੇ ਆ, ਕਹਿੰਦੇ ਤੁਹਾਨੂੰ ਅੰਦਰ ਕਰ ਦੇਣਾ, ਭਾਜੋ ਘਰੇ। ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਚੌਂਕੀ ਵਾਲਿਆਂ, ਇੱਕ ਨੰਬਰ ਥਾਣੇ ਵਾਲਿਆਂ ਨੇ ਕੋਈ ਮਦਦ ਨਹੀਂ ਕੀਤੀ। ਅੱਜ ਮੈਂ ਦੁਖੀ ਹੋ ਕੇ ਇਹ ਕਦਮ ਚੱਕਣ ਲੱਗਾ, ਆਪਣੇ ਪਿਓ ਤੋਂ, ਆਪਣੇ ਭਰਾ ਕਾਲੇ ਤੋਂ, ਬਿੱਟੂ ਤੋਂ, ਜਿਹੜਾ ਸਾਡਾ ਜਵਾਈ ਆ, ਮੇਰੀ ਵੱਡੀ ਭੈਣ ਕਿੰਦੂ, ਉਹ ਤੋਂ ਦੁਖੀ ਹੋ ਕੇ ਮੈਂ ਅੱਜ ਇਹ ਕੰਮ ਕਰਨਾ ਚਾਹੁੰਦਾ। ਮੇਰੀ ਜਨਾਨੀ ਮੇਰਾ ਸਾਥ ਦਿੰਦੀ ਆ, ਪਰ ਉਹਨੂੰ ਵੀ ਮਾੜਾ ਚੰਗਾ ਬੋਲਦੇ, ਮੇਰੇ ਦੋਸਤਾਂ ਨੂੰ ਵੀ ਮਾੜਾ ਚੰਗਾ ਬੋਲਦੇ, ਪ੍ਰਮੋਦ ਨੂੰ, ਮਿੱਠੂ ਨੂੰ, ਮੇਰੀ ਮੌਤ ਦੇ ਜ਼ਿੰਮੇਵਾਰ ਉਹ, ਸਾਰਾ ਮੇਰਾ ਟੱਬਰ ਆ। ਮੇਰੇ ਯਾਰਾਂ ਦੋਸਤਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਨਾ ਮੇਰੀ ਜਨਾਨੀ 'ਤੇ ਕੀਤੀ ਜਾਵੇ ਕੋਈ ਕਾਰਵਾਈ। ਮੇਰੀ ਮੌਤ ਦੇ ਜ਼ਿੰਮੇਵਾਰ ਮੇਰਾ ਪਿਓ, ਮੇਰਾ ਭਰਾ ਕਾਲਾ, ਬਿੱਟੂ, ਮੇਰੀ ਭੈਣ ਵੱਡੀ, ਇਹ ਜ਼ਿੰਮੇਵਾਰ ਹੋਣਗੇ। ਸੋ ਬਿਲਕੁਲ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇੱਕ ਸ਼ਖਸ ਵੱਲੋਂ ਖੁਦਕੁਸ਼ੀ ਕੀਤੀ ਗਈ, ਔਰ ਖੁਦਕੁਸ਼ੀ ਕਰਨ ਕੇ ਬਾਅਦ ਉਸ ਸ਼ਖਸ ਕੀ ਤਰਫ ਸੇ ਉਸ ਤੋਂ ਪਹਿਲੇ ਵੀਡੀਓ ਬਣਾਇਆ ਗਿਆ, ਜੋ ਕਿ ਅਬ ਸੋਸ਼ਲ ਮੀਡੀਆ ਪਰ ਵਾਇਰਲ ਵੀ ਹੋ ਰਿਹਾ। ਹਾਲਾਂਕਿ ਪੁਲਿਸ ਪਰ ਵੀ ਇਸ ਵੀਡੀਓ ਮੇਂ ਸਵਾਲ ਖੜੇ ਕੀਏ ਗਏ ਹੈਂ। ਗੁਰਬਚਨ ਨਗਰ ਕੀ ਇਹ ਘਟਨਾ, ਜ਼ਹਿਰ ਖਾਨੇ ਸੇ ਪਹਿਲੇ ਇੱਕ ਯੁਵਕ ਨੇ ਵੀਡੀਓ ਬਣਾਇਆ, ਵਾਲਾ ਥਾ ਮ੍ਰਿਤਕ ਜਿਸਕੀ ਤਰਫ ਸੇ ਖੁਦਕੁਸ਼ੀ ਕੀ ਗਈ ਹੈ, ਲੇਕਿਨ ਖੁਦਕੁਸ਼ੀ ਕਰਨੇ ਸੇ ਪਹਿਲੇ ਆਪ ਤਸਵੀਰੇ ਦੇਖ ਸਕਤੇ ਹੈ ਕਿ ਕਿਸ ਤਰ੍ਹਾਂ ਸੇ ਇਸ ਯੁਵਕ ਨੇ ਇੱਕ ਵੀਡੀਓ ਬਣਾਈ ਕਿ ਕੌਣ ਕੌਣ ਇਸਕੀ ਮੌਤ ਕਾ ਜ਼ਿੰਮੇਦਾਰ ਹੋਗਾ, ਕਿਸਕੀ ਵਜ੍ਹਾ ਸੇ ਇਸ ਸ਼ਖਸ ਨੇ ਖੁਦਕੁਸ਼ੀ ਕੀ ਹੈ। ਵੀਡੀਓ ਮੇਂ ਪਿਤਾ, ਭਾਈ ਬਹਿਨ ਔਰ ਜੋ ਜੀਜਾ ਹੈ ਉਸਕੋ ਜ਼ਿੰਮੇਦਾਰ ਠਹਿਰਾਇਆ ਗਿਆ। ਹਾਲਾਂਕਿ ਇਹ ਸ਼ਖਸ ਇਹ ਵੀ ਕਹਿਤਾ ਨਜ਼ਰ ਆ ਰਿਹਾ ਹੈ ਕਿ ਪੁਲਿਸ ਥਾਣਾ ਨੰਬਰ 1 ਉਹ ਗਿਆ ਥਾ, ਲੇਕਿਨ ਪੁਲਿਸ ਨੇ ਉਸਕੀ ਇੱਕ ਨਹੀਂ ਸੁਣੀ, ਬਲਕਿ ਪੁਲਿਸ ਵੀ ਲਗਾਤਾਰ ਦਬਾਅ ਬਣਾ ਰਹੀ ਸੀ, ਤੋ ਐਸੇ ਮੇਂ ਪੁਲਿਸ ਕੋ ਵੀ ਜ਼ਿੰਮੇਦਾਰ ਇਸ ਸ਼ਖਸ ਕੀ ਤਰਫ ਸੇ ਠਹਿਰਾਇਆ ਗਿਆ ਹੈ। ਮੈਂ ਸੁਖਵਿੰਦਰ ਸਿੰਘ, ਸਨ ਆਫ ਸਵਰਨ ਸਿੰਘ, ਆਪਣੇ ਪੂਰੇ ਹੋਸ਼ ਹਵਾਲ ਦੇ ਵਿੱਚ ਇਹ ਬਿਆਨ ਦਿੰਦਾ ਕਿ ਮੇਰੇ ਪਿਓ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ, ਸਾਡੇ ਜਵਾਈ ਨੇ ਮੈਨੂੰ ਬੜਾ ਦੁਖੀ ਕੀਤਾ, ਮੇਰੀ ਜਨਾਨੀ ਨੂੰ ਬੜਾ ਦੁਖੀ ਕੀਤਾ, ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਸਾਡੇ ਨਾਲ ਮਾਰ ਕਟਾਈ ਕਰਦੇ ਆ, ਮੇਰੇ ਯਾਰਾਂ ਦੋਸਤਾਂ 'ਚ ਪਰਚਾ ਦਿੱਤਾ, ਮੇਰੇ 'ਤੇ ਪਰਚਾ ਦਿੱਤਾ। ਉੱਤੋਂ ਪੁਲਿਸ ਵਾਲੇ ਧਮਕੀਆਂ ਦਿੰਦੇ ਆ, ਕਹਿੰਦੇ ਤੁਹਾਨੂੰ ਅੰਦਰ ਕਰ ਦੇਣਾ, ਭਾਜੋ ਘਰੇ। ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਚੌਂਕੀ ਵਾਲਿਆਂ, ਇੱਕ ਨੰਬਰ ਥਾਣੇ ਵਾਲਿਆਂ ਨੇ ਕੋਈ ਮਦਦ ਨਹੀਂ ਕੀਤੀ। ਅੱਜ ਮੈਂ ਦੁਖੀ ਹੋ ਕੇ ਇਹ ਕਦਮ ਚੱਕਣ ਲੱਗਾ, ਆਪਣੇ ਪਿਓ ਤੋਂ, ਆਪਣੇ ਭਰਾ ਕਾਲੇ ਤੋਂ, ਬਿੱਟੂ ਤੋਂ, ਜਿਹੜਾ ਸਾਡਾ ਜਵਾਈ ਆ, ਮੇਰੀ ਵੱਡੀ ਭੈਣ ਕਿੰਦੂ, ਉਹ ਤੋਂ ਦੁਖੀ ਹੋ ਕੇ ਮੈਂ ਅੱਜ ਇਹ ਕੰਮ ਕਰਨਾ ਚਾਹੁੰਦਾ। ਮੇਰੀ ਜਨਾਨੀ ਮੇਰਾ ਸਾਥ ਦਿੰਦੀ ਆ, ਪਰ ਉਹਨੂੰ ਵੀ ਮਾੜਾ ਚੰਗਾ ਬੋਲਦੇ, ਮੇਰੇ ਦੋਸਤਾਂ ਨੂੰ ਵੀ ਮਾੜਾ ਚੰਗਾ ਬੋਲਦੇ, ਪ੍ਰਮੋਦ ਨੂੰ, ਮਿੱਠੂ ਨੂੰ, ਮੇਰੀ ਮੌਤ ਦੇ ਜ਼ਿੰਮੇਵਾਰ ਉਹ, ਸਾਰਾ ਮੇਰਾ ਟੱਬਰ ਆ। ਮੇਰੇ ਯਾਰਾਂ ਦੋਸਤਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਨਾ ਮੇਰੀ ਜਨਾਨੀ 'ਤੇ ਕੀਤੀ ਜਾਵੇ ਕੋਈ ਕਾਰਵਾਈ।
ਮੇਰੀ ਮੌਤ ਦੇ ਜ਼ਿੰਮੇਵਾਰ ਮੇਰਾ ਪਿਓ, ਮੇਰਾ ਭਰਾ ਕਾਲਾ, ਬਿੱਟੂ, ਮੇਰੀ ਭੈਣ ਵੱਡੀ, ਇਹ ਜ਼ਿੰਮੇਵਾਰ ਹੋਣਗੇ। ਮੈਂ ਸੁਖਵਿੰਦਰ ਸਿੰਘ ਕਿ ਪੁਲਿਸ ਕੀ ਤਰਫ ਸੇ ਅਬ ਕਾਰਵਾਈ ਕਰ ਦੀ ਗਈ ਹੈ। ਤਸਵੀਰੇ ਆਪ ਦੇਖ ਸਕਤੇ ਹੈਂ, ਖੁਦਕੁਸ਼ੀ ਕਰਨੇ ਵਾਲੇ ਸ਼ਖਸ ਕੇ ਭਾਈ ਕੋ ਪੁਲਿਸ ਨੇ ਹਿਰਾਸਤ ਮੇ ਲੇ ਲਿਆ ਹੈ, ਗ੍ਰਿਫਤਾਰ ਕੀਆ ਹੈ ਔਰ ਆਗੇ ਕੀ ਕਾਰਵਾਈ ਜੋ ਹੈ ਵੋ ਸ਼ੁਰੂ ਕਰ ਦੀ ਗਈ ਹੈ। ਲੇਕਿਨ ਯੇ ਤਸਵੀਰੇ ਆਪ ਦੇਖ ਸਕਤੇ ਹੈਂ ਸ਼ਖਸ ਕੀ ਤਰਫ ਸੇ ਜੋ ਖੁਦਕੁਸ਼ੀ ਕੀ ਗਈ ਹੈ, ਲੇਕਿਨ ਖੁਦਕੁਸ਼ੀ ਸੇ ਪਹਿਲੇ ਇੱਕ ਵੀਡੀਓ ਬਣਾ ਕਰ ਆਪਣੇ ਪਰਿਵਾਰ ਵਾਲੋ ਕੋ ਜ਼ਿੰਮੇਦਾਰ ਠਹਿਰਾਇਆ ਗਿਆ ਇਸ ਯੁਵਕ ਕੀ ਤਰਫ ਸੇ, ਜਿਸਕੇ ਬਾਅਦ ਪੁਲਿਸ ਨੇ ਕਾਰਵਾਈ ਕੀ ਹੈ। का जिम्मेदार ठहराया गया इस शख्स की तरफ से, खुदकुशी करने से पहले यह वीडियो बनाई गई जिसमें सीधे तौर पर अपने माता, अपने पिता, अपने भाई, अपनी बहन और अपने जीजा को जिम्मेदार इस शख्स की तरफ से ठहराया गया। हमारे संवाददाता विनोद सबरवाल इस वक्त फोनलाइन पर हमारे साथ है। विनोद, जिस तरीके से ये वीडियो सामने आया कि खुदकुशी करने से पहले शख्स की तरफ से वीडियो बनाया गया, तो पुलिस क्या कुछ कार्रवाई कर रही है? जी बिल्कुल, सुखविंदर सिंह जो मृतक है उसने मरने से पहले जड़ा फेसबुक पर लाइव होकर बोला है कि मेरा जो बाप है और भाई है, जीजा बहन, उन पर उसने आरोप लगाया है कि उनसे परेशान होकर जो मरने जा रहा है। ये एक जमीनी विवाद है जो परिवार वालों का आपस में चल रहा था। साथ में उसने जो है पुलिस प्रशासन पर भी सवाल उठाया है कि उसने कई बार पुलिस प्रशासन को जाकर कंप्लेंट की इस बारे में, पर उसकी कोई सुनवाई नहीं हुई। पर आज वो जो दुखी होकर जो है अपने जो जीवन लीला समाप्त कर रहा है। उसके बाद जब उसको उसने दवाई खा ली, उसके परिवार वाले उसको जलंधर के सिविल हॉस्पिटल में लेकर आए जहां आकर उसकी मौत हो गई है। उसके बाद मौके पर पुलिस पहुंची है, लाश को कब्जे में लेकर पोस्टमार्टम के लिए भेज दिया गया है और उसकी पत्नी के बयानों के आधार पर जो है मामला दर्ज कर लिया गया है। चलिए, शुक्रिया विनोद इस तमाम जानकारी के लिए। तो बिल्कुल, वीडियो में भी वो जिस तरीके से अपने परिवार को जिम्मेदार ठहरा रहा है और सीधे तौर पर कह रहा है कि मेरे दोस्त और मेरी पत्नी को जिम्मेदार ना माना जाए बल्कि उसकी मौत के जिम्मेदार पिता, भाई, बहन और जीजा होंगे। एक बार फिर से ये वीडियो आपको दिखाते हैं जो इस शख्स की तरफ से खुदकुशी करने से पहले बनाया गया है। दुखी किया मैं सुखविंदर सिंह सन ऑफ सवरण सिंह अपने पूरे होश हवाल के बयान दिना कि मेरे प्यो ने, मेरे भरा ने, मेरी भैन ने, साढ़े जवाई ने मैनू बड़ा दुखी किया, मेरी जनानी बड़ा दुखी किया। किसी ने दस नहीं सकते, साढ़े न मार कटाई करते आ। मेरे यार दोस्तों से परचा दिता, मेरे से परचा दिता, उत्तों पुलिस वाले धमकियां देंगे, कहते थानू अंदर कर देना, भाजो घरे। प्रशासन ने साड़ी कोई मदद नहीं की, चौंकी वाले एक नंबर थाने वाले ने कोई मदद नहीं की। अज मैं दुखी हो के कदम चकन लगा अपने प्यो तो, अपने भरा काले तो, बिट्टू तो, जोड़ा साढ़े जवाई है, मेरी बड़ी भैन किंदू, उस तो दुखी हो के मैं अज ये काम करना चाहता। मेरी जनानी मेरा साथ दिंदी है पर उन्होंने भी माड़ा चंगा बोल दे, मेरे दोस्तों भी माड़ा चंगा बोल दे, प्रमोद नू, मिठू नू, मेरी मौत दे जिम्मेवार वो सारा मेरा टब्बर आ। मेरे यारां दोस्तों से कोई कार्रवाई ना की जाए, ना मेरी जनानी से की जाए कोई कार्रवाई। मेरी मौत दे जिम्मेवार मेरा प्यो, मेरा भरा काला,
ਬਿੱਟੂ ਮੇਰੀ ਭੈਣ ਭੱਟੀ। ਸੋ ਆਗੇ ਬੜ੍ਹਤੇ ਹੈਂ ਅਗਲੀ ਖਬਰ ਪਟਿਆਲਾ ਸੇ ਜਹਾਂ ਪਰ ਕੁਛ ਲੋਕ ਜੋ ਹੈ ਵੋ ਪਾਣੀ ਕੀ ਟੰਕੀ ਪਰ ਚੜ ਗਏ ਹੈ। ਤੋ ਬੜੀ ਖਬਰ ਆਪਕੋ ਬਤਾ ਦੇ, ਪਾਣੀ ਕੀ ਟੰਕੀ ਪਰ ਬਿਜਲੀ ਨਿਗਮ ਕੇ ਕੁਛ ਕਰਮਚਾਰੀ ਹੈ ਜੋ ਕਿ ਚੜ ਗਏ ਹੈ। ਪ੍ਰਦਰਸ਼ਨਕਾਰੀਓ ਨੇ ਆਤਮ ਹੱਤਿਆ ਕਰਨੇ ਕੀ ਧਮਕੀ ਤੱਕ ਦੇ ਡਾਲੀ ਹੈ। ਤੋ ਪ੍ਰਦਰਸ਼ਨਕਾਰੀਓ ਕੇ ਹਾਥ ਮੇਂ ਪੈਟਰੋਲ ਕੀ ਬੋਤਲ ਵੀ ਹੈ। ਯੇ ਲੋਕ ਵੋ ਹੈ ਜਿਨਕੇ ਪਰਿਵਾਰ ਕੇ ਸਦਸਯ ਨੌਕਰੀ ਕੇ ਦੌਰਾਨ ਮਾਰੇ ਗਏ ਔਰ ਐਸੇ ਮੇਂ ਉਨਕੋ ਨੌਕਰੀ ਦੇਣੇ ਕਾ ਆਸ਼ਵਾਸਨ ਦਿਆ ਗਿਆ ਥਾ, ਲੇਕਿਨ ਪਰਿਵਾਰ ਵਾਲੋਂ ਕੀ ਜਗ੍ਹਾ ਪਰ ਅਬ ਤੱਕ ਨੌਕਰੀ ਨਹੀਂ ਮਿਲੀ, ਜਿਸਕੇ ਚਲਤੇ ਅਬ ਯੇ ਲੋਕ ਪ੍ਰਦਰਸ਼ਨ ਕਰ ਰਹੇ ਹੈ। ਤੋ ਪ੍ਰਦਰਸ਼ਨਕਾਰੀਓ ਨੇ ਯੇ ਐਕਸਕਲੂਸਿਵ ਤਸਵੀਰ ਆਪ ਦੇਖ ਸਕਤੇ ਹੈਂ, 7 ਲੋਕ ਹੈ ਜੋ ਕਿ ਪਾਣੀ ਕੀ ਟੰਕੀ ਪਰ ਚੜੇ ਹੈ। ਪਟਿਆਲਾ ਮੇਂ ਪਾਵਰ ਗ੍ਰਿਡ ਕੇ ਸਾਹਮਣੇ ਪਾਣੀ ਕੀ ਟੰਕੀ ਜਿਸ ਪਰ ਯੇ ਲੋਕ ਚੜੇ, ਇਨਕੀ ਮਾਂਗ ਸਿੱਧੇ ਤੌਰ ਪਰ ਕਿ ਇਨਕੋ ਨੌਕਰੀ ਦੀ ਜਾਏ ਔਰ ਜਬ ਤੱਕ ਇਨਕੀ ਮਾਂਗੇ ਪੂਰੀ ਨਹੀਂ ਹੋ ਜਾਤੀ ਤਬ ਤੱਕ ਯੇ ਕਰਮਚਾਰੀ ਜੋ ਹੈ ਯੇ ਲੋਕ ਜੋ ਹੈ ਵੋ ਪਾਣੀ ਕੀ ਟੰਕੀ ਪਰ ਚੜੇ ਰਹੇਂਗੇ। ਹਾਲਾਂਕਿ ਇਨ੍ਹਾਂ ਨੇ ਖੁਦ ਕੋ ਜਲਾਨੇ ਕੀ ਵੀ ਧਮਕੀ ਦੀ ਹੈ, ਆਤਮ ਹੱਤਿਆ ਕਰਨੇ ਕੀ ਧਮਕੀ ਲੋਕੋ ਕੀ ਤਰਫ ਸੇ ਦੀ ਗਈ ਹੈ ਔਰ ਐਸੇ ਮੇਂ ਪ੍ਰਸ਼ਾਸਨ ਕੀ ਕਿਆ ਕੁਛ ਤਿਆਰੀ ਹੈ, ਕਿਤਨਾ ਮੁਸਤੈਦ ਪ੍ਰਸ਼ਾਸਨ ਨਜ਼ਰ ਆ ਰਿਹਾ ਹੈ, ਯੇ ਇੱਕ ਬੜਾ ਸਵਾਲ ਹੈ। ਕਲੋਨੀ ਦੇ ਨਜ਼ਦੀਕ ਹੀ ਜੋ ਗ੍ਰਿਡ ਹੈ ਉੱਥੇ ਪਾਣੀ ਦੀ ਟੈਂਕੀ ਦੇ ਉੱਪਰ 7 ਲੋਕ ਚੜ੍ਹ ਚੁੱਕੇ, ਜਿਨ੍ਹਾਂ 'ਚ 2 ਬਜ਼ੁਰਗ ਮਹਿਲਾ ਵੀ ਹੈ। ਪਿਛਲੇ ਕਈ ਚਿਰਾਂ ਤੋਂ ਇਹ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਪ੍ਰਦਰਸ਼ਨ ਦੇ ਰਹੇ ਹਾਂ ਅਤੇ 2 ਮਹੀਨੇ ਪਹਿਲਾਂ ਵੀ ਪਾਣੀ ਦੀ ਟੈਂਕੀ 'ਚ ਚੜ੍ਹੇ ਸੀਗੇ। ਸਾਡੇ ਨਾਲ ਯੂਨੀਅਨ ਦੇ ਕੁਛ ਲੋਕ ਨੇ, ਅਸੀਂ ਉਹਨਾਂ ਤੋਂ ਜਾਣਦੇ ਉਹਨਾਂ ਦਾ ਕੀ ਕੁਛ ਕਹਿਣਾ। ਕੀ ਨਾਮ ਹੈ ਭਰਾ ਜੀ ਪਹਿਲਾਂ? ਰਣਜੀਤ ਸਿੰਘ ਪਟਿਆਲਾ ਜੀ। ਕੀ ਮੰਗਾਂ ਨੂੰ ਲੈ ਕੇ ਆਏ ਪਾਣੀ ਦੀ ਟੈਂਕੀ? ਤਰਸ ਦੇ ਆਧਾਰ ਤੇ ਨੌਕਰੀ ਲੈਣ ਦੀ ਮੰਗ ਹੈ ਜੀ। ਅਸੀਂ ਜਿਨ੍ਹਾਂ ਨੇ ਕੋਈ ਲਾਭ ਸਕੇਲ ਨਹੀਂ, ਅਸੀਂ ਉਹ ਹਾਂ, ਅਤੇ ਜਿਹੜੇ ਬੰਦੇ ਕੋਈ ਲਾਭ ਸਕੇਲ ਲੈ ਗਏ ਨੇ ਉਹ ਸਣੇ ਵਿਆਜ ਚੈੱਕ ਜੋ ਵੀ ਹੈ ਜ਼ਬਰਦਸਤੀ ਉਹਨਾਂ ਨੂੰ ਦਿੱਤੇ ਗਏ ਸੀ ਜੋ ਗ੍ਰਾਂਟ ਸੀਗੀ ਉਹ ਵਾਪਸ ਕਰਨ ਨੂੰ ਤਿਆਰ ਨੇ, ਅਤੇ ਇੱਕ ਮੰਗ ਰੱਖਦੇ ਨੇ ਵੀ ਸਾਨੂੰ ਤਰਸ ਦੇ ਆਧਾਰ 'ਤੇ ਨੌਕਰੀ ਸੰਬੰਧੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਕਿਉਂਕਿ ਬੋਰਡ ਮੈਨੇਜਮੈਂਟ ਵੱਲੋਂ ਹੁਣ ਤਰਸ ਦੇ ਆਧਾਰ 'ਤੇ ਨੌਕਰੀ ਸੰਬੰਧੀ ਦੋਨੇ ਹੱਥਾਂ ਨਾਲ ਆਸ਼ਰਤਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜੀ, ਪਰ ਸਾਡੇ ਆਸ਼ਰਤਾਂ ਨਾਲ ਸਾਡੇ ਨਾਲ ਹੀ ਇੰਨਾ ਧੱਕਾ ਕਿਉਂ ਕੀਤਾ ਜਾ ਰਿਹਾ? ਅਸੀਂ ਬੋਰਡ ਦੇ ਅਧਿਕਾਰੀਆਂ ਦਾ ਜਾਂ ਕਿਸੇ ਯੂਨੀਅਨ ਦਾ ਜਾਂ ਕਿਸੇ ਵੀ ਮੈਂਬਰ ਦਾ ਕੋਈ ਅਸੀਂ ਮਾੜਾ ਕੀਤਾ ਹੈ ਜਿਹੜਾ ਸਾਡੇ ਨਾਲ ਇੰਨੀ ਵਧੀਕੀ ਕੀਤੀ ਜਾ ਰਹੀ ਹੈ? ਕਿੰਨੇ ਲੋਕ ਨੇ ਟੋਟਲ? ਸਾਡੇ 350 ਆਸ਼ਰਤ ਨੇ। ਤੁਹਾਡੇ ਪਰਿਵਾਰ ਦੇ ਸਦੱਸਯ ਕੰਮ ਕਰਦੇ ਸੀ? ਹਾਂਜੀ ਹਾਂ, ਸਾਡੇ ਪਿਤਾ ਜੀ ਨੌਕਰੀ ਕਰਦੇ ਸੀ, ਜਿਹੜੀ ਔਨ ਡਿਊਟੀ ਮੌਤ ਹੋ ਗਈ ਸੀ। ਸਾਡਾ ਹੁਣ ਹੱਥ ਬੰਨ ਕੇ ਇਹੀ ਪਾਵਰਕੌਮ ਦੇ ਅਧਿਕਾਰੀਆਂ ਨੂੰ, ਬੋਰਡ ਮੈਨੇਜਮੈਂਟ ਨੂੰ ਇਹੀ ਬੇਨਤੀ ਹੈ ਵੀ ਸਾਡਾ ਵੀ ਰੁਜ਼ਗਾਰ ਦਾ ਹੀਲਾ ਵਸੀਲਾ ਹੱਲ ਕੀਤਾ ਜਾਵੇ ਤਾਂ ਜੋ ਸਾਡਾ ਰੁਜ਼ਗਾਰ ਚੱਲੇ ਅਤੇ ਸਾਨੂੰ ਰੋਟੀ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਪਾਵਰਕੌਮ ਦੀ ਮੈਨੇਜਮੈਂਟ ਹੀ ਜ਼ਿੰਮੇਵਾਰ ਹੋਵੇਗੀ। ਤਾਂ ਕਿਤੇ ਨਾ ਕਿਤੇ ਸਾਫ਼ ਕਰ ਦਿੱਤਾ, ਜਿਹੜੇ ਪਾਣੀ ਦੀ ਟੈਂਕੀ ਦੇ ਉੱਪਰ ਚੜ੍ਹੇ ਹੋਏ ਨੇ ਉਹ ਨਿਯੁਕਤੀ ਪੱਤਰ ਭਾਲਦੇ ਨੇ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਜਿਹੜੇ ਲੋਕ ਸੀਗੇ ਉਹ ਡਿਊਟੀ ਦੌਰਾਨ ਹੀ ਮਰੇ ਸੀਗੇ ਅਤੇ ਉਹਨਾਂ ਦੀ ਜਗ੍ਹਾ ਜਿਹੜਾ ਹੈ ਨੌਕਰੀ ਦੀ ਮੰਗ ਕਰ ਰਹੇ ਨੇ। ਪਿਛਲੇ 2 ਮਹੀਨਿਆਂ ਤੋਂ ਪਹਿਲਾਂ ਵੀ ਇਹਨਾਂ ਨੇ ਮੰਗ ਕੀਤੀ ਸੀ ਇਲੈਕਸ਼ਨਾਂ ਦੇ ਟਾਈਮ, ਲੇਕਿਨ ਇਹਨਾਂ ਗੱਲਬਾਤ ਕੀਤੀ ਸੀ, ਲੇਕਿਨ ਹੁਣ ਟਾਲ ਮਟੋਲ ਕੀਤੀ ਹੋਈ ਆ। ਅੱਜ ਵੀ ਜਿਹੜੇ 7 ਲੋਕ ਹੈ ਪਾਣੀ ਦੀ ਟੈਂਕੀ ਦੇ ਉੱਪਰ ਚੜ੍ਹ ਗਏ, ਹੱਥ 'ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਆਏ। ਉਹਨਾਂ ਸਾਫ਼ ਤੌਰ 'ਤੇ ਕਹਿਣਾ ਜਦ ਤੱਕ ਸਾਡੀ ਮੰਗਾਂ ਦਾ ਹੱਲ ਨਹੀਂ ਹੁੰਦਾ ਇਹ ਧਰਨਾ ਇੱਦਾਂ ਹੀ ਜਾਰੀ ਰਹੂਗਾ। ਪਟਿਆਲਾ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਵਿਨਾਸ਼ ਕੰਬੋਜ, ਲਿਵਿੰਗ ਨੇ ਨਿਊਜ਼, ਪਟਿਆਲਾ। ਸੋ ਬਿਲਕੁਲ ਇਹ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੰਕੀ 'ਤੇ ਚੜ੍ਹੇ ਹੋਏ ਔਰ ਪਾਣੀ ਦੀ ਟੰਕੀ ਪਰ ਚੜ੍ਹਨੇ ਕੇ ਸਾਥ ਸਾਥ ਸਿੱਧੇ ਤੌਰ ਪਰ ਹਮ ਕਹਿ ਸਕਦੇ ਕਿ ਚੇਤਾਵਨੀ ਕੀ ਤਰਫ ਸੇ ਕਿ ਜਬ ਤੱਕ ਮੰਗੇ ਪੂਰੀ ਨਹੀਂ ਹੋ ਜਾਤੀ ਤਬ ਤੱਕ ਇਹ ਪਾਣੀ ਕੀ ਟੰਕੀ ਪਰ ਚੜ੍ਹੇ ਰਹੇਗੇ। ਸਿੱਧਾ ਪਟਿਆਲਾ ਕਰੁਕ ਕਰੇਂਗੇ ਮੇਰੇ ਸਹਿਯੋਗੀ ਅਵਿਨਾਸ਼ ਕੰਬੋਜ, ਇਸ ਵਕਤ ਮੇਰੇ ਸਾਥ ਲਾਈਵ ਜੁੜ ਚੁੱਕੇ। ਅਵਿਨਾਸ਼, ਕਿਆ ਅਭੀ ਵੀ ਇਹ ਲੋਕ ਪਾਣੀ ਕੀ ਟੰਕੀ ਪਰ ਚੜ੍ਹੇ ਹੈ ਜਾਂ ਕਿਸੇ ਤਰ੍ਹਾਂ ਕੀ ਬਾਤਚੀਤ ਪਾਵਰਕੌਮ ਕੀ ਤਰਫ ਸੇ ਸ਼ੁਰੂ ਕੀ ਗਈ ਹੈ? ਨਵਨੀਤ, ਜੋ ਅਭੀ ਵੀ 7 ਲੋਕ ਹੈ ਜਿਨਮੇ ਇੱਕ ਬਜ਼ੁਰਗ ਮਹਿਲਾ ਹੈ ਵੋ ਅਭੀ ਤੱਕ ਪਾਣੀ ਕੀ ਟੈਂਕੀ ਪੇ ਚੜੇ ਪਿਆ ਹੈ।
आप देख सकते हैं मेरे पीछे ही जो पानी की टैंकी है वहां पर सात लोग हैं, एक बुजुर्ग महिला है और उनके साथ ही जो है वो नीचे भी बैठे हुए हैं। साफ तौर पे उनका कहना है कि जब तक उनकी मांग नहीं मानी जाती तब तक वो नीचे नहीं उतरेंगे। अविनाश, जिस तरीके से लगातार ये अपनी मांगों को लेकर पानी की टंकी पर चढ़े, मैं एक चीज आपसे समझनी चाहूंगा कि परिवार के लोग जो नौकरी के दौरान मारे गए उनकी जगह नौकरी की मांग ये लगातार कर रहे हैं, तो ऐसे में ये तो एक प्रोविजन है भी कि अगर किसी कर्मचारी की मौत ऑन ड्यूटी होती है तो उसके परिवार को नौकरी दी जाएगी, तो ऐसे में क्या तकनीकी चीजें निकल कर सामने आ रही हैं, ये क्या वजह है कि पावर कॉम की तरफ से इनको एंटरटेन नहीं किया जा रहा या इनको नौकरी नहीं दी जा रही? नवनीत, इनके साथ पहले भी बात हुई थी, कुछ लोगों ने इनमें से पैसा लिया था, जो मुआवजा मिलता है मृतक के परिजनों को वो लिया हुआ था, लेकिन अब ये कह रहे हैं जो हमने पैसे लिए थे हम वापस करेंगे, हमें नौकरी दी जाए। अभी इनकी बिजली बोर्ड के जो अधिकारी हैं उनके साथ बातचीत जारी है, इनका कहना है जब तक हल नहीं होगा हम नीचे नहीं उतरेंगे। अविनाश, ठीक है, जब तक हल नहीं होगा नीचे नहीं उतरेंगे, लेकिन मौजूदा स्थिति इस वक्त क्या कुछ है, क्या प्रशासन की तरफ से कोई कोशिश अब तक, पावरकॉम की तरफ से कोई कोशिश अब तक इनसे बातचीत की? नवनीत, पावरकॉम के जो अधिकारी हैं वो बातचीत कर रहे हैं इनसे, लेकिन इनका साफ तौर पर रुख यही है कि जब तक हल नहीं तब तक ये नीचे नहीं उतरेंगे। प्रशासन और पुलिस प्रशासन दोनों ही लगे हैं बातचीत करने के लिए, लेकिन जो प्रदर्शनकारी हैं वो हाथ में पेट्रोल की बोतल लेकर पानी की टैंकी के ऊपर चढ़े हुए हैं। शुक्रिया अविनाश इस तमाम जानकारी के लिए। तो अविनाश कंबोज हमारे संवाददाता पटियाला से हमारे साथ लाइव जुड़े थे, जिन्होंने बातचीत की वहां खड़े लोगों से, जो प्रदर्शनकारी हैं उनके साथियों से। सात लोग हैं जिसमें दो महिलाएं भी शामिल हैं जो कि पानी की टंकी पर चढ़े हैं, और इनकी मांग सीधे तौर पर है कि पावरकॉम की तरफ से इनको नौकरी दी जाए, और जब तक नौकरी नहीं दी जाती या जब तक मांगे नहीं मान ली जाती तब तक वो पानी की टंकी पर चढ़े रहेंगे। अवध डिपो की बस लखनऊ से दिल्ली आ रही थी, तभी आगरा में झरना नाले के पास ये घटना हो गई और बस नाले में लुढ़क गई। इस हादसे में 29 लोगों की मौत हुई है, पुलिस और बचाव दल मौके पर मौजूद है। बता दें कि लखनऊ से दिल्ली ये बस आ रही थी, तभी आगरा के झरना नाले में जा गिरी। हादसे में 29 लोगों की मौत हुई है। मुख्यमंत्री योगी आदित्यनाथ ने यात्रियों की मौत पर दुख जताते हुए जिलाधिकारी और पुलिस अधीक्षक को घायलों को हर संभव मदद उपलब्ध कराने का निर्देश दिया, साथ ही मृतकों के परिजनों को 5-5 लाख रुपए का ऐलान भी किया है। प्रियंका ने ट्वीट कर कहा कि चुनाव जीतकर बीजेपी के नेताओं को जनता की सेवा करनी थी, लेकिन वो कर्मचारियों की पिटाई कर रहे हैं। कोई सत्ता की हनट में बल्ले से पीटता है तो कोई टोल शुल्क मांगने पर फायरिंग कर लाठी ढंडे चलाता है। मुख्यमंत्री कैप्टन अमरिंदर सिंह आज प्रशासनिक अधिकारियों से बैठक करेंगे। इस बैठक में कच्चे मुलाजिमों को पक्का करने और खाली पदों को भरने पर चर्चा होगी। सीएम कैप्टन लगातार एक हफ्ते तक प्रशासनिक अधिकारियों के साथ बैठक करेंगे।
फिरोजपुर में नशे के खिलाफ एक सेमिनार चलाया गया। बता दें कि सेमिनार SSP की अध्यक्षता में किया गया। SSP ने लोगों को नशे के खिलाफ जागरूक करते हुए संदेश दिया कि हमें नशे से दूर रहना चाहिए। मलेरकोटला में जल सप्लाई विभाग मोचीवेयर मुलाजमों की तरफ से भूख हड़ताल की गई, जिसमें एक महिला मुलाजिम की रात तबीयत खराब हुई, जिसे इलाज के लिए सिविल अस्पताल में भर्ती करवाया गया। बाईस जुलाई से 25 जुलाई तक पनबस ने एक बार फिर से हड़ताल का ऐलान किया है। पनबस के कर्मचारियों का कहना है कि पनबस में लगातार हो रही भर्तियां उन्हें बिल्कुल मंजूर नहीं। उन्हें बस इस बात का गुस्सा है कि उनकी आय दर बढ़ाने और उन्हें पक्का करने की बजाय कमेटी नई भर्तियां कर रही है। इस वजह से 22 जुलाई से 25 जुलाई तक पनबस कर्मचारियों ने हड़ताल का ऐलान किया, जिसमें वो डिपो बंद रखेंगे और कमेटी मेंबरों के पुतले फूकेंगे। अम्बाला चंडीगढ़ मुख्य मार्ग पर गांव लाली में ग्रामीणों ने पुलिस से दुखियों का जाम लगाया। पुलिस वाले पैसे मांगते रहते हैं, इसकी वजह से रोज हादसे होते हैं। कलेक्शन के दौरान 3 मौतें हुई, जिस वजह से गांववासियों ने गुस्से में आकर जाम लगा दिया। धान की फसल को पानी न मिलने से परेशान किसानों ने बठिंडा और मानसा में रोड जाम किया। कौमी मुख्य मार्ग लालडू के नजदीक लैती चौक पर दर्दनाक हादसे में परिवार की एक महिला और 4 वर्षीय बच्ची की मौत हो गई। इसके अलावा मृतक बच्ची के मां बाप भी गंभीर रूप से जख्मी हुए थे, जिसके चलते ग्रामीणों ने जाम लगा दिया। Smiles 26 वर्षों से आपका अपना भरोसेमंद केबल ब्रांड, जो है सुरक्षा का, ड्यूरेबिलिटी का।